ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ 'ਚ ਜੁੜ ਬੈਠੇ ਮੁਅੱਜ਼ਜ਼ ਹਾਜ਼ਰੀਨ, ਕੋਈ ਰਸਨਾ ਵਾਂਝੀ ਨਾ ਰਹੇ, ਔਰ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਲਈ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਾਪਰੀ ਹੋਈ ਘਟਨਾ ਕੱਲ੍ਹ ਦਾ ਇਤਿਹਾਸ ਹੈ, ਅਤੇ ਜਿਸ ਕੌਮ ਦੇ ਉੱਪਰ ਉਹ ਘਟਨਾ ਵਾਪਰ ਰਹੀ ਹੁੰਦੀ ਹੈ, ਜੇਕਰ ਉਹ ਕੌਮ ਉਹਨਾਂ ਘਟਨਾਵਾਂ ਦਾ ਮੁਲਾਂਕਣ, ਅਧਿਐਨ ਅਤੇ ਤਰਤੀਬਵਾਰ ਕਰਨੋਲੋਜੀਕਲ ਸਿਸਟਮ ਦੇ ਵਿੱਚ ਉਹਦੀ ਸੰਭਾਲ ਨਹੀਂ ਕਰਦੀ, ਤਾਂ ਫਿਰ ਇਤਿਹਾਸ ਦੇ ਵਿੱਚ ਵਿਗਾੜ ਪੈਦਾ ਹੁੰਦੇ ਨੇ। ਇਸਲਾਮੀ ਅਤੇ ਅੰਗਰੇਜ਼ ਇਤਿਹਾਸਕਾਰ ਇਸ ਵਿਸ਼ੇ ਦੇ ਉੱਪਰ ਸਾਡੇ ਤੋਂ ਬਹੁਤ ਅੱਗੇ ਰਹੇ ਨੇ। ਇਸੇ ਕਰਕੇ ਸਾਡੇ ਸਿਰ ਦੇ ਇਤਿਹਾਸਕਾਰਾਂ ਨੂੰ ਇੱਕ ਗੱਲ ਕਹਿਣੀ ਪਈ ਕਿ ਸਿੱਖਾਂ ਨੇ ਤੇਗਾਂ ਦੀਆਂ ਨੋਕਾਂ ਦੇ ਨਾਲ, ਘੋੜਿਆਂ ਦੀਆਂ ਕਾਠੀਆਂ 'ਤੇ ਜੀਵਨ ਬਤੀਤ ਕਰਕੇ ਆਪਣੇ ਖੂਨ ਦੇ ਨਾਲ ਇਤਿਹਾਸ ਲਿਖਿਆ ਬਹੁਤ ਹੈ, ਸੰਭਾਲਿਆ ਬਹੁਤ ਘੱਟ ਹੈ। ਅਫਰੀਕੀ ਇਤਿਹਾਸਕਾਰ ਇੱਕ ਗੱਲ ਲਿਖਦੇ ਨੇ ਕਿ ਇਫ ਦਾ ਲਾਇਨ ਹੈਵ ਨੋ ਹਿਸਟੋਰੀਅਨ, ਦਾ ਹਿਸਟਰੀ ਆਫ ਹੰਟ ਵਿਲ ਗਲੋਰੀਫਾਈ ਦਾ ਹੰਟਰ। ਸ਼ੇਰ ਬਹਾਦਰ ਹੁੰਦਾ ਹੈ, ਹਮੇਸ਼ਾ ਉਸਦਾ ਸ਼ਿਕਾਰ ਚਲਾਕੀ ਅਤੇ ਮਕਾਰੀ ਨਾਲ ਕੀਤਾ ਜਾਂਦਾ ਹੈ, ਪਰ ਹਮੇਸ਼ਾ ਇਤਿਹਾਸ ਦੇ ਵਿੱਚ ਸਿਫਤਾਂ ਸ਼ਿਕਾਰੀ ਦੀਆਂ ਹੁੰਦੀਆਂ ਨੇ। ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਸ਼ੇਰ ਇਤਿਹਾਸਕਾਰ ਨਹੀਂ ਹੈ। ਤਾਂ ਉਹ ਕਹਿੰਦਾ ਹੈ ਕਿ ਜੇਕਰ ਸ਼ੇਰਾਂ ਨੇ ਆਪਣੀ ਬਹਾਦਰੀ ਨੂੰ ਦੁਨੀਆਂ ਦੇ ਸਾਹਮਣੇ ਲੈ ਕੇ ਆਉਣਾ ਹੈ, ਤਾਂ ਸ਼ੇਰਾਂ ਨੂੰ ਇਤਿਹਾਸਕਾਰੀ ਖੁਦ ਕਰਨੀ ਪਵੇਗੀ, ਨਹੀਂ ਤਾਂ ਸ਼ੇਰਾਂ ਦਾ ਇਤਿਹਾਸ ਲਿਖਣ ਵਾਲਾ ਸ਼ਿਕਾਰੀ ਸ਼ੇਰ ਦੀ ਬਹਾਦਰੀ ਦੀ ਗੱਲ ਨਹੀਂ ਕਰੇਗਾ, ਉਹ ਆਪਣੇ ਕਾਰਨਾਮਿਆਂ ਦੀ ਗੱਲ ਕਰੇਗਾ। ਸੋ ਅੱਜ ਜਦੋਂ ਅਸੀਂ ਇਸ ਸਮੁੱਚੇ ਵਰਤਾਰੇ ਨੂੰ, ਕਿਉਂਕਿ ਖਾਸ ਕਰਕੇ ਨਵੰਬਰ ਮਹੀਨਾ ਜਦੋਂ ਵੀ ਆਉਂਦਾ ਹੈ, ਤਾਂ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਹੁੰਦੇ ਨੇ। ਇੰਨੀ ਵੱਡੀ ਨਸਲਕੁਸ਼ੀ, ਇੰਨਾ ਵੱਡਾ ਸਾਡਾ ਕਤਲੇਆਮ, ਅਤੇ ਜਦੋਂ ਵੀ ਅਸੀਂ ਇਸ ਕਤਲੇਆਮ ਦੇ ਬਾਰੇ ਸੋਚਦੇ ਹਾਂ, ਤਾਂ ਸਾਡੀ ਸੋਚ ਪਿੱਛੇ ਵੱਲ ਨੂੰ ਜਾਂਦੀ। ਕਤਲੇਆਮ ਦਾ ਕਾਰਨ ਅਸੀਂ, ਸਾਨੂੰ ਪਤਾ ਹੈ ਪ੍ਰਧਾਨ ਮੰਤਰੀ ਦਾ ਕਤਲ, ਉਹਦਾ ਕਾਰਨ ਜੂਨ 84 'ਤੇ ਅਕਾਲ ਤਖ਼ਤ ਸਾਹਿਬ ਦੇ ਉੱਪਰ ਵਾਪਰਿਆ ਘੱਲੂਘਾਰਾ। ਪਰ ਜੇਕਰ ਅਸੀਂ ਇਸ ਨੂੰ ਅੱਜ ਇਤਿਹਾਸ ਦੀ ਲੜੀ ਦੇ ਵਿੱਚ ਅਧਿਐਨ ਨਹੀਂ ਕਰਾਂਗੇ, ਤਾਂ ਅਸੀਂ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕਾਂਗੇ। ਸੋ ਉਸ ਦੇ ਵਾਸਤੇ ਮੈਂ ਆਪਣੇ ਵਿਸ਼ੇ ਨੂੰ ਇਸ ਗੱਲ ਤੋਂ ਸ਼ੁਰੂ ਕਰਦਾ ਹਾਂ। ਮੇਰਾ ਵਿਸ਼ਾ ਹੈ ਧਰਮ ਹੇਤ ਸੀਸ ਦੀਏ। ਜਦੋਂ ਅਸੀਂ ਆਮ ਸ਼ਬਦਾਵਲੀ ਦੇ ਵਿੱਚ ਇਹਦਾ ਅਰਥ ਕਰਾਂਗੇ, ਤਾਂ ਸਾਡੇ ਸਾਹਮਣੇ ਆਵੇਗਾ ਕਿ ਜਿੰਨੇ ਧਰਮ ਦੇ ਵਾਸਤੇ ਸੀਸ ਦੇ ਦਿੱਤਾ। ਪਰ ਫਿਰ ਸ਼ਬਦ ਇਹ ਵੀ ਵਰਤਿਆ ਜਾ ਸਕਦਾ ਸੀ ਧਰਮ ਲਈ ਸੀਸ ਦਿੱਤੇ, ਇਹ ਸ਼ਬਦ ਕਬੀਰ ਸਾਹਿਬ ਨੇ ਵੀ ਵਰਤਿਆ। ਉਹ ਕਹਿੰਦੇ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬ ਹੂੰ ਨਾ ਛਾਡੇ ਖੇਤ। ਲਈ ਸ਼ਬਦ ਉਹਨਾਂ ਨੇ ਨਹੀਂ ਵਰਤਿਆ, ਸ਼ਬਦ ਉਹਨਾਂ ਵੀ ਹੇਤ ਵਰਤਿਆ। ਹੇਤ ਦਾ ਭਾਵ ਹੁੰਦਾ ਹੈ ਕਿ ਜਿਹੜਾ ਸਿਰ ਬਿਨਾਂ ਹੰਕਾਰ ਤੋਂ ਪਿਆਰ ਦੇ ਨਾਲ ਕੌਮ ਦੇ ਵਾਸਤੇ ਪੇਟਾ ਕੀਤਾ ਜਾਵੇ, ਸੂਰਮਾ ਉਸਨੂੰ ਕਿਹਾ ਜਾਂਦਾ ਹੈ। ਜਿੱਥੇ ਮਨੁੱਖ ਦਾ ਆਪਣਾ ਹੰਕਾਰ ਖਤਮ ਹੋ ਜਾਂਦਾ ਹੈ, ਜਿੱਥੇ ਮੈਂ ਖਤਮ ਹੋ ਜਾਂਦੀ ਹੈ, ਪਾਤਸ਼ਾਹ ਵੀ ਕਹਿੰਦੇ ਸਤਿਗੁਰ ਆਗੇ ਸੀਸ ਭੇਟ ਦੇਵੋ ਜੇ ਸਤਿਗੁਰ ਸਾਚੇ ਭਾਵੇ। ਸਾਚੇ ਭਾਵੇ ਕਿ ਜਦੋਂ ਗੁਰੂ ਨੂੰ ਭਾ ਜਾਵੇ ਅਤੇ ਗੁਰੂ ਮਨ ਦੇ ਵਿੱਚੋਂ ਵਿਕਾਰਾਂ ਦਾ ਅਤੇ ਅਹੰਕਾਰ ਦਾ ਹਨੇਰਾ ਦੂਰ ਕਰ ਦੇਵੇ, ਉਸ ਪ੍ਰਕਾਸ਼ ਹੋਣ ਤੋਂ ਬਾਅਦ ਜਿਹੜਾ ਸੀਸ ਗੁਰੂ ਨੂੰ ਭੇਟ ਕੀਤਾ ਜਾਂਦਾ ਹੈ, ਉਹ ਸੀਸ ਪ੍ਰਵਾਨ ਹੈ। ਔਰ ਹਰ ਮਨੁੱਖ ਸੂਰਮਾ ਨਹੀਂ ਹੋ ਸਕਦਾ, ਪਾਤਸ਼ਾਹ ਦਾ ਫੈਸਲਾ ਹੈ। ਜਿਹ ਮਰਨੇ ਸਭ ਜਗਤ ਤਰਾਸਿਆ, ਮੌਤ ਤੋਂ ਅਸੀਂ ਸਾਰੇ ਡਰਦੇ ਹਾਂ, ਪਰ ਇਹਦੀ ਸ਼ਹਾਦਤ ਦੀ ਮੌਤ ਹੈ, ਇਹ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ। ਮੌਤ ਤੋਂ ਸਾਰਾ ਸੰਸਾਰ, ਕਬੀਰ ਸਾਹਿਬ ਨੇ ਫੈਸਲਾ ਦੇ ਦਿੱਤਾ, ਜਿਹ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਪਰ ਕਹਿੰਦੇ ਇੱਕ ਮੌਤ ਇਵੇਂ ਦੀ ਹੈ, ਕਿਤੇ ਗੁਰੂ ਕਿਰਪਾ ਕਰ ਦੇਵੇ ਨਾ, ਅਤੇ ਫਿਰ ਉਸ ਮੌਤ ਦੇ ਵਿੱਚ ਵੀ ਮਨੁੱਖ ਨੂੰ ਪ੍ਰਕਾਸ਼ ਨਜ਼ਰ ਆਉਂਦਾ, ਉਹ ਮੌਤ ਸ਼ਹਾਦਤ ਹੈ। ਕਹਿੰਦੇ ਜਦੋਂ ਉਹ ਪ੍ਰਕਾਸ਼ ਨਜ਼ਰ ਆਉਂਦਾ ਹੈ, ਫਿਰ ਕਹਿੰਦੇ ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ। ਕਹਿੰਦੇ ਫਿਰ ਮਰਨ ਨੂੰ ਦਿਲ ਕਰਦਾ, ਫਿਰ ਕਹਿ ਕਬੀਰ ਮਨ ਭਿਆ ਆਨੰਦਾ, ਗਇਓ ਭਰਮ ਰਹਿਓ ਪਰਮ ਆਨੰਦਾ। ਜਿਹੜਾ ਜ਼ਿੰਦਗੀ ਜੀਣ ਦੇ ਵਿੱਚ ਭਰਮ ਦਾ ਹਨੇਰਾ ਸੀ, ਉਹ ਦੂਰ ਹੋ ਗਿਆ ਅਤੇ ਗਿਆਨ ਦਾ ਪ੍ਰਕਾਸ਼ ਹੋ ਗਿਆ,
ਜਦੋਂ ਉਹ ਅਵਸਥਾ ਆ ਜਾਂਦੀ ਹੈ ਫਿਰ ਇਹ ਸੀਸ ਗੁਰੂ ਦੇ ਧਰਮ ਦੇ ਧਾਰਮਿਕ ਕਿਰਿਆਵਾਂ ਦੇ ਹੇਤ ਗੁਰੂ ਨੂੰ ਭੇਟਾ ਕੀਤਾ ਜਾਂਦਾ ਹੈ। ਅਤੇ ਉਸ ਸੀਸ ਭੇਟ ਕਰਨ ਵਾਲੇ ਦੀ ਸਿੱਖ ਧਰਮ ਵਿੱਚ ਡੈਫੀਨੇਸ਼ਨ ਹੈ ਸੂਰਾ। ਅਤੇ ਸੂਰੇ ਦੀਆਂ ਬਹੁਤ ਵਿਖਿਆ ਜਿਹੜੀਆਂ ਵਿਆਖਿਆਵਾਂ ਨੇ ਪਰਿਭਾਸ਼ਾਵਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ। ਪਾਤਸ਼ਾਹ ਕਹਿੰਦੇ ਨੇ ਉਹ ਵੀ ਸੂਰਾ ਹੈ, ਜਿਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਦੇ। ਸਭ ਤੋਂ ਪਹਿਲਾਂ ਪੰਜ ਵਿਕਾਰਾਂ ਦੇ ਉੱਪਰ ਕਾਬੂ ਪਾਉਣਾ ਸੂਰਮੇ ਦਾ ਪਹਿਲਾ ਕੰਮ। ਦੂਸਰਾ ਕੰਮ, ਜਾਕੋ ਹਰ ਰੰਗ ਲਾਗੋ ਇਸ ਜੁਗਮੇ ਸੋ ਕਹੀਅਤ ਹੈ ਸੂਰਾ, ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਜਾਣਾ। ਫਿਰ ਤੀਸਰੀ ਗੱਲ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਆਪਣੇ ਧਰਮ ਦੇ ਖਾਤਰ ਮੈਦਾਨੇ ਜੰਗ ਦੇ ਵਿੱਚ ਆ ਕੇ ਜੂਝਣਾ, ਅਤੇ ਉਦੋਂ ਤੱਕ ਮੈਦਾਨ ਨਾ ਛੱਡਣਾ ਜਦੋਂ ਤੱਕ ਨਿਸ਼ਾਨੇ ਦੀ ਪ੍ਰਾਪਤੀ ਨਾ ਹੋਵੇ। ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੇ ਖੇਤ। ਫਿਰ ਜਦੋਂ ਵੀ ਧਰਮ ਨੂੰ ਲੋੜ ਪਵੇ, ਰਣਜੀਤ ਨਗਾਰੇ ਦੇ ਉੱਪਰ ਗੂੰਜ ਹੋਵੇ, ਤਾਂ ਫਿਰ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕੋ ਦਾਓ। ਫਿਰ ਉਹ ਹਰ ਵੇਲੇ ਤਤਪਰ ਹੋਵੇ। ਅਤੇ ਇਹਨਾਂ ਸਾਰੇ ਸੂਰੇ ਸ਼ਬਦ ਦੀ ਵਿਆਖਿਆ ਦੇ ਸੰਗ੍ਰਹਿ ਦੀ ਗੱਲ ਕਰੀਏ ਤਾਂ ਇਹ ਰੋਸ਼ਨੀ ਮਿਲਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਤੋਂ, ਜਿੱਥੇ ਆ ਕੇ ਭਾਈ ਸਾਹਿਬ ਭਾਈ ਗੁਰਦਾਸ ਦੂਸਰੇ ਇਸ ਗੱਲ ਨੂੰ ਸਮਾਪਤ ਕਰ ਦਿੰਦੇ ਨੇ। ਉਹ ਕਹਿੰਦੇ, ਪ੍ਰਾਨ ਰੂਪ ਪਰਮਾਤਮਾ ਪ੍ਰਖੋਤਮ ਪੂਰਾ ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ। ਦੁਨੀਆਂ ਦੇ ਉੱਪਰ ਹੁਣ ਤੱਕ ਜਿੰਨੇ ਵੀ ਸੂਰਮੇ ਹੋਏ ਨੇ ਉਹਨਾਂ ਸਾਰੇ ਸੂਰਮਿਆਂ ਦੀਆਂ ਵਿਆਖਿਆ ਦਾ ਅਧਿਐਨ ਕਰਕੇ ਜੇ ਅਸੀਂ ਇੱਕ ਮੁਜੱਸਮਾ ਤਿਆਰ ਕਰੀਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਉਹ ਵੀ ਛੋਟਾ। ਸੋ ਇਹ ਮੇਰੇ ਵਿਸ਼ੇ ਦੀ ਆਰੰਭਤਾ ਸੀ ਕਿ ਸੂਰਮੇ ਹੀ ਧਰਮ ਦੇ ਹਿੱਤ ਸੇਸ ਦੇ ਸਕਦੇ ਨੇ, ਕਿਉਂਕਿ ਸੂਰੇ ਦੇ ਵਾਸਤੇ ਧਰਮ ਲਈ ਸੀਸ ਦੇਣ ਦੇ ਵਾਸਤੇ ਪਹਿਲਾਂ ਆਪਣਾ ਆਪਾਂ ਗੁਰੂ ਨੂੰ ਸਮਰਪਣ ਕਰਨਾ ਪੈਂਦਾ। ਸੋ ਇਹ ਮੇਰਾ ਵਿਸ਼ਾ ਸੀ ਧਰਮ ਹੇਤ ਸੀਸ ਦੀਏ। ਇਸ ਤੋਂ ਅਸੀਂ ਅਗਲੇ ਪੜਾਅ 'ਤੇ ਚੱਲਦੇ ਹਾਂ, ਉਹ ਹੈ ਕਿ ਜਦੋਂ ਅਸੀਂ ਦਿੱਲੀ ਦੇ ਵਿੱਚ ਜਿਹੜੀ ਸਾਡੀ ਨਸਲ ਖੁਸ਼ੀ ਹੈ, ਮੈਂ ਇੱਥੋਂ ਪਿੱਛੇ ਨੂੰ ਚੱਲਾਂਗਾ ਜੂਨ 84 ਦੇ ਘੱਲੂਘਾਰੇ ਤੱਕ, ਜਦੋਂ ਅਸੀਂ ਇਸ ਨਸਲ ਖੁਸ਼ੀ ਦਾ ਅਧਿਐਨ ਕਰਦੇ ਹਾਂ ਤਾਂ 1947 ਤੋਂ ਬਾਅਦ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸੰਪਰਦਾਇ ਦੰਗੇ 307 ਵਾਰ ਹੋਏ ਨੇ। ਇਹਨਾਂ 307 ਵਾਰ ਹੋਏ ਦੰਗਿਆਂ ਦੇ ਵਿੱਚ ਕਿਸੇ ਨਾ ਕਿਸੇ ਕੌਮੀਅਤ ਦਾ ਨੁਕਸਾਨ ਹੋਇਆ, ਪਰ ਇਹ ਧਰਮਾਂ ਦੇ ਆਪਸੀ ਝਗੜੇ ਵੀ ਨੇ ਅਤੇ ਦੋ ਧਰਮਾਂ ਦੇ ਆਪਸੀ ਝਗੜੇ ਵੀ ਨੇ। ਮੁਹੱਲੇ ਦੀਆਂ ਲੜਾਈਆਂ ਵੀ ਨੇ, ਸ਼ਹਿਰ ਦੀਆਂ ਲੜਾਈਆਂ ਵੀ ਨੇ, ਅਕਸਾਊ ਲੜਾਈਆਂ ਵੀ ਨੇ, ਉਤੇਜਿਤ ਲੜਾਈਆਂ ਵੀ ਨੇ, ਜਿਨ੍ਹਾਂ ਨੂੰ ਦੰਗਿਆਂ ਦਾ ਨਾਮ ਦਿੱਤਾ ਗਿਆ। ਪਰ ਉਹਨਾਂ ਲੜਾਈਆਂ ਦੇ ਪਰਿਪੇਖ ਦੇ ਵਿੱਚ ਹੀ ਅਸੀਂ ਵੀ ਇਸ ਸ਼ਬਦ ਨੂੰ, ਇਸ ਪਰਿਭਾਸ਼ਾ ਨੂੰ ਸਵੀਕਾਰ ਕਰ ਲਿਆ ਮਾਨਸਿਕ ਤੌਰ 'ਤੇ ਕਿ ਸ਼ਾਇਦ 1984 ਨਵੰਬਰ ਦੇ ਵਿੱਚ ਦੰਗੇ ਹੋਏ। ਇਹ ਦੰਗੇ ਨਹੀਂ ਸੀ, ਇਹ ਨਸਲ ਖੁਸ਼ੀ ਸੀ। ਇਹ ਸਾਜ਼ਿਸ਼ੀ ਵਿਧੀ ਦੇ ਨਾਲ ਇਹਨਾਂ 1947 ਤੋਂ ਬਾਅਦ ਦੇ ਸਾਲਾਂ ਦੇ ਵਿੱਚ ਦੋ ਕੌਮੀਅਤਾਂ ਦੀ ਨਸਲ ਖੁਸ਼ੀ ਹੋਈ ਹੈ, ਜਿਹਨੂੰ ਜੀਨੋਸਾਈਡ ਦੇ ਨਾਂ ਦੇ ਨਾਲ ਅਸੀਂ ਯਾਦ ਕਰਦੇ ਹਾਂ। ਉਸ ਨਸਲ ਖੁਸ਼ੀ ਦਾ ਪਹਿਲਾ ਸ਼ਿਕਾਰ ਹੋਏ ਨੇ 1984 ਦੇ ਵਿੱਚ ਸਿੱਖ, ਅਤੇ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਮੁਸਲਮਾਨ, ਜਿਨ੍ਹਾਂ ਦੇ ਵਿੱਚ ਨਸਲ ਖੁਸ਼ੀ ਕਰਨ ਦਾ ਬਿਲਕੁਲ ਇੱਕੋ ਹੀ ਤਰੀਕਾ ਅਪਣਾਇਆ ਗਿਆ। ਘਰਾਂ ਦੀ ਸ਼ਨਾਖਤ ਕੀਤੀ ਗਈ, ਵੋਟਰ ਸੂਚੀਆਂ 'ਚੋਂ ਘਰ ਲੱਭੇ ਗਏ, ਭੀੜਾਂ ਨੂੰ ਉਕਸਾਇਆ ਗਿਆ, ਪੁਲਿਸ ਵੱਲੋਂ ਮਦਦ ਕੀਤੀ ਗਈ, ਕੇਸ ਦਰਜ ਨਾ ਕੀਤੇ ਗਏ, ਗਵਾਹਾਂ ਨੂੰ ਬਕਰਾਇਆ ਗਿਆ, ਬੱਚੀਆਂ ਨਾਲ ਬਲਾਤਕਾਰ ਕੀਤੇ ਗਏ, ਗਰਭਵਤੀ ਔਰਤਾਂ ਦੇ ਪੇਟ 'ਚੋਂ ਬੱਚੇ ਕੱਢ ਕੇ ਮਾਰੇ ਗਏ ਅਤੇ ਸਾੜੇ ਗਏ, ਅਤੇ ਉਸ ਤੋਂ ਬਾਅਦ ਜਾਂਚ ਦਾ ਕੰਮ ਵੀ ਇੱਕੋ ਕਮਿਸ਼ਨ ਨੂੰ ਦਿੱਤਾ, ਜਸਟਿਸ ਨਾਨਾਵਤੀ। ਇਹ ਸਾਡੇ ਅਤੇ ਇਸਲਾਮ ਦੀ ਹੋਈ ਨਸਲ ਖੁਸ਼ੀ ਦੇ ਵਿੱਚ ਇਕਸਾਰਤਾ ਹੈ, ਜਿਹੜੀ ਅਜੇ ਤੱਕ ਇਹ ਦੰਗੇ ਨਹੀਂ, ਇਹ ਸਿੱਖ ਕੌਮ ਦਾ ਕੀਤਾ ਹੋਇਆ ਕਤਲੇਆਮ ਹੈ। ਪਰ ਜਦੋਂ ਅਸੀਂ ਇਸ ਨਸਲ ਖੁਸ਼ੀ ਔਰ ਇਸ ਕਤਲੇਆਮ ਦੇ ਪਿਛਲੇ ਵਰਤਾਰਿਆਂ ਵੱਲ ਵੇਖਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਇੱਕ ਭਾਵਨਾ ਜਨਮ ਲੈਂਦੀ ਹੈ ਕਿ ਜੇਕਰ ਸ਼ਾਇਦ ਇੰਦਰਾ ਗਾਂਧੀ ਦਾ ਕਤਲ ਨਾ ਹੁੰਦਾ ਤਾਂ ਇਹ ਘਟਨਾ ਸਾਡੇ 'ਤੇ ਨਾ ਵਾਪਰਦੀ।
ਬੜਾ ਟੂਕ ਮਾਤਰ ਹਵਾਲਾ ਵੀਰ ਜੀ ਜਤਿੰਦਰ ਪਾਲ ਹੁਣੀ ਦੇ ਕੇ ਗਏ ਨੇ ਕਿ ਜੇਕਰ ਅਸੀਂ ਉਸ ਵੇਲੇ ਦੇ ਭਾਰਤੀ ਹਕੂਮਤ ਦੇ ਥਿੰਕ ਟੈਂਕਾਂ ਦੀਆਂ ਪਾਲਿਸੀਆਂ ਦਾ ਅਧਿਐਨ ਕਰਦੇ ਹਾਂ ਤਾਂ ਡਾਕਟਰ ਸੰਗਤ ਸਿੰਘ ਦੀ ਕਿਤਾਬ ਹੈ ਸਿੱਖਸ ਇਨ ਹਿਸਟਰੀ, ਇਤਿਹਾਸ ਦੇ ਵਿੱਚ ਸਿੱਖ, ਉਹਦੇ ਵਿੱਚ ਜ਼ਿਕਰ ਕਰਦਾ ਹੈ ਕਿ ਇੰਦਰਾ ਗਾਂਧੀ ਆਪਣੇ ਬਿਊਰੋਕਰੇਟਸ ਦੇ ਨਾਲ ਇਸ ਭਾਵਨਾ ਨੂੰ ਜਨਮ ਦੇ ਰਹੀ ਸੀ ਕਿ ਜੇ ਪੰਜਾਬ ਦੇ ਵਿੱਚ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਿੱਖ ਲਹਿਰ ਨੇ ਇਹ ਉਤੇਜਨਾ ਦੇ ਰੂਪ ਵਿੱਚ ਸੰਘਰਸ਼ ਦਾ ਦੁਬਾਰਾ ਸਿਰ ਚੁੱਕ ਲਿਆ ਤਾਂ ਸਾਨੂੰ ਇਹਨਾਂ ਨੂੰ ਕਾਬੂ ਕਰਨਾ ਬਹੁਤ ਔਖਾ ਹੋ ਜਾਵੇਗਾ ਅਤੇ ਕਿਉਂ ਨਾ ਪਾਕਿਸਤਾਨ ਦੇ ਨਾਲ ਜੰਗ ਛੇੜ ਦਿੱਤੀ ਜਾਵੇ। ਪਹਿਲਾਂ ਸੈਕਿੰਡ ਡਿਫੈਂਸ ਲਾਈਨ ਬਿਆਸ ਤੱਕ ਆ ਕੇ ਇਲਾਕਾ ਪਾਕਿਸਤਾਨ ਵਾਸਤੇ ਖਾਲੀ ਕਰ ਦਿੱਤਾ ਜਾਵੇ, ਮੁੜ ਕੇ ਪਾਕਿਸਤਾਨੀ ਫੌਜ ਦੀ ਆਮਦ ਦਾ ਬਹਾਨਾ ਲਾ ਕੇ ਇਸ ਸਾਰੇ ਇਲਾਕੇ ਨੂੰ ਤਬਾਹ ਕਰ ਦਿੱਤਾ ਜਾਵੇ ਅਤੇ ਜਿਹੜੀ ਪੰਜਾਬ ਦੀ ਨੌਜਵਾਨੀ ਉਸਨੂੰ ਖਤਮ ਕੀਤਾ ਜਾਵੇ। ਇਸ ਓਪਰੇਸ਼ਨ ਦਾ ਨਾਂ ਸੀ ਓਪਰੇਸ਼ਨ ਸ਼ਾਂਤੀ, ਸ਼ਾਂਤੀ ਦੀ ਕਾਰਵਾਈ। ਸ਼ਾਂਤੀ ਦੀ ਕਾਰਵਾਈ ਦੇ ਵਿੱਚ ਜਦੋਂ ਅਸੀਂ ਓਪਰੇਸ਼ਨ ਸ਼ਾਂਤੀ ਨਾਮ ਵਰਤਦੇ ਹਾਂ ਤਾਂ ਸਾਨੂੰ ਸਮਝਣਾ ਪਵੇਗਾ ਕਿ ਕਈ ਵਾਰੀ ਅਸੀਂ ਜੂਨ 84 ਦੇ ਵਾਪਰੇ ਘੱਲੂਘਾਰੇ ਨੂੰ ਵੀ ਓਪਰੇਸ਼ਨ ਬਲੂ ਸਟਾਰ ਕਹਿੰਦੇ ਹਾਂ, ਸਾਨੂੰ ਨਹੀਂ ਕਹਿਣਾ ਚਾਹੀਦਾ। ਖਿਆਲ ਕਰਿਓ 18ਵੀਂ ਸਦੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਆਉਂਦਾ, ਨਾਦਰ ਸ਼ਾਹ ਆਉਂਦਾ, ਜਿੰਨੇ ਵੀ ਹਮਲਾਵਰ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਆਉਂਦੇ ਨੇ ਉਹ ਜਹਾਦ ਦਾ ਝੰਡਾ ਫਰਾਉਂਦੇ ਨੇ। ਉਹ ਆਪਣੇ ਨਾਸਰ ਖਾਨ ਨੂੰ ਜਾਂ ਆਪਣੇ ਹੋਰ ਜਰਨੈਲਾਂ ਨੂੰ ਇਹ ਕਹਿ ਕੇ ਆਪਣੇ ਨਾਲ ਤੋਰਦੇ ਨੇ ਕਿ ਅਸੀਂ ਜਹਾਦ ਦੇ ਵਿੱਚ ਸਿੱਖਾਂ ਦਾ ਖਤਮ ਕਰਨ ਵਾਸਤੇ, ਕਤਲੇਆਮ ਕਰਨ ਵਾਸਤੇ ਜਾ ਰਹੇ ਹਾਂ ਕਿਉਂਕਿ ਉਹ ਕਾਫਰ ਨੇ, ਉਹ ਕਾਬੇ ਨੂੰ ਇਸਲਾਮ ਨੂੰ ਨਹੀਂ ਮੰਨਦੇ। ਅਸੀਂ ਕਾਫਰਾਂ ਨੂੰ ਖਤਮ ਕਰਨ ਵਾਸਤੇ ਜਾ ਰਹੇ ਹਾਂ ਅਤੇ ਇਸਲਾਮ ਧਰਮ ਦੇ ਵਿੱਚ ਕਾਫਰਾਂ ਨੂੰ ਖਤਮ ਕਰਨਾ ਸਭ ਤੋਂ ਵੱਡਾ ਸਵਾਲ ਹੁੰਦਾ ਹੈ। ਅਤੇ ਤੁਸੀਂ 18ਵੀਂ ਸਦੀ ਦੇ ਵਿੱਚ ਸਿੱਖਾਂ ਦੀਆਂ ਲਿਖਤਾਂ ਜਾਂ ਉਸ ਤੋਂ ਬਾਅਦ ਦੀਆਂ ਲਿਖਤਾਂ, ਚਾਹੇ ਉਹ ਮਹਿਮਾ ਪ੍ਰਕਾਸ਼ ਵਾਰਤਕ ਹੈ, ਚਾਹੇ ਸ੍ਰੀ ਗੁਰੂ ਸੋਭਾ ਹੈ, ਚਾਹੇ ਉਸ ਤੋਂ ਬਾਅਦ ਦੇ ਲਿਖੇ ਸਰੋਤ ਨੇ, ਕਦੀ ਸਿੱਖਾਂ ਨੇ ਕਿਹਾ ਕਿ ਜਹਾਦ ਦੇ ਵਿੱਚ ਇੰਨੇ ਸਿੱਖ ਕਤਲ ਕੀਤੇ ਗਏ? ਸਿੱਖਾਂ ਨੇ ਕਦੀ ਇਹ ਸ਼ਬਦ ਨਹੀਂ ਵਰਤਿਆ, ਸਿੱਖਾਂ ਨੇ ਘੱਲੂਘਾਰੇ ਸ਼ਬਦ ਵਰਤਿਆ। ਪਰ ਸਾਡੀ ਤਰਾਸਦੀ ਹੈ ਕਿ ਅਸੀਂ ਇਹਨਾਂ ਪਰਿਭਾਸ਼ਾਵਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਓਪਰੇਸ਼ਨ ਬਲੂ ਸਟਾਰ, ਓਪਰੇਸ਼ਨ ਮੈਡੀਕਲ ਭਾਸ਼ਾ 'ਚੋਂ ਸ਼ਬਦ ਆਉਂਦਾ, ਵੈਸੇ ਤਾਂ ਓਪਰੇਟ ਕਰਨਾ ਵੀ ਕਾਰਵਾਈ ਹੈ, ਪਰ ਇਹਦਾ ਭਾਵ ਹੁੰਦਾ ਹੈ ਨਕਾਰਾ ਅੰਗ ਨੂੰ ਜਾਂ ਤਾਂ ਕੱਟ ਦੇਣਾ ਅਤੇ ਜਾਂ ਉਸਨੂੰ ਦਰੁਸਤ ਕਰ ਦੇਣਾ। ਇਹ ਭਾਰਤੀ ਹਕੂਮਤ ਦਾ ਸ਼ਬਦ ਸੀ, ਸਾਡਾ ਸ਼ਬਦ ਨਹੀਂ ਸੀ। ਸੋ ਉੱਥੇ ਸਾਡਾ ਸ਼ਬਦ ਸੀ, ਸਾਡੇ ਨਾਲ ਕੀ ਵਾਪਰਿਆ? ਇੱਕ ਘੱਲੂਘਾਰਾ। ਪਰ ਇਸ ਘੱਲੂਘਾਰੇ ਦੇ ਵਿੱਚ ਫਿਰ ਅਸੀਂ ਆਪਣੇ ਆਪ ਨੂੰ ਦੋਸ਼ੀ ਕਰਦਾਨ ਲਿਆ। ਜਦੋਂ ਅਸੀਂ ਪਿਛੋਕੜ ਤੋਂ ਸ਼ੁਰੂ ਹੁੰਦੇ ਹਾਂ, ਕਿਉਂਕਿ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਅਸੀਂ ਸਾਰੇ ਵਰਤਾਰੇ ਦਾ ਅਧਿਐਨ ਕਰਨਾ, ਜੇ ਨਹੀਂ ਕਰਾਂਗੇ ਇਹਦਾ ਮੁਲਾਂਕਣ ਨਹੀਂ ਕਰ ਸਕਾਂਗੇ। ਅਸੀਂ ਆਪਣੇ ਆਪ ਨੂੰ ਦੋਸ਼ੀ ਸਿੱਧ ਕਰ ਲਿਆ ਇਹਦੇ 'ਚ। ਅਸੀਂ ਦੋਸ਼ ਕੀ ਲਾ ਲਿਆ ਕਿ ਜੇਕਰ ਹਰਿਮੰਦਰ ਸਾਹਿਬ ਦੀ ਮੋਰਚਾਬੰਦੀ ਨਾ ਕੀਤੀ ਜਾਂਦੀ, ਸ਼ਾਇਦ ਇਹ ਵਰਤਾਰਾ ਨਹੀਂ ਸੀ ਵਾਪਰਨਾ। ਬਿਲਕੁਲ ਗਲਤ ਹੈ ਸਾਡੀ ਧਾਰਨਾ, ਇਹ ਵਰਤਾਰਾ ਫਿਰ ਵੀ ਵਾਪਰਨਾ ਸੀ, ਕਿਉਂਕਿ ਇਹ ਲੜਾਈ ਕੇਵਲ ਅਤੇ ਕੇਵਲ ਸੰਤ ਜਰਨੈਲ ਸਿੰਘ ਦੀ ਨਹੀਂ ਸੀ, ਇਹ ਦੋ ਵਿਚਾਰਧਾਰਾਵਾਂ ਦੀ ਲੜਾਈ ਸੀ। ਜਿਹੜੀ ਵਿਚਾਰਧਾਰਾ ਦੀ ਲੜਾਈ ਉਦੋਂ ਸ਼ੁਰੂ ਹੋ ਗਈ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ 7 ਸਾਲ ਦੀ ਉਮਰ ਵਿੱਚ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇੱਕ ਵਿਚਾਰਧਾਰਾ ਦੀ ਜੰਗ ਹੈ, ਇੱਕ ਉਹ ਵਿਚਾਰਧਾਰਾ ਹੈ ਜਿਹੜੀ ਦਲਿਤਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ, ਇੱਕ ਉਹ ਵਿਚਾਰਧਾਰਾ ਹੈ ਜਿਹੜੀ ਦਲਿਤਾਂ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਉਸ ਬ੍ਰਾਹਮਣਵਾਦ ਦੇ ਸਾਹਮਣੇ ਖੜਾ ਕਰਨਾ ਚਾਹੁੰਦੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੰਗਾਰ ਕੇ ਕਹਿ ਰਹੇ ਨੇ ਕਿ ਜਿਨਕੀ ਜਾਤ ਪਾਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉਂ। ਇਹਨਾਂ ਦੋ ਵਿਚਾਰਧਾਰਾਂ ਦੀ ਆਪਸ 'ਚ ਕਦੀ ਸਾਂਝ ਹੋ ਹੀ ਨਹੀਂ ਸਕਦੀ। ਸੋ ਇਹ ਵਿਚਾਰਧਾਰਾਵਾਂ ਦੀ ਜੰਗ ਸੀ। ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ? ਇਸ ਕਰਕੇ ਬਣਾਇਆ ਗਿਆ ਕਿ ਦਿੱਲੀ ਦੇ ਅਖੌਤੀ ਉਸ ਸਟੇਟ ਦਾ ਜਿਹੜਾ ਤਖ਼ਤ ਹੈ, ਉਸ ਤਖ਼ਤ ਨੂੰ ਜੇ ਕੋਈ ਵਿਚਾਰਧਾਰਾ ਚੈਲੇਂਜ ਕਰਦੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਿਚਾਰਧਾਰਾ ਹੈ। ਇਹਦੇ ਵਿੱਚ ਮੁੱਦਾ ਕੀ ਬਣਿਆ? ਅਕਸਰ ਅਸੀਂ ਜਦੋਂ ਮੁੱਦਿਆਂ ਦੀ ਗੱਲ ਕਰਦੇ ਹਾਂ ਨਾ, ਤਾਂ ਸਾਡੀ ਮਾਨਸਿਕਤਾ ਦੇ ਵਿੱਚ ਇੱਕ ਗੱਲ ਵਸ ਜਾਂਦੀ ਹੈ ਕਿ ਸ਼ਾਇਦ ਸਾਡੀ ਮੰਗ ਪਹਿਲਾਂ ਕੇਵਲ ਖਾਲਿਸਤਾਨ ਸੀ। ਨਹੀਂ, ਖਿਆਲ ਕਰੀਏ ਪੰਜਾਬ ਦੀ ਅਸੈਂਬਲੀ ਦੇ ਵਿੱਚ ਬਹਿਸ ਹੁੰਦੀ ਹੈ ਕਿ ਅੱਤਵਾਦੀ ਕੌਣ। ਇਸ ਮੁੱਦੇ 'ਤੇ ਤੁਸੀਂ ਸਾਰਿਆਂ ਚੈਨਲ ਦੇ ਉੱਪਰ ਬਹਿਸ ਹੋਈ ਸੁਣੀ ਹੋਵੇਗੀ।
ਪਰ ਦੁਨੀਆ ਦੀ ਕੋਈ ਵੀ ਸਟੇਟ ਇਸ ਬਹਿਸ ਨੂੰ ਅੰਤਮ ਰੂਪ ਨਹੀਂ ਦੇ ਸਕਦੀ। ਅੱਤਵਾਦੀ ਕੌਣ? ਜ਼ਾਲਮ ਸਟੇਟ ਦੇ ਖਿਲਾਫ ਹਰ ਹੱਕ ਮੰਗਣ ਵਾਲਾ ਬੰਦਾ ਅੱਤਵਾਦੀ ਹੁੰਦਾ ਹੈ। ਅੰਗਰੇਜ਼ਾਂ ਦੇ ਵਾਸਤੇ ਭਗਤ ਸਿੰਘ ਅੱਤਵਾਦੀ ਸੀ, ਮਦਨ ਲਾਲ ਢੀਂਗਰਾ ਅੱਤਵਾਦੀ ਸੀ, ਔਰੰਗਜ਼ੇਬ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਖਾਲਸਾ ਫੌਜ ਅੱਤਵਾਦੀ ਸੀ, ਸਾਡੇ ਵਾਸਤੇ ਅੱਜ BJP ਅਤੇ ਉਹ ਸੰਸਥਾਵਾਂ ਜਿਹੜੀਆਂ ਕੌਮ ਦੇ ਹੱਕਾਂ ਨੂੰ ਵੰਗਾਰਦੀਆਂ ਨੇ ਉਹ ਅੱਤਵਾਦੀ ਨੇ। ਹਰ ਇਸਟੈਬਲਿਸ਼ ਸਟੇਟ ਤੋਂ ਉਹਦੇ ਜ਼ੁਰਮਾਂ ਤੋਂ ਤੰਗ ਆ ਕੇ ਜਿਹੜਾ ਵੀ ਬੰਦਾ ਹੱਕ ਮੰਗਦਾ ਉਹ ਅੱਤਵਾਦੀ ਹੁੰਦਾ। ਇਸ ਕਰਕੇ ਕਦੀ ਵੀ ਬਹਿਸ ਦਾ ਇਹ ਮੁੱਦਾ ਨਹੀਂ ਹੋਣਾ ਚਾਹੀਦਾ ਅੱਤਵਾਦੀ ਕੌਣ। ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਇੱਕ ਖੁਸ਼ਹਾਲ ਵਸਦੀ ਕੌਮ, ਜਿਸ ਕੌਮ ਨੇ ਇਸ ਦੇਸ਼ ਦੀ ਆਜ਼ਾਦੀ ਦੇ ਵਾਸਤੇ 90% ਕੁਰਬਾਨੀਆਂ ਕੀਤੀਆਂ, ਜਿਸ ਦੇਸ਼ ਨੇ ਆਪਣੇ ਵਾਸਤੇ ਆਪਣੇ ਖੂਨ ਨੂੰ ਪਾਣੀ ਦੀ ਤਰ੍ਹਾਂ ਵਹਾਇਆ, ਉਹ ਕੌਮ ਹਥਿਆਰ ਚੁੱਕਣ ਲਈ ਮਜ਼ਬੂਰ ਕਿਉਂ ਹੋਈ? ਇਤਿਹਾਸ ਦੀ ਰੋਸ਼ਨੀ ਦੇ ਵਿੱਚ ਇਹ ਯਤਨ ਕਰਨਾ ਪਵੇਗਾ। ਫਿਰ ਸਾਡੇ ਸਾਹਮਣੇ ਇਸ ਰੋਸ਼ਨੀ ਦੇ ਵਿੱਚ ਗੱਲਾਂ ਆਉਣਗੀਆਂ ਕਿ ਅਸੀਂ ਹਥਿਆਰਬੰਦ ਸੰਘਰਸ਼ ਦੇ ਵਾਸਤੇ ਮਜ਼ਬੂਰ ਕਿਉਂ ਹੋਏ। ਜਰਾ ਵੇਖੋ, ਸਭ ਤੋਂ ਪਹਿਲਾਂ ਤਾਂ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਵਿਚਾਰਧਾਰਾ ਦੀ ਜੰਗ ਗੁਰੂ ਨਾਨਕ ਸਾਹਿਬ ਦੇ ਜਨੂ ਪਾਉਣ ਦੇ ਇਨਕਾਰ ਤੋਂ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਚੰਦੂ ਦੀ ਭੂਮਿਕਾ, ਬੇਸ਼ੱਕ ਅੱਜ ਉਸ ਭੂਮਿਕਾ ਨੂੰ ਨਕਾਰਿਆ ਜਾ ਰਿਹਾ ਹੈ। ਜਦੋਂ 2006 ਦੇ ਵਿੱਚ ਇਹਨਾਂ ਗੁਰੂ ਸਾਹਿਬ ਦਾ ਸ਼ਹੀਦੀ ਦਿਵਸ ਮਨਾਇਆ ਤਾਂ ਉਸ ਵੇਲੇ ਸੁਸ਼ਮਾ ਸਵਰਾਜ, ਉਸ ਦਾ ਮੈਂ ਜ਼ਿਕਰ ਬਾਅਦ 'ਚ ਵੀ ਕਰੂੰਗਾ, ਉਹਨੇ ਸਿੱਖ ਸਟੇਜ ਤੋਂ ਇਹ ਗੱਲ ਕਹੀ ਸੀ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ ਚੰਦੂ ਦਾ ਕੋਈ ਦੋਸ਼ ਨਹੀਂ। ਸਾਡੀ ਅਕਾਲੀ ਲੀਡਰਸ਼ਿਪ ਵੀ ਉੱਥੇ ਬੈਠੀ ਸੀ। ਕੇਵਲ ਇੱਥੋਂ ਤੱਕ ਇਹ ਗੱਲ ਸੀਮਤ ਨਹੀਂ ਹੈ, ਆਉਣ ਵਾਲੀਆਂ ਕਿਤਾਬਾਂ, ਇੱਕ ਕਿਤਾਬ ਆਈ ਹੈ 6 ਗਲੋਰੀਅਸ ਪੀਰੀਅਡ ਆਫ ਇੰਡੀਅਨ ਹਿਸਟਰੀ, VD ਸਾਵਰਕਰ ਦੀ ਲਿਖੀ ਹੋਈ, ਉਹਦਾ ਹਿੰਦੀ ਅਨੁਵਾਦ ਵੀ ਹੈ, ਭਾਰਤੀ ਇਤਿਹਾਸ ਕੇ 6 ਸਵਰਨੀਯ ਪ੍ਰਿਸ਼ਠ। ਉਹਦੇ ਵਿੱਚ ਕੇਵਲ ਅਤੇ ਕੇਵਲ ਚੰਦੂ ਨੂੰ ਦੋਸ਼ ਮੁਕਤ ਨਹੀਂ ਕੀਤਾ, ਸਿੱਖਾਂ ਨੂੰ ਦੋਸ਼ੀ ਠਹਿਰਾ ਕੇ ਚੰਦੂ ਨੂੰ ਗੁਰਸਿੱਖ ਸਿੱਧ ਕੀਤਾ। ਉਹਦੇ ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਟਾਲਿਆ ਜਾ ਸਕਦਾ ਸੀ। ਜਹਾਂਗੀਰ ਕਹਿੰਦਾ ਸੀ ਮੈਨੂੰ 2 ਲੱਖ ਰੁਪਈਏ ਇਕੱਠੇ ਕਰਕੇ ਦੇ ਦੇਵੋ ਤਾਂ ਮੈਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਇਸ ਪਰੰਪਰਾ ਦੇ ਵਿੱਚ ਜਾਂ ਸ਼ਹੀਦੀ ਦੇ ਵਿੱਚ ਨਹੀਂ ਬਦਲਦਾ, ਮੈਂ ਜਾਨ ਦੀ ਸਲਾਮਤੀ ਕਰ ਦਿੰਦਾ। ਸਿੱਖਾਂ ਨੇ ਪੈਸੇ ਇਕੱਠੇ ਨਹੀਂ ਕੀਤੇ, ਬਲਕਿ ਇੱਕ ਚੰਦੂ ਨਾਂ ਦਾ ਗੁਰਸਿੱਖ 2 ਲੱਖ ਰੁਪਈਏ ਦੇਣ ਨੂੰ ਤਿਆਰ ਸੀ, ਸਿੱਖਾਂ ਨੇ ਉਹਨੂੰ ਵੀ ਨਹੀਂ ਦੇਣ ਦਿੱਤਾ, ਉਹ ਗੁਰਸਿੱਖ ਸੀ, ਸਿੱਖ ਦੋਸ਼ੀ ਨੇ। ਇਤਿਹਾਸ ਨੂੰ ਇਸ ਤਰ੍ਹਾਂ ਬਦਲਿਆ ਜਾ ਰਿਹਾ। ਸੋ ਉਸ ਤੋਂ ਬਾਅਦ ਗੰਗੂ ਦੀ ਭੂਮਿਕਾ, ਉਹਦੇ ਤੋਂ ਬਾਅਦ ਜਸਪਤ ਰਾਏ, ਲਖਪਤ ਰਾਏ, ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਦੇ ਵਿੱਚ ਦੀਵਾਨ ਗੰਡਾਮਲ ਦੀ ਭੂਮਿਕਾ, ਜਦੋਂ ਸਾਰਿਆਂ ਇਹਨਾਂ ਪ੍ਰਕਰਨਾਂ ਦੇ ਰੂਪ ਦੇ ਵਿੱਚ ਵੇਖਦੇ ਹਾਂ ਤਾਂ ਤੁਸੀਂ ਵੇਖੋਗੇ ਅਸੀਂ ਇਸ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਾਂ। ਕਿਸੇ ਸਮੇਂ ਸਰਦਾਰ ਕਪੂਰ ਸਿੰਘ ਨੇ ਕਿਹਾ ਸੀ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ, ਪੰਜਾਬ ਜੇਕਰ ਸਿੱਖ ਆਪਣਾ ਖੂਨ ਡੋਲ ਕੇ ਨਾ ਬਚਾਉਂਦੇ ਤਾਂ ਅੱਜ ਪੰਜਾਬ ਅਫਗਾਨਿਸਤਾਨ ਦਾ ਹਿੱਸਾ ਹੁੰਦਾ। ਉਹਨੇ ਕਿਹਾ ਸੀ ਸਰਕਾਰ ਸੋਚੇ ਕਿ ਪੰਜਾਬ ਹਿੰਦੁਸਤਾਨ ਦੀ ਸਰਕਾਰ ਨੂੰ ਸਿੱਖਾਂ ਵੱਲੋਂ ਦਿੱਤਾ ਗਿਆ ਸਭ ਤੋਂ ਅਣਮੁੱਲਾ ਤੋਹਫਾ ਹੈ, ਸਭ ਤੋਂ ਵੱਧ ਜਰਾਇਤੀ ਖੇਤਰ ਸਿੱਖਾਂ ਨੇ ਆਪਣੇ ਖੂਨ ਦੇ ਨਾਲ ਸਿੰਜ ਕੇ ਇਸ ਸਟੇਟ ਨੂੰ ਦਿੱਤਾ। ਉਸ ਤੋਂ ਬਾਅਦ ਜਦੋਂ ਸਿੱਖ ਰਾਜ ਜਾਂਦਾ ਹੈ, ਡੋਗਰਿਆਂ ਦੀ ਭੂਮਿਕਾ, ਔਰ ਸਿੱਖਾਂ ਦੇ ਖਿਲਾਫ ਅੰਗਰੇਜ਼ਾਂ ਦੇ ਵੱਲੋਂ 71ਵੀਂ ਅਤੇ 74ਵੀਂ ਨੈਟਿਵ ਇਨਫੈਂਟਰੀ ਦੇ ਵਿੱਚ ਪੂਰਬੀ ਬਿਹਾਈਵੀ ਬਈਏ ਲੜਦੇ ਨੇ ਸਿੱਖਾਂ ਦੇ ਖਿਲਾਫ, ਚਾਹੇ ਮੁਦਕੀ ਦੀ ਜੰਗ ਹੁੰਦੀ ਹੈ, ਗੁਜਰਾਤ ਦੀ ਜੰਗ, ਚੇਲਿਆਂਣੇ ਦੀ ਜੰਗ ਜਾਂ ਸਭਰਾਵਾਂ ਦੀ ਜੰਗ, ਇਹਨਾਂ ਸਾਰੀਆਂ ਜੰਗਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਲੜਦੇ ਨੇ ਅੰਗਰੇਜ਼ਾਂ ਦੇ ਨਾਲ ਹੋ ਕੇ ਪੂਰਬ ਦੇ ਬਈਏ। ਪਰ ਜਦੋਂ ਉਹ ਆਪਣੀਆਂ ਨਿੱਜੀ ਗਰਜ਼ਾਂ ਤੋਂ ਬਗਾਵਤ ਕਰਦੇ ਨੇ 1857 ਦੇ ਵਿੱਚ, ਤੇ ਉਹਨਾਂ ਬਗਾਵਤ ਕਰਤਾਵਾਂ ਦੇ ਪਿੱਛੇ ਕੋਈ ਆਜ਼ਾਦੀ ਦੀ ਭਾਵਨਾ ਨਹੀਂ। ਹਿੰਦੂ ਧਰਮ ਦਾ ਇੱਕ ਮਹਾਨ ਇਤਿਹਾਸਕਾਰ ਹੈ RC ਮਜ਼ੂਮਦਾਰ, ਉਹ ਆਪਣੀ ਲਿਖਤ ਦੇ ਵਿੱਚ ਲਿਖਦਾ ਹੈ ਕਿ 1857 ਦੇ ਗਦਰ ਨੂੰ ਆਜ਼ਾਦੀ ਦੀ ਜੰਗ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਨਿੱਜੀ ਗਰਜ਼ਾਂ ਵਾਸਤੇ ਲੜੀ ਜਾ ਰਹੀ ਲੜਾਈ ਸੀ। ਨਾਨਾ ਸਾਹਿਬ ਕਹਿ ਰਿਹਾ ਸੀ ਅੰਗਰੇਜ਼ ਮੇਰੇ ਪੁੱਤਰ ਨੂੰ ਗੱਦੀ ਦੇਣ, ਲਕਸ਼ਮੀ ਬਾਈ ਝਾਂਸੀ ਦੀ ਰਾਣੀ ਕਹਿ ਰਹੀ ਸੀ ਕਿ ਮੇਰੇ ਪੁੱਤਰ ਨੂੰ ਗੱਦੀ ਦਿੱਤੀ ਜਾਵੇ, ਬਹਾਦਰ ਸ਼ਾਹ ਦੀ ਪਤਨੀ ਜ਼ੀਨਤ ਮਹਿਲ ਅੰਗਰੇਜ਼ਾਂ ਨੂੰ ਚਿੱਠੀਆਂ ਲਿਖ ਰਹੀ ਸੀ ਕਿ ਮੇਰੇ ਪੁੱਤਰ ਜਵਾਨ ਬਖਤ ਨੂੰ ਗੱਦੀ ਦਿੱਤੀ ਜਾਵੇ। ਆਜ਼ਾਦੀ ਦਾ ਕੋਈ ਸੰਘਰਸ਼ ਨਹੀਂ ਸੀ। ਪਰ ਜੇ ਤੁਸੀਂ ਅੱਜ ਦੀਆਂ ਕਿਤਾਬਾਂ ਵੇਖਦੇ ਹੋ, ਉਹਨਾਂ 'ਚ ਲਿਖਿਆ ਜਾ ਰਿਹਾ ਹੈ ਕਿ 90 ਸਾਲ ਦੇਸ਼ ਨੂੰ
ਗੁਲਾਮ ਰੱਖਣ ਦੇ ਕਾਰਨ ਸਿੱਖ ਨੇ। ਜੇਕਰ ਇਹ 1857 ਦੇ ਵਿੱਚ ਆਜ਼ਾਦੀ ਸੰਘਰਸ਼ 'ਚ ਹਿੱਸਾ ਲੈਂਦੇ ਤਾਂ ਦੇਸ਼ 90 ਸਾਲ ਪਹਿਲਾਂ ਆਜ਼ਾਦ ਹੋ ਲੈਣਾ ਸੀ। ਇਹ ਆ ਜਿਹੜੇ ਸਾਡੇ 'ਤੇ ਅੱਜ ਇਲਜ਼ਾਮ ਲਾ ਰਹੇ ਨੇ, ਸਾਡੀ ਆਬਾਦੀ ਤਾਂ ਹੋਵੇ 1.5%, ਅਸੀਂ ਕੁਰਬਾਨੀਆਂ ਦੇਈਏ 90%, ਅਤੇ ਦੋਸ਼ ਸਾਡੇ 'ਤੇ ਇਹ ਲੱਗੇ ਕਿ ਇਹ ਦੇਸ਼ ਨੂੰ 90 ਸਾਲ ਗੁਲਾਮ ਰੱਖਣ ਦੇ ਕਾਰਨ ਨੇ। ਇਹਨਾਂ ਗੱਲਾਂ ਨੇ ਸਾਨੂੰ ਹਥਿਆਰਬੰਦ ਸੰਘਰਸ਼ ਵਾਸਤੇ ਮਜਬੂਰ ਕੀਤਾ। ਰਣਜੀਤ ਸਿੰਘ ਦਾ ਰਾਜ ਚੰਦਾ ਹੈ ਤਾਂ ਮਾਫ ਕਰਨਾ, ਉਹਦੇ ਤੋਂ ਬਾਅਦ ਜੋ ਸਟੇਟ ਦੀ ਭੂਮਿਕਾ ਰਹੀ, ਬੇਸ਼ੱਕ ਅਸੀਂ ਅੰਗਰੇਜ਼ਾਂ ਦੇ ਗੁਲਾਮ ਰਹੇ ਪਰ ਹਮੇਸ਼ਾ ਹੀ ਹਿੰਦੂਤਵੀ ਜਥੇਬੰਦੀਆਂ ਨੇ ਸਾਡੇ ਧਰਮ ਦੇ ਅੰਦਰ ਦਖਲ ਅੰਦਾਜ਼ੀ ਕੀਤੀ। ਜੋ ਕੁਛ ਦਿਆਨੰਦ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਬਾਰੇ ਲਿਖਿਆ, ਅਨਪੜ੍ਹ ਨੇ, ਗੁਆਰ ਨੇ, ਧਰਮ ਦੀ ਸੋਝੀ ਨਹੀਂ ਸੀ, ਧਰਮ ਦਾ ਆਧਾਰ ਨਹੀਂ ਸੀ, ਧਰਮ ਦੀ ਪਰਿਭਾਸ਼ਾ ਨਹੀਂ ਸੀ ਜਾਣਦੇ, ਗੁਰੂ ਨਾਨਕ ਸਾਹਿਬ ਦੇ ਬਾਰੇ ਬਹੁਤ ਕੁਛ ਲਿਖਿਆ ਗਿਆ, ਸਰਦਾਰ ਦਿਆ ਸਿੰਘ ਵਰਗੇ, ਦਿੱਤ ਸਿੰਘ ਵਰਗੇ ਵਿਦਵਾਨਾਂ ਨੇ ਉਹਨਾਂ ਦਾ ਜਵਾਬ ਦਿੱਤਾ ਦਿਆਨੰਦ ਦਾ। ਉਹ ਸੀ ਸਾਡੇ ਉਹਨਾਂ ਹੱਕਾਂ ਦੇ ਹਮਲਿਆਂ ਦੇ ਨਾਲ ਨਾਲ ਵਿਚਾਰਧਾਰਕ ਹਮਲਿਆਂ ਦੀ ਪ੍ਰਕਿਰਿਆ। ਉਹਦੇ ਤੋਂ ਬਾਅਦ ਸਾਡੇ ਗੁਰਧਾਮਾਂ ਦੇ ਅੰਦਰ ਮਸੰਦਾਂ ਤੋਂ ਬਾਅਦ ਜਿਹੜੀ ਮਹੰਤਾਂ ਦੀ ਸਥਾਪਤੀ ਹੋਈ, ਉਸ ਮਹੰਤਾਂ ਦੀ ਸਥਾਪਤੀ ਦੇ ਵਿੱਚ ਵੀ ਸਾਡੇ ਲੀਡਰ ਜਿਹੜੇ ਸਿਆਣੇ ਸੀ, ਜਦੋਂ ਮਾਫ ਕਰਨਾ 1921 ਦੇ ਵਿੱਚ ਨਨਕਾਣਾ ਸਾਹਿਬ ਦਾ ਮੋਰਚਾ ਚੱਲ ਰਿਹਾ ਤਾਂ ਉਸ ਵੇਲੇ ਸਰਦਾਰ ਝੱਬਰ ਨੂੰ ਸੁਨੇਹਾ ਭੇਜਿਆ ਸਰਦਾਰ ਲਛਮਣ ਸਿੰਘ ਹੋਣਾ ਨੂੰ ਕਿ ਤੁਸੀਂ ਅੰਗਰੇਜ਼ ਮੰਨ ਗਏ ਨੇ, ਅਸੀਂ ਕਬਜ਼ਾ ਲੈ ਲੈਣਾ, ਤੁਸੀਂ ਉੱਥੇ ਕੁਰਬਾਨੀ ਵਾਸਤੇ ਨਾ ਜਾਓ। ਕਿੰਨੇ ਸਚੇਤ ਸੀ ਸਾਡੇ ਲੀਡਰ। ਸਰਦਾਰ ਝੱਬਰ ਨੇ ਇੱਕ ਗੱਲ ਕਹੀ ਸੀ ਕਿ ਅੰਗਰੇਜ਼ਾਂ ਨੂੰ ਸਾਡੇ ਨਾਲ ਮਜ਼ਹਬੀ ਮੁਖਾਲਫਤ ਨਹੀਂ। ਇਸ ਗੱਲ ਨੂੰ ਅੱਜ ਦੇ ਨਜ਼ਰੀਏ 'ਚ ਵੇਖਿਓ, ਅੰਗਰੇਜ਼ਾਂ ਨੂੰ ਸਾਡੇ ਨਾਲ ਮਜ਼ਹਬੀ ਮੁਖਾਲਫਤ ਨਹੀਂ। ਇਹਨਾਂ ਦੇ ਰਾਜ ਦੇ ਵਿੱਚ ਤਾਂ ਗੁਰਦੁਆਰੇ ਆਜ਼ਾਦ ਕਰਾਉਣੇ ਸੌਖੇ ਨੇ, ਪਰ ਜਦੋਂ ਅਸੀਂ ਹਿੰਦੂ ਧਰਮ ਦੇ ਗੁਲਾਮ ਹੋ ਗਏ ਫਿਰ ਸਾਨੂੰ ਬ੍ਰਾਹਮਣਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣੇ ਬਹੁਤ ਔਖੇ ਹੋ ਜਾਣੇ। ਇੰਨੇ ਸਿਆਣੇ ਲੀਡਰ ਸੀ ਉਦੋਂ ਕੌਮ ਦੇ, ਉਹੀ ਵਰਤਾਰਾ ਵਾਪਰਿਆ। ਇਸ ਦੇ ਬਾਅਦ ਦੇ ਵਿੱਚ ਜਦੋਂ ਆਜ਼ਾਦੀ ਦੀ ਪ੍ਰਕਿਰਿਆ ਚੱਲਦੀ ਹੈ, ਇਸ ਪ੍ਰਕਿਰਿਆ ਦੇ ਵਿੱਚ ਸਾਨੂੰ ਪਹਿਲਾ ਤੋਹਫ਼ਾ ਦਿੱਤਾ ਜਾਂਦਾ ਹੈ ਕਿ ਸਿੱਖ ਕ੍ਰਿਮੀਨਲ ਪ੍ਰੋਫੈਸ਼ਨ ਨੇ, ਜ਼ਰਾਇਮ ਪੇਸ਼ਾ ਕੌਮ ਨੇ। ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਸਿੱਖਾਂ ਦੇ ਨੇੜੇ ਵੱਸਣ ਵਾਲੀਆਂ ਗੈਰ ਸਿੱਖ ਬਸਤੀਆਂ ਨੂੰ ਖਾਸ ਅਹਤਿਆਤ ਵਰਤਣ ਦੀ ਲੋੜ ਹੈ ਕਿਉਂਕਿ ਸਿੱਖ ਦੰਗਾਕਾਰੀ ਕੌਮ ਹੈ। ਇਹ ਸਾਨੂੰ ਪਹਿਲਾ ਤੋਹਫ਼ਾ ਦਿੱਤਾ ਗਿਆ ਜਦੋਂ ਅਸੀਂ ਇਸ ਦੇਸ਼ ਦੇ ਵਾਸਤੇ 90% ਕੁਰਬਾਨੀਆਂ ਕੀਤੀਆਂ, ਅਤੇ ਸਾਨੂੰ ਇਹ ਪਹਿਲਾ ਸਰਟੀਫਿਕੇਟ ਦਿੱਤਾ ਗਿਆ ਕਿ ਅਸੀਂ ਜਰਾਇਮ ਪੇਸ਼ਾ ਕੌਮ ਹੈ। ਉਸ ਤੋਂ ਬਾਅਦ ਦੂਜਾ ਸਰਟੀਫਿਕੇਟ ਇਹ ਦਿੱਤਾ ਗਿਆ ਕਿ ਜਦੋਂ ਦੁਨੀਆ ਦੇ ਵਿੱਚ ਜਿੰਨੇ ਵੀ ਅੱਜ ਤੱਕ ਵਾਟਰ ਟ੍ਰੀਟੀਜ਼ ਹੋਈਆਂ ਨੇ, ਪਾਣੀ ਦੇ ਸਮਝੌਤੇ ਹੋਏ ਨੇ, ਉਹਦੇ ਉੱਪਰ 3 ਲਾਅ ਕੰਮ ਕਰਦੇ ਨੇ, ਬੇਸਨ ਲਾਅ, ਐਂਟੀ ਬੇਸਨ ਲਾਅ, ਰਿਪੇਰੀਅਨ ਲਾਅ। ਇਹ 3 ਕਾਨੂੰਨ ਨੇ ਜਿਨ੍ਹਾਂ ਦੇ ਆਧਾਰ 'ਤੇ ਦੁਨੀਆ ਦੇ ਉੱਪਰ ਪਾਣੀਆਂ ਦੀ ਵੰਡ ਕੀਤੀ ਜਾਂਦੀ ਹੈ। ਪਰ ਜਦੋਂ ਪੰਜਾਬ ਦੇ ਪਾਣੀਆਂ ਦੀ ਵੰਡ ਕੀਤੀ ਗਈ ਤਾਂ ਇਹ 3 ਕਾਨੂੰਨ ਹੀ ਸ਼ਿੱਕੇ ਦੇ ਭੰਗ ਦਿੱਤੇ ਗਏ। ਮਾਫ ਕਰਨਾ, ਜਿੰਨਾ ਪੰਜਾਬ ਦਾ ਪਾਣੀ ਅਤੇ ਬਿਜਲੀ ਅੱਜ ਦੂਜੇ ਸਟੇਟਾਂ ਨੂੰ ਜਾ ਰਿਹਾ ਹੈ, ਜੇਕਰ ਅਸੀਂ 1955 ਦੇ ਹਿਸਾਬ ਦੇ ਨਾਲ ਆਪਣਾ ਰੇਟ ਮੰਗੀਏ ਨਾ, ਜਿਸ ਤਰ੍ਹਾਂ ਸਟੇਟਾਂ ਦੀਆਂ ਸੰਧੀਆਂ ਹੁੰਦੀਆਂ ਨੇ, ਵਾਟਰ ਟ੍ਰੀਟੀਜ਼ ਹੁੰਦੀਆਂ ਨੇ, ਅਤੇ ਪਾਣੀ ਦੇ ਕੇ ਪਾਣੀ ਦਾ ਮੁੱਲ ਲਿਆ ਜਾਂਦਾ, ਅਸੀਂ 1 ਪੈਸਾ 1 ਕਿਊਸਿਕ ਲੀਟਰ ਦਾ ਰੇਟ 1955 ਦਾ ਜਿਹੜਾ ਅੰਤਰਰਾਸ਼ਟਰੀ ਰੇਟ ਆ, ਜੇ ਸਾਨੂੰ ਉਹੀ ਦਿੱਤਾ ਜਾਵੇ ਨਾ ਤਾਂ ਸਾਡਾ $72 ਮਿਲੀਅਨ ਦੂਜੇ ਸਟੇਟਾਂ ਵੱਲ ਬਣਦਾ ਹਰ ਸਾਲ। ਅਤੇ ਸਮਝੋ ਕਿ ਜੇਕਰ ਇੰਨੇ ਬਿਲੀਅਨ ਡਾਲਰ ਪੰਜਾਬ ਨੂੰ ਉਹਦੇ ਪਾਣੀਆਂ ਦਾ ਮਿਲੇ ਤਾਂ ਪੰਜਾਬ ਕਿੰਨਾ ਖੁਸ਼ਹਾਲ ਹੋਵੇਗਾ। ਸਾਡੇ ਉਹ ਵੀ ਹੱਕਾਂ 'ਤੇ ਡਾਕਾ ਮਾਰਿਆ ਗਿਆ। ਦੂਸਰਾ ਡਾਕਾ ਸਾਡੇ 'ਤੇ ਇਹ ਵੱਜਾ ਕਿ ਜੇਕਰ ਪੰਜਾਬ ਦੇ ਵਿੱਚ ਕਿਸੇ ਨੇ ਉਦਯੋਗ ਲਾਉਣਾ ਹੈ ਤਾਂ ਉਸ ਨੂੰ ਟੈਕਸ ਦੇਣਾ ਪੈਂਦਾ ਹੈ, ਪਰ ਜੇਕਰ ਦੂਜੇ ਸਟੇਟਾਂ ਦੇ ਵਿੱਚ ਉਦਯੋਗ ਲਾਉਣਾ ਹੋਵੇ ਤਾਂ ਉਸ ਵੇਲੇ ਉਹਨਾਂ ਨੂੰ ਵੱਖਰੀ ਰਿਆਤ ਦਿੱਤੀ ਜਾਂਦੀ ਹੈ ਔਰ 10 ਸਾਲ ਦੇ ਵਾਸਤੇ ਟੈਕਸ ਮਾਫ਼ੀ ਦਿੱਤੀ ਜਾਂਦੀ ਹੈ। ਤੀਸਰੀ ਗੱਲ ਹੋਈ ਜਦੋਂ ਸੂਬਿਆਂ ਦੀ ਵੰਡ ਹੋਈ, ਤਾਮਿਲਨਾਡੂ ਬਣਿਆ, ਗੁਜਰਾਤ ਬਣਿਆ, ਕੇਰਲਾ ਬਣਿਆ, ਮਦਰਾਸ ਬਣਿਆ, ਮਹਾਰਾਸ਼ਟਰ ਬਣਿਆ, ਕਿਸੇ ਵੀ ਸੂਬੇ ਨੂੰ ਆਪਣੀ ਬੋਲੀ 'ਤੇ ਆਧਾਰਿਤ ਦਿਸ਼ਾ ਜਾਂ ਆਪਣੀਆਂ ਹੱਦਾਂ ਤੈਅ ਕਰਨ ਦੇ ਵਾਸਤੇ ਨਾ ਸੰਘਰਸ਼ ਕਰਨਾ ਪਿਆ, ਨਾ ਕੁਰਬਾਨੀ ਕਰਨੀ ਪਈ। ਕੇਵਲ ਇੱਕ ਪੰਜਾਬ ਸੀ
ਜਿਹਨੂੰ ਪੰਜਾਬੀ ਸੂਬਾ ਲੈਣ ਦੇ ਬਦਲੇ ਕੁਰਬਾਨੀਆਂ ਕਰਨੀਆਂ ਪਈਆਂ। ਸਾਨੂੰ ਆਪਣੀ ਭਾਸ਼ਾ ਦਾ ਸੂਬਾ ਲੈਣ ਦੇ ਵਾਸਤੇ ਵੀ ਕੁਰਬਾਨੀਆਂ ਕਰਨੀਆਂ ਪਈਆਂ। ਇਹ ਸਾਡੇ ਉੱਪਰ ਤੀਜਾ ਵਿਸਾਖਾਤ ਸੀ। ਇਹਨਾਂ ਸਾਰੇ ਸਰੋਤਾਂ ਦੇ ਨਾਲ ਸਾਡੇ ਕੋਲ ਪਾਣੀ ਗਿਆ, ਸਾਡੇ ਕੋਲ ਉਦਯੋਗ ਗਿਆ, ਸਾਡੇ ਕੋਲ ਬੋਲੀ ਗਈ, ਸਾਡੇ ਕੋਲ ਵਿੱਦਿਅਕ ਸਹੂਲਤਾਂ ਜਾਂਦੀਆਂ ਰਹੀਆਂ, ਅਤੇ ਸਾਡੇ ਕੋਲੋਂ ਫੌਜ ਦੇ ਵਿੱਚ ਨੌਕਰੀ ਜਿਹੜੀ ਅੰਗਰੇਜ਼ਾਂ ਦੇ ਸਮੇਂ 30% ਸੀ ਘਟਾ ਕੇ 1.5% ਕਰ ਦਿੱਤੀ ਗਈ। ਹੁਣ ਤੁਸੀਂ ਵੇਖੋ ਇਹਦੇ ਪਿੱਛੇ ਨੀਤੀ ਕਿਹੜੀ ਕੰਮ ਕਰ ਰਹੀ ਸੀ। ਚਾਣਕਿਆ ਦੀਆਂ ਦੋ ਕਿਤਾਬਾਂ ਨੇ, ਚਾਣਕਿਆ ਨੀਤੀ ਅਤੇ ਚਾਣਕਿਆ ਸੂਤਰ। ਚਾਣਕਿਆ ਨੀਤੀ ਦੇ ਵਿੱਚ ਹੈ ਰਾਜ ਲੈਣਾ ਕਿਵੇਂ ਹੈ, ਚਾਣਕਿਆ ਸੂਤਰ ਦੇ ਵਿੱਚ ਹੈ ਰਾਜ ਕਰਨਾ ਕਿਵੇਂ ਹੈ। ਪਹਿਲਾਂ ਉਹ ਰਾਜ ਲੈਣ ਦੀ ਗੱਲ ਕਰਦਾ ਕਿ ਦੂਜੀਆਂ ਕੌਮਿਤਿਆਂ ਨੂੰ ਤਬਾਹ ਕਿਵੇਂ ਕਰਨਾ ਹੈ। ਉਹ ਕਹਿੰਦਾ ਧਨਿਕ ਸ਼ਤਰੂ ਰਾਜਾ ਨਦੀ ਵੈਦ ਅਸਤ ਪੰਚਮ ਪੱਚਮ ਜਤਰਨਾ ਵਿਦਤ ਹੈ ਤੱਤਰ ਦਿਵਸ ਵਸੇਤਮ। ਕਹਿੰਦਾ ਜਿਸ ਕੌਮ ਨੂੰ ਖਤਮ ਕਰਨਾ ਹਮੇਸ਼ਾ ਵਾਸਤੇ, ਉਹ ਤੋਂ ਪੰਜ ਚੀਜ਼ਾਂ ਖੋਲ ਲਓ। ਧਨਿਕ ਉਦਯੋਗ, ਰਾਜਾ ਇਨਸਾਫ, ਨਦੀ ਪਾਣੀ, ਵੈਦ ਸਹੂਲਤਾਂ। ਇਹ ਸਾਰੀਆਂ ਪੰਜ ਸਹੂਲਤਾਂ ਕਹਿੰਦਾ ਉਦਯੋਗ ਖੋਲੋ, ਪਾਣੀ ਖੋਲੋ, ਇਨਸਾਫ ਖੋਲੋ, ਫੌਜ ਦੇ ਵਿੱਚੋਂ ਭਰਤੀ ਖੋਲੋ ਅਤੇ ਉਹਨਾਂ ਦੀਆਂ ਵਿੱਦਿਅਕ ਸਹੂਲਤਾਂ ਖੋਲੋ। ਕੀ ਇਹ ਪੰਜ ਸਹੂਲਤਾਂ ਸਾਡੇ ਕੋਲੋਂ ਨਹੀਂ ਖੋਈਆਂ ਗਈਆਂ? ਜਦੋਂ ਇਹ ਪੰਜ ਹੀ ਚੀਜ਼ਾਂ ਇੱਕ ਸਟੇਟ ਕੋਲ ਖੋ ਲਈਆਂ ਅਤੇ ਫਿਰ ਕਹਿੰਦਾ ਵੀ ਇਹਨਾਂ 'ਤੇ ਰਾਜ ਕਰਨਾ ਕਿਵੇਂ ਹੈ, ਰਾਜ ਲੈ ਤੇ ਲਿਆ ਕਰਨਾ ਕਿਵੇਂ ਹੈ। ਸੂਤਰ ਦੇ ਵਿੱਚ ਲਿਖਦਾ ਕਹਿੰਦਾ ਮਾਤ ਸ਼ਤਰੂ ਪਿਤਾ ਵੈਰੀ ਯੈਨ ਬਾਲਿਕ ਨਾ ਪਠਿਤ ਨਾ ਸੋਭਤ ਸਭਾ ਮਦਤ ਹੈ ਹੰਸ ਮਦਤ ਹੈ ਬਕੋ ਜਥਾ। ਕਹਿੰਦਾ ਕਿ ਉਸ ਕੌਮ ਦੇ ਧਰਮ ਨੂੰ ਖਤਮ ਕਰਨ ਦੇ ਵਾਸਤੇ ਇਹੋ ਜਿਹੇ ਪ੍ਰਚਾਰਕ ਧਰਮ ਦੇ ਵਿੱਚ ਸ਼ਾਮਿਲ ਕਰ ਦੇਵੋ ਕਿ ਉਹ ਉਸ ਧਰਮ ਦੇ ਸਿਧਾਂਤਾਂ ਨੂੰ ਖਤਮ ਕਰਨਾ ਸ਼ੁਰੂ ਕਰ ਦੇਣ। ਰਾਜ ਨੂੰ ਸਥਿਰ ਕਿਵੇਂ ਰੱਖਣਾ, ਇਹ ਸਾਡੇ 'ਤੇ ਦੂਸਰਾ ਹਮਲਾ ਸੀ ਜਿਹੜਾ ਨਰਕਧਾਰੀਆਂ ਦੇ ਰੂਪ ਦੇ ਵਿੱਚ ਕੀਤਾ ਗਿਆ। ਜੇਕਰ ਤੁਸੀਂ 1950 ਦੇ ਵਿੱਚ ਰਿਕਾਰਡਸ ਆਫ ਦਾ ਸਿਲੈਕਸ਼ਨ ਆਫ ਮਿਲਟਰੀ ਰਿਕਾਰਡਸ ਜਿਹੜੇ ਨੇ ਮਿਸਟਰ GW ਫੋਰੈਸਟ 'ਤੇ ਲਿਖੇ ਹੋਏ ਉਹਨਾਂ ਨੂੰ ਪੜ੍ਹੋ ਨਾ, ਅਤੇ ਉਹ ਕਹਿੰਦਾ ਕਿ ਸਿੱਖਾਂ ਦੇ ਨਾਲ ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ, ਚਾਹੇ ਉਹ ਦੇਹਧਾਰੀ ਗੁਰੂ ਡੰਮ ਹੈ, ਚਾਹੇ ਦੇਹਧਾਰੀ ਗੁਰੂ ਡੰਮ ਦੀ ਲਹਿਰ ਹੈ, ਚਾਹੇ RSS ਵਰਗੀਆਂ ਸੰਸਥਾਵਾਂ ਨੇ ਜਿਹੜੀਆਂ 1920 'ਚ ਹੋਣ 'ਚ ਆਉਂਦੀਆਂ ਨੇ, ਕਹਿੰਦਾ ਹਰ ਸਿੱਖ ਵਿਰੋਧੀ ਸੰਸਥਾ ਦੀ ਪੁਸ਼ਤ ਪਨਾਹੀ ਸਰਕਾਰ ਵੱਲੋਂ ਕੀਤੀ ਜਾਂਦੀ ਰਹੀ ਹੈ। ਇੱਕ ਅੰਗਰੇਜ਼ ਦੀ ਰਿਪੋਰਟ ਹੈ। ਹਰ ਸਿੱਖ ਵਿਰੋਧੀ ਕਾਰਵਾਈ, ਹਰ ਸਿੱਖ ਵਿਰੋਧੀ ਡੇਰਾ, ਹਰ ਸਿੱਖ ਵਿਰੋਧੀ ਸੰਸਥਾ ਦੇ ਪਿੱਛੇ ਸਰਕਾਰੀ ਤੰਤਰ ਕਾਰਜਸ਼ੀਲ ਹੈ। ਇਸੇ ਤਰ੍ਹਾਂ ਹੀ ਨਰਕਧਾਰੀਆਂ ਦੇ ਪਿੱਛੇ ਵੀ ਸਰਕਾਰੀ ਤੰਤਰ ਜਿਹੜਾ ਸੀ ਉਹ ਕਾਰਜਸ਼ੀਲ ਹੋਇਆ। ਨਰਕਧਾਰੀਆਂ ਦੇ ਪਿੱਛੇ ਕਾਰਜਸ਼ੀਲ ਹੋਏ ਉਹ ਸਰਕਾਰੀ ਤੰਤਰ ਨੇ ਸਭ ਤੋਂ ਪਹਿਲਾਂ ਇਹਨਾਂ ਦੀ ਕਿਤਾਬ ਨੂੰ ਪਬਲਿਸ਼ ਕੀਤਾ, ਅਵਤਾਰ ਬਾਣੀ। ਅਵਤਾਰ ਬਾਣੀ ਦੇ ਵਿੱਚ ਹੈਰਾਨ ਹੋਵੋਗੇ ਤੁਸੀਂ ਜਿਹੜੇ ਸ਼ਬਦ ਵਰਤੇ ਗਏ। ਅੰਮ੍ਰਿਤ ਸਰੋਵਰ ਦੇ ਬਾਰੇ ਨਰਕਧਾਰੀਆਂ ਦੀ ਕਿਤਾਬ ਦੇ ਵਿੱਚ ਸ਼ਬਦ ਵਰਤਿਆ ਗਿਆ ਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਗੰਦ ਮੂਤ ਨਾਲ ਭਰੀ ਹੋਈ ਛੱਪੜੀ ਜਿਹੀ 'ਚ ਡੱਡੂ ਅਤੇ ਮੱਛੀਆਂ ਪਲਦੀਆਂ ਨੇ, ਉਹਦੇ ਵਿੱਚ ਇਸ਼ਨਾਨ ਕਰਕੇ ਕੌਣ ਪਵਿੱਤਰ ਹੋ ਸਕਦਾ? ਜਦੋਂ ਕਿ 18ਵੀਂ ਸਦੀ ਦੇ ਵਿੱਚ ਜਦੋਂ ਇਸਲਾਮੀ ਸ਼ਾਸਕ ਆਪਣੇ ਵਜ਼ੀਰਾਂ ਨੂੰ ਪੁੱਛਦੇ ਸੀ ਨਾ ਕਿ ਸਿੱਖਾਂ ਦੇ ਕੋਲ ਕਿਹੜੀ ਤਾਕਤ ਹੈ ਕਿ ਇਹ ਮੈਦਾਨੇ ਜੰਗ ਦੇ ਵਿੱਚ ਜ਼ਖਮੀ ਹੋਏ ਮੁਰਦਿਆਂ ਵਾਂਗੂ ਪਏ ਹੁੰਦੇ ਨੇ, ਫਿਰ ਦੂਜੀ ਵਾਰੀ ਵੇਖੀਦਾ ਸਾਡੇ ਸਾਹਮਣੇ ਮੈਦਾਨੇ ਜੰਗ ਦੇ ਵਿੱਚ ਲੜ ਰਹੇ ਹੁੰਦੇ ਨੇ, ਤਾਂ ਉਸ ਵੇਲੇ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਜਵਾਬ ਦਿੱਤਾ ਸੀ, ਕਹਿੰਦਾ ਮੁਰਸ਼ਦ ਇਨਕਾ ਵਲੀ ਪਿਓ ਹੈ, ਇਨਕੋ ਆਬੇ ਹਯਾਤ ਦੀ ਉਹ ਹੈ। ਇਹਨਾਂ ਦਾ ਗੁਰੂ ਐਸਾ ਵਲੀ ਹੋਇਆ, ਇਹਨਾਂ ਨੂੰ ਅੰਮ੍ਰਿਤ ਸਰੋਵਰ ਦੀ ਇਹੋ ਜਿਹੀ ਦਾਤ ਦੇ ਗਿਆ ਕਿ ਉਹਦੇ ਵਿੱਚ ਇਸ਼ਨਾਨ ਕਰਦੇ ਨੇ, ਫਿਰ ਰਿਸ਼ਟ ਪੁਸ਼ਟ ਹੋ ਕੇ ਸਾਡੇ ਸਾਹਮਣੇ ਮੈਦਾਨੇ ਜੰਗ 'ਚ ਜੂਝਦੇ ਨੇ। ਅੱਜ ਉਹਨੂੰ ਗੰਦ ਮੂਤ ਦੀ ਛੱਪੜੀ ਕਿਹਾ ਜਾ ਗਿਆ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਬਾਰੇ ਅਵਤਾਰ ਬਾਣੀ ਕਿਤਾਬ ਦੇ ਵਿੱਚ ਟਿੱਪਣੀ ਕੀਤੀ ਗਈ। ਉਹ ਟਿੱਪਣੀ ਸੀ ਕਿ ਨਾਮ ਕਿਸ਼ਮ ਅਤੇ ਨਾਨਕ ਵਰਗੇ ਰੱਬ ਦਾ ਭੇਦ ਨਾ ਪਾ ਸਕੇ, ਔਰ ਰੱਬ ਦੀ ਜਿਹੜੀ ਕੰਪੈਰੀਜ਼ਨ ਸੀਗਾ, ਰੱਬ ਦੀ ਜਿਹੜੀ ਤੁਲਨਾ ਸੀ ਉਹ ਕੀਤੀ ਗਈ ਗੁਰਬਚਨੇ ਨਿਰੰਕਾਰੀ ਦੀ ਪਤਨੀ ਦੇ ਨਾਲ, ਜਗਤ ਮਾਤਾ ਦੇ ਨਾਲ। ਕਿਹਾ ਗਿਆ ਕਿ ਜਗਤ ਮਾਤਾ ਰੱਬ ਹੈ ਅਤੇ ਗੁਰੂ ਨਾਨਕ ਇਹਦਾ ਭੇਦ ਨਹੀਂ ਪਾ ਸਕਿਆ। ਇਹ ਸੀ ਸਾਡੀ ਵਿਚਾਰਧਾਰਾ 'ਤੇ ਹਮਲਾ। ਉਸ ਤੋਂ ਬਾਅਦ ਹਮਲਾ ਸੀ ਸਾਡੀ ਵਿਲੱਖਣਤਾ 'ਤੇ, ਜਿੱਥੇ ਚਾਣਕਿਆ ਦੀ ਅਗਲੀ ਨੀਤੀ ਸ਼ੁਰੂ ਹੁੰਦੀ ਹੈ। ਉਹ ਅਗਲੀ ਗੱਲ ਕਹਿੰਦਾ ਚਾਣਕਿਆ ਕਿ ਨਾ ਸੋਭਤ ਹੈ ਸਭਾ ਮਦਤ ਹੈ ਹੰਸ ਮਦਤ ਹੈ ਬੱਕੋ ਜਥਾ। ਅਗਲੀ ਗੱਲ ਵਿਚਾਰਧਾਰਾ ਨੂੰ ਖਤਮ ਕਰਨਾ। ਵਿਚਾਰਧਾਰਾ ਕਿਵੇਂ ਖਤਮ ਕੀਤੀ ਗਈ?
ਸਾਡੀ ਅੰਮ੍ਰਿਤ ਸੰਸਕਾਰ ਦੀ ਪ੍ਰਕਿਰਿਆ ਸਾਡੀ ਵਿਲੱਖਣਤਾ ਦਾ ਪ੍ਰਤੀਕ ਸੀ। ਅੰਮ੍ਰਿਤ ਸੰਸਕਾਰ ਤੋਂ ਬਾਅਦ ਜਦੋਂ ਅਸੀਂ ਪੰਜ ਘਕਾਰੀ ਰਹਿਤ ਦੇ ਧਾਰਨੀ ਹੋ ਜਾਂਦੇ ਹਾਂ ਤਾਂ ਗੁਰੂ ਪਾਤਸ਼ਾਹ ਦਾ ਸਾਨੂੰ ਸੰਦੇਸ਼ ਦ੍ਰਿੜ ਕਿਹਾ ਜਾਂਦਾ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਨਿਰੰਕਾਰੀਆਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੇ ਤਾਂ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਸੀ, ਮੈਂ ਅੰਮ੍ਰਿਤਸਰ ਦੀ ਧਰਤੀ ਤੇ ਸੱਤ ਸਤਾਰਿਆਂ ਦੀ ਸਾਜਨਾ ਕਰੂੰਗਾ। ਇਹ ਸਾਡੇ ਧਰਮ ਤੇ ਹਮਲਾ ਸੀ। ਸੋ ਇਹ ਉਹ ਗੱਲਾਂ ਨੇ ਜਿਹੜੀਆਂ ਇੱਕ ਕੌਮ ਨੂੰ ਖਤਮ ਕਰਨ ਦੇ ਵਾਸਤੇ ਵਰਤੀਆਂ ਜਾਂਦੀਆਂ ਨੇ। ਉਦਯੋਗ ਤੇ ਹਮਲਾ, ਫੌਜ ਦੀ ਭਰਤੀ ਤੇ ਹਮਲਾ, ਇਨਸਾਫ ਨਾ ਦੇਣਾ, ਪਾਣੀ ਨਾ ਦੇਣਾ, ਖਤਮ ਕਰ ਦੇਣਾ, ਧਾਰਮਿਕ ਵਿਚਾਰਧਾਰਾ ਤੇ ਹਮਲਾ, ਵਿਲੱਖਣਤਾ ਤੇ ਹਮਲਾ, ਧਾਰਮਿਕ ਅਸੂਲਾਂ ਤੇ ਹਮਲਾ, ਮਰਿਆਦਾ ਨੂੰ ਖਤਮ ਕਰਨਾ, ਧਾਰਮਿਕ ਕੇਂਦਰ ਨੂੰ ਖਤਮ ਕਰਨਾ, ਜੇ ਇੰਨੇ ਕੁਝ ਹੋਣ ਦੇ ਬਾਵਜੂਦ ਵੀ ਕੋਈ ਕੌਮ ਸ਼ਸਤਰਧਾਰੀ ਸੰਘਰਸ਼ ਦੇ ਵਾਸਤੇ ਮਜਬੂਰ ਨਹੀਂ ਹੋਵੇਗੀ ਤਾਂ ਫਿਰ ਉਸਨੂੰ ਕੌਮ ਹੀ ਨਹੀਂ ਕਿਹਾ ਜਾ ਸਕਦਾ। ਹਰ ਕੌਮ ਨੂੰ ਹੋਣਾ ਪੈਂਦਾ। ਚਾਣਕਿਆ ਖੁਦ ਲਿਖਦਾ ਆਪਣੀ ਅਗਲੀ ਗੱਲ ਦੇ ਵਿੱਚ, ਉਹ ਕਹਿੰਦਾ ਕਿ ਰਿਣੀ ਕੁਆਰੀ ਕੋ ਪਿਤਾ ਜੈ ਸਿਰ ਵੈਰੀ ਹੋਏ, ਕਹਿ ਉਹ ਹਿੰਦੂ ਧਰਮ ਨੂੰ ਰਿਹਾ, ਪਰ ਉਹ ਚੋਂ ਸਾਨੂੰ ਵੀ ਸਿੱਖਿਆ ਲੈਣੀ ਪਵੇਗੀ। ਉਹ ਕਹਿੰਦਾ ਰਿਣੀ ਕੁਆਰੀ ਕੋ ਪਿਤਾ ਜੈ ਸਿਰ ਵੈਰੀ ਹੋਏ, ਇਨ ਤੀਨੋ ਕੇ ਨੀਂਦ ਨੈਣ ਮੇ ਨਿੰਦਰਾ ਕਭੀ ਨਾ ਹੋਏ। ਰਿਣੀ ਕਹਿੰਦਾ ਜਿਸ ਕੌਮ ਦੇ ਸਿਰ ਦੇ ਉੱਪਰ ਆਪਣੀ ਕੌਮ ਦੇ ਵਡੇਰਿਆਂ ਦੇ ਸ਼ਹੀਦਾਂ ਦਾ ਕਰਜ਼ ਹੋਵੇ। ਕੁਆਰੀ ਕੋ ਪਿਤਾ ਜਿਸ ਕੌਮ ਦੀ ਇੱਜ਼ਤ ਦਿੱਲੀ ਦੇ ਗਲੀਆਂ ਬਾਜ਼ਾਰਾਂ ਦੇ ਵਿੱਚ ਨਿਲਾਮ ਕੀਤੀ ਹੋਏ। ਜੈ ਸਿਰ ਵੈਰੀ ਹੋਏ ਜਿਸ ਕੌਮ ਦੇ ਸਿਰ ਦੇ ਉੱਪਰ ਰੋਜ਼ ਵਿਚਾਰਧਾਰਾ ਤੇ ਹਮਲਾ ਕਰਨ ਵਾਲਾ ਵੈਰੀ ਹੋਏ। ਕਹਿੰਦਾ ਇਨ ਤੀਨੋ ਕੇ ਨੈਣ ਮੇ ਨਿੰਦਰਾ ਕਭੀ ਨਾ ਹੋਏ। ਕਹਿੰਦਾ ਇਹ ਤਿੰਨ ਦੁੱਖਾਂ ਵਾਲੇ ਮਨੁੱਖ ਨੂੰ ਕਦੀ ਸੌਣਾ ਨਹੀਂ ਚਾਹੀਦਾ, ਜਾ ਕੇ ਆਪਣੀ ਕੌਮ ਦੇ ਭਵਿੱਖ ਦਾ ਚਿੰਤਨ ਕਰਨਾ ਚਾਹੀਦਾ। ਸੋ ਉਹ ਚਿੰਤਨ ਕਰਨ ਵਾਲਾ ਸੂਰਮਾ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਉਹਨਾਂ ਨੇ ਉਸ ਚਿੰਤਨ ਨੂੰ ਜਨਮ ਦਿੱਤਾ। ਸੋ ਇਸ ਕਰਕੇ ਅਸੀਂ ਹਥਿਆਰਬੰਦ ਸੰਘਰਸ਼ ਕੀਤਾ ਨਹੀਂ, ਸਾਨੂੰ ਮਜਬੂਰ ਕੀਤਾ ਗਿਆ ਉਸ ਸੰਘਰਸ਼ ਦੇ ਵਾਸਤੇ। ਤੇ ਹੁਣ ਖਿਆਲ ਕਰੀਏ, ਹਥਿਆਰ ਦੂਜਾ ਸਵਾਲ ਸਾਡੀ ਮਾਨਸਿਕਤਾ 'ਚ ਕਈ ਵਾਰੀ ਆਉਂਦਾ ਹੈ, ਹਥਿਆਰਬੰਦ ਸੰਘਰਸ਼ ਦੇ ਵਾਸਤੇ ਅਕਾਲ ਤਖ਼ਤ ਸਾਹਿਬ ਨੂੰ ਕਿਉਂ ਚੁਣਿਆ ਗਿਆ? ਅਨੰਦਪੁਰ ਸਾਹਿਬ ਮਤਾ ਹੀ ਕਿਉਂ ਬਹਾਨਾ ਬਣਿਆ? ਇਤਿਹਾਸਕ ਪਿਛੋਕੜ 'ਚ ਵੇਖੀਏ, ਕਿਉਂਕਿ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਅੱਜ ਦੀਆਂ ਵਾਪਰੀਆਂ ਹੋਈਆਂ ਘਟਨਾਵਾਂ ਨੇ ਕੱਲ੍ਹ ਨੂੰ ਇਤਿਹਾਸ ਦਾ ਰੂਪ ਲੈਣਾ ਹੈ। ਅਤੇ ਜੇ ਅੱਜ ਅਸੀਂ ਇਹਨਾਂ ਦਾ ਸਹੀ ਮੁਲਾਂਕਣ ਨਾ ਕੀਤਾ, ਮਾਫ਼ ਕਰਨਾ, ਬੰਦਾ ਸਿੰਘ ਬਹਾਦਰ ਦੇ ਬਾਰੇ ਜੋ ਭੁਲੇਖੇ ਸਰਕਾਰ ਦੇ ਵੱਲੋਂ ਉਹਨਾਂ ਸਮਿਆਂ 'ਚ ਪਾਏ ਗਏ, ਅੱਜ ਉਹਨਾਂ ਨੂੰ ਸਾਫ਼ ਕਰਦਿਆਂ 300 ਸਾਲ ਲੱਗ ਗਏ ਨੇ। ਅੱਜ ਕਿਤੇ ਅਸੀਂ ਬੰਦਾ ਸਿੰਘ ਬਹਾਦਰ ਦੀ ਸਹੀ ਤਸਵੀਰ ਲੋਕਾਂ ਦੇ ਸਾਹਮਣੇ ਰੱਖ ਸਕੇ ਹਾਂ? ਕਿਉਂਕਿ ਸਟੇਟ ਵੱਲੋਂ ਇੰਨਾ ਬਦਨਾਮ ਕਰ ਦਿੱਤਾ ਗਿਆ, ਅਸੀਂ ਕੁਝ ਲਿਖ ਨਾ ਸਕੇ। ਬੰਦਾ ਸਿੰਘ ਬਹਾਦਰ ਦੇ ਜੀਵਨ ਕਾਲ ਦੇ ਵਿੱਚ ਹੀ ਅਖ਼ਬਾਰ ਅਤੇ ਦਰਬਾਰੇ ਮੌਲਾ ਤੋਂ ਲੈ ਕੇ ਇਬਰਤਨਾਮੇ ਦੇ ਲਿਖਾਰੀ ਮੁਹੰਮਦ ਕਾਸਮ ਲਾਹੌਰੀ ਤੱਕ 33 ਕਿਤਾਬਾਂ, 33 ਸਰੋਤ ਲਿਖ ਦਿੱਤੇ ਮੁਸਲਮਾਨਾਂ ਨੇ, ਕਿਉਂਕਿ ਸਭ ਤੋਂ ਵੱਡੀ ਲਹਿਰ ਸੀ, ਉਹਨੂੰ ਬਦਨਾਮ ਕਿਵੇਂ ਕਰਨਾ? ਇਸੇ ਤਰ੍ਹਾਂ ਸਾਡਾ ਵੀ 28 ਤੋਂ 30 ਸਾਲ ਦਾ ਸਮਾਂ ਹੈ, ਸੰਘਰਸ਼ ਦੇ ਬਾਰੇ 132-133 ਕਿਤਾਬਾਂ ਲਿਖੀਆਂ ਗਈਆਂ ਨੇ। ਤੁਹਾਨੂੰ 4 ਕੁ ਕਿਤਾਬਾਂ ਲੱਗਣਗੀਆਂ ਜਿਨ੍ਹਾਂ ਦੇ ਵਿੱਚ ਅਸੀਂ ਸਿੱਖ ਇਤਿਹਾਸ ਦਾ ਬੜਾ ਵਧੀਆ ਤਰੀਕੇ ਨਾਲ ਅਧਿਐਨ ਕੀਤਾ ਹੈ ਆਪਣੀਆਂ ਸਮੱਸਿਆਵਾਂ ਦਾ। ਬਹੁਤੀਆਂ ਕਿਤਾਬਾਂ ਸਟੇਟ ਵੱਲੋਂ, ਸਟੇਟ ਦੇ ਜਰ ਖਰੀਦ ਲਿਖਾਰੀਆਂ ਵੱਲੋਂ ਅਤੇ ਸਟੇਟ ਦੇ ਜਿਹੜੇ ਰਿਟਾਇਰਡ ਆਫਿਸਰ ਨੇ ਉਹਨਾਂ ਵੱਲੋਂ ਲਿਖੀਆਂ ਗਈਆਂ ਨੇ, ਜਿਨ੍ਹਾਂ ਨੇ ਸਾਡੀ ਲਹਿਰ ਦਾ, ਸਾਡੀਆਂ ਭਾਵਨਾਵਾਂ ਦਾ ਸਹੀ ਰੂਪ ਦੇ ਵਿੱਚ ਨਾ ਬਿਆਨ ਕੀਤਾ, ਨਾ ਉਹਨਾਂ ਨੇ ਤਰਜਮਾਨੀ ਕੀਤੀ ਹੈ। ਇਹ 'ਚ ਕੋਈ ਸ਼ੱਕ ਨਹੀਂ, ਜਦੋਂ ਅਸੀਂ ਲਹਿਰ ਦਾ, ਸੰਘਰਸ਼ ਦਾ, ਬਗਾਵਤ ਦਾ, ਇਹ ਤਿੰਨ ਚੀਜ਼ਾਂ, ਐਜੀਟੇਸ਼ਨ, ਮਿਊਟੀਨੇਸ਼ਨ ਐਂਡ ਸਟਰਗਲ, ਜਦੋਂ ਅਸੀਂ ਤਿੰਨ ਚੀਜ਼ਾਂ ਦਾ ਅਧਿਐਨ ਕਰਦੇ ਹਾਂ ਇਤਿਹਾਸ ਦੇ ਨਜ਼ਰੀਏ ਦੇ ਵਿੱਚ, ਤਾਂ ਕਈ ਵਾਰੀ ਛੋਟੀ ਜਿਹੀ ਬਗਾਵਤ ਸੰਘਰਸ਼ ਦਾ ਰੂਪ ਲੈ ਲੈਂਦੀ ਹੈ, ਸੰਘਰਸ਼ ਇੱਕ ਲਹਿਰ ਦਾ ਰੂਪ ਲੈ ਲੈਂਦੀ ਹੈ, ਪਰ ਉਸ ਲਹਿਰ ਦੀ ਜਿਹੜੀ ਨਿਸ਼ਾਨੇ ਦੀ ਸੀਮਾ ਉਹ ਕਈ ਵਾਰੀ ਮੁੱਖ ਨਿਰਧਾਰਤ ਨਹੀਂ ਕਰ ਸਕਦਾ। ਇੱਕ ਉਦਾਹਰਣ ਤੁਹਾਡੇ ਨਾਲ ਸਾਂਝੀ ਕਰਦਾ। ਜਿਸ ਵੇਲੇ 1620 ਦੇ ਵਿੱਚ ਸ਼ਾਹਜਹਾਨ ਦੇ ਇੱਕ ਜਰਨੈਲ ਵੱਲੋਂ ਛੱਡਿਆ ਗਿਆ ਬਾਜ ਆਕਾਸ਼ ਦੇ ਵਿੱਚ ਉੱਡਦਾ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਛੱਡਿਆ ਗਿਆ ਬਾਜ ਉਸ ਬਾਜ ਨੂੰ ਜ਼ਮੀਨ 'ਤੇ ਸੁੱਟ ਲੈਂਦਾ, ਬਾਜ ਸਿੱਖਾਂ ਦੇ ਹੱਥ ਲੱਗਦਾ, ਜ਼ਖਮੀ ਹੋਏ ਬਾਜ ਨੂੰ ਫੜ ਕੇ ਸਿੱਖ ਲੈ ਆਉਂਦੇ ਨੇ, ਪਾਤਸ਼ਾਹ ਦੇ ਸਾਹਮਣੇ ਰੱਖ ਦਿੰਦੇ ਨੇ। ਸ਼ਾਹਜਹਾਨ ਦੇ ਅਹਿਲਕਾਰਾਂ ਦੇ ਸਿਪਾਹੀਆਂ ਨੂੰ ਪਤਾ ਲੱਗਦਾ ਹੈ ਕਿ ਬਾਜ ਸਿੱਖਾਂ ਦੇ ਕਬਜ਼ੇ ਦੇ ਵਿੱਚ ਆਉਂਦੇ ਨੇ ਪਾਤਸ਼ਾਹ ਦੇ ਕੋਲ ਲੈਣ ਦੇ ਵਾਸਤੇ। ਪਾਤਸ਼ਾਹ ਜਵਾਬ ਦੇ ਦਿੰਦੇ ਨੇ, ਨਹੀਂ, ਇਹ ਬਾਜ ਨਹੀਂ ਦਿੱਤਾ ਜਾਵੇਗਾ। 1620-21 ਦੀ ਘਟਨਾ। ਜਿਹੜੇ ਸਾਡੇ ਵਰਗੇ ਢਿੱਲੜ ਕਿਸਮ ਦੇ ਸਿੱਖ ਨੇ ਉਹ ਕਹਿ ਰਹੇ ਨੇ ਇਹ ਤਾਂ ਇੱਕ ਸਿਰਫ ਇੱਕ ਮਿਊਟੀਨੇਸ਼ਨ ਹੈ, ਛੋਟੀ ਜਿਹੀ ਬਗਾਵਤ ਹੈ,
ਇਹਦੇ ਨਾਲ ਕੀ ਹੋਵੇਗਾ, ਪਾਤਸ਼ਾਹ ਬਾਜ ਵਾਪਸ ਕਰ ਦੇਣਾ ਚਾਹੀਦਾ, ਬਾਜ ਤੋਂ ਲੜਾਈ ਕਿਉਂ? ਪਾਤਸ਼ਾਹ ਦਾ ਜਵਾਬ ਕੀ ਹੈ, ਤਿੰਨ ਤੇ ਬਾਜ ਨਹੀਂ ਹਮ ਦੇਣਾ, ਅਬ ਤਾਜ ਰਾਜ ਤਿੰਨ ਤੇ ਸਭ ਲੈਣਾ। ਅੱਜ ਬਾਜ ਨੂੰ ਦੇ ਦਿੱਤਾ ਨਾ ਤੇ ਬਾਜ ਰਾਜ ਸ਼ਕਤੀ ਦਾ ਪ੍ਰਤੀਕ ਹੁੰਦਾ, ਅਸੀਂ ਰਾਜ ਸ਼ਕਤੀ ਦੇ ਪ੍ਰਤੀਕ ਨੂੰ ਗਵਾ ਪਾਵਾਂਗੇ, ਲੜਾਈ ਕਰਾਂਗੇ, ਸ਼ਹਾਦਤਾਂ ਪ੍ਰਾਪਤ ਕਰਾਂਗੇ, ਪਰ ਆਜ਼ਾਦੀ ਦੇ ਪ੍ਰਤੀਕ ਨੂੰ ਵਾਪਸ ਨਹੀਂ ਦੇਵਾਂਗੇ। ਤਿੰਨ ਤੇ ਰਾਜ ਨਹੀਂ ਹਮ ਦੇਣਾ, ਅਬ ਤਾਜ ਰਾਜ ਤਿੰਨ ਤੇ ਸਭ ਲੈਣਾ। ਹੁਣ ਖਿਆਲ ਕਰੀਏ, ਬਾਜ ਹੀ ਕਿਉਂ, ਹੋਰ ਪੰਛੀ ਵੀ ਕੋਈ ਰੱਖਿਆ ਜਾ ਸਕਦਾ ਸੀ? ਗੁਰੂ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਨੇ, ਸੱਤਵੇਂ ਪਾਤਸ਼ਾਹ ਨੇ, ਅੱਠਵੇਂ ਪਾਤਸ਼ਾਹ ਨੇ, ਨੌਵੇਂ ਪਾਤਸ਼ਾਹ ਨੇ ਅਤੇ ਦਸਵੇਂ ਪਾਤਸ਼ਾਹ ਨੇ ਬਾਜ਼ ਰੱਖਿਆ। ਕੁਛ ਕਾਰਨ ਨੇ, ਬਾਜ ਦੀਆਂ ਕੁਛ ਖੂਬੀਆਂ ਨੇ ਜਿਹੜੀਆਂ ਸਿੱਖ ਦੇ ਨਾਲ ਮੇਲ ਖਾਂਦੀਆਂ ਨੇ। ਇਸੇ ਕਰਕੇ ਜਿਹੜਾ ਬਾਜ ਹੈ ਉਹ ਸ਼ਹਬਾਜ਼ ਦੇ ਨਾਂ ਨਾਲ ਜਾਣਿਆ ਜਾਂਦਾ ਕਿ ਉਹ ਸ਼ਾਹੀ ਜਾਨਵਰ ਹੈ। ਉਹਦਾ ਪਹਿਲਾ ਗੁਣ ਹੈ, ਗੁਜ਼ਰ ਔਕਾਤ ਕਰ ਲੇਤਾ ਹੈ ਵੋ ਕੋਹੋ ਬਿਆਬਾ ਮੇਂ, ਸ਼ਾਹੀ ਕੇ ਲਈ ਜ਼ਿਲਤ ਹੈ ਕਾਰੇ ਆਸ਼ੀਆਂ ਬੰਦੀ। ਬਾਜ ਨੂੰ ਤੁਸੀਂ ਕਦੀ ਪਿੰਜਰੇ 'ਚ ਪਾ ਕੇ ਨਹੀਂ ਰੱਖ ਸਕਦੇ, ਉਹਨੂੰ ਕਮਰੇ 'ਚ ਰੱਖਣਾ ਪੈਂਦਾ। ਦੂਸਰੀ ਗੱਲ ਹੈ, ਪਰਵਾਜ਼ ਹੈ ਦੋਨੋਂ ਕੀ ਏਕ ਹੀ ਫਿਜ਼ਾ ਮੇਂ, ਕਰਗਸ ਕਾ ਜਹਾਂ ਔਰ ਹੈ ਸ਼ਾਹੀ ਕਾ ਜਹਾਂ ਔਰ। ਬਾਜ ਕਦੀ ਵੀ ਮੁਰਦਾਰ ਨਹੀਂ ਖਾਂਦਾ, ਕਿਸੇ ਦਾ ਹੱਕ ਨਹੀਂ ਖਾਂਦਾ, ਆਪਣਾ ਸ਼ਿਕਾਰ ਆਪ ਕਰਕੇ ਖਾਂਦਾ। ਬਾਜ ਭੁੱਖਾ ਮਰ ਜਾਵੇਗਾ ਪਰ ਮਰੇ ਪਏ ਜਾਨਵਰ ਦਾ ਮਾਸ ਨਹੀਂ ਖਾਏ। ਬਾਜ ਦਾ ਤੀਸਰਾ ਗੁਣ ਹੈ, ਕਦੀ ਨੀਵੀਂ ਜਗ੍ਹਾ 'ਤੇ ਨਹੀਂ ਬੈਠਦਾ। ਨਹੀਂ ਤੇਰਾ ਠਿਕਾਨਾ ਕਸਰੇ ਸੁਲਤਾਨੀ ਕੇ ਗੁੰਬਦ ਪਰ, ਤੂੰ ਸ਼ਾਹੀ ਹੈ ਬਸੇਰਾ ਕਰ ਪਹਾੜੋਂ ਕੀ ਚਟਾਨੋਂ ਪਰ। ਬਾਜ ਹਮੇਸ਼ਾ ਉੱਚੀ ਜਗ੍ਹਾ 'ਤੇ ਬੈਠਦਾ ਹੈ। ਬਾਜ ਦਾ ਚੌਥਾ ਗੁਣ ਹੈ ਕਿ ਮਰਨ ਤੀਕ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਲਸਪਣਾ ਨਹੀਂ ਆਉਣ ਦਿੰਦਾ। ਹਵਾਮੋ ਕਬੂਤਰ ਕਾ ਭੂਕਾ ਨਹੀਂ ਮੈਂ ਕਿ ਹੈ ਜ਼ਿੰਦਗੀ ਬਾਜ਼ ਕੀ ਜ਼ਾਇਦਾਨਾ, ਪਲਟਣਾ ਝਪਟਣਾ ਝਪਟ ਕਰ ਲਪਟਣਾ, ਲਹੂ ਗਰਮ ਰੱਖਣੇ ਕਾ ਹੈ ਇੱਕ ਬਹਾਨਾ। ਬਾਜ਼ ਆਪਣੀ ਜ਼ਿੰਦਗੀ 'ਚ ਢਿੱਲਾਪਣ ਨਹੀਂ ਆਉਣ ਜਾਂਦਾ। ਇਹ ਚਾਰ ਗੁਣ ਨੇ ਕਿਸੇ ਵੀ ਸੰਘਰਸ਼ ਦੀ ਜਿਹੜੀ ਹੈਗੀ ਵਾਗਡੋਰ ਸੰਭਾਲਣ ਵਾਲੇ ਸੂਰਬੀਰ ਯੋਧਿਆਂ ਦੇ ਚਾਰ ਗੁਣ ਹੁੰਦੇ ਨੇ। ਕਿਸੇ ਦਾ ਹੱਕ ਨਾ ਖਾਣ, ਗੁਲਾਮੀ ਸਵੀਕਾਰ ਨਾ ਕਰਨ, ਆਪਣੀ ਜ਼ਿੰਦਗੀ ਦੇ ਵਿੱਚ ਆਲਸ ਨਾ ਆਉਣ ਦੇਣ ਅਤੇ ਆਪਣੀ ਮਾਨਸਿਕਤਾ ਨੂੰ ਬਹੁਤ ਉੱਚਾ ਰੱਖਣ। ਇਹ ਚਾਰ ਬਾਜ ਦੇ ਗੁਣ ਨੇ ਜਿਸ ਕਰਕੇ ਸੰਕੇਤ ਵਜੋਂ ਗੁਰੂ ਪਾਤਸ਼ਾਹ ਨੇ ਬਾਜ਼ ਨੂੰ ਆਪਣੇ ਕੋਲ ਰੱਖਿਆ। ਹੁਣ ਸਿੱਖ ਕਹਿ ਰਹੇ ਨੇ, ਪਾਤਸ਼ਾਹ ਬਾਜ਼ ਤੋਂ ਕਿਉਂ ਲੜਾਈ ਕੀਤੀ ਜਾਵੇ? ਪਾਤਸ਼ਾਹ ਨੂੰ ਬਾਜ਼ ਦੇ ਵਿੱਚੋਂ ਰਾਜ ਅਤੇ ਤਾਜ ਦੀ ਵਿਚਾਰਧਾਰਾ ਨਜ਼ਰ ਆ ਰਹੀ। ਪਾਤਸ਼ਾਹ ਕਹਿੰਦੇ ਅੱਜ ਬਾਜ਼ ਦੀ ਗੱਲ ਹੈ, ਕੱਲ੍ਹ ਨੂੰ ਇਹ ਲੜਾਈ ਤਾਜ ਦੇ ਵਿੱਚ ਬਦਲੇਗੀ। ਅਤੇ ਉਹੀ ਗੱਲ ਹੋਈ ਨਾ, 82 ਸਾਲ ਬਾਅਦ ਉਹ ਬਾਜ਼ ਦੀ ਲੜਾਈ ਤਾਜ ਦੀ ਲੜਾਈ 'ਚ ਬਦਲਦੀ ਹੈ ਅਤੇ ਲੋਹਗੜ੍ਹ ਦੇ ਕਿਲ੍ਹੇ ਨੂੰ ਬੰਦਾ ਸਿੰਘ ਬਹਾਦਰ ਫਤਿਹ ਕਰਕੇ ਉੱਥੇ ਰਾਜ ਦਾ ਝੰਡਾ ਚੜ੍ਹਾ ਰਿਹਾ। ਐਸਾ ਰਾਜ ਸ਼ਾਇਦ ਦੁਨੀਆਂ ਦੇ ਇਤਿਹਾਸ ਦੇ ਵਿੱਚ ਪਹਿਲਾ ਰਾਜ ਜਿੱਥੇ ਕੌਮ ਦਾ ਜਰਨੈਲ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਦਾ, ਕਲਗੀ ਨਹੀਂ ਲਗਾਉਂਦਾ। ਬਾਦਸ਼ਾਹ ਬਣਦਾ, ਆਪਣੇ ਸਿੱਕੇ ਦੇ ਉੱਪਰ ਆਪਣਾ ਨਾਮ ਨਹੀਂ ਲਿਖਦਾ, ਸਿੱਕੇ 'ਤੇ ਲਿਖਦਾ ਸਿੱਕਾ ਯਦ ਪਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ। ਬਾਦਸ਼ਾਹ ਬਣਦਾ, ਆਪਣੀ ਮੋਹਰ ਦੇ ਉੱਪਰ ਆਪਣਾ ਨਾਮ ਨਹੀਂ ਲਿਖਦਾ, ਕਹਿੰਦਾ ਇਹ ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ। ਦੇਖ ਦੇਖ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਜੇ ਉਹ ਸੰਮਤ ਸ਼ੁਰੂ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਨਾਂ ਤੋਂ ਸ਼ੁਰੂ ਕਰਦਾ ਹੈ, ਪਰ ਉਸ ਵੇਲੇ ਸਿੱਖਾਂ ਨੇ ਨਹੀਂ ਸੋਚਿਆ ਹੋਵੇਗਾ ਕਿ ਅੱਜ ਬਾਜ਼ ਦੀ ਲੜਾਈ ਤਾਜ ਦੀ ਲੜਾਈ 'ਚ ਬਦਲ ਜਾਵੇਗੀ। ਪਰ ਹੁਣ ਖਿਆਲ ਕਰੀਏ, ਸਾਡੀ ਲੜਾਈ ਸੀ ਅਨੰਦਪੁਰ ਸਾਹਿਬ ਦੇ ਮਤੇ ਦੀ, ਉਹ ਖਾਲਸਾ ਰਾਜ ਦੀ ਲੜਾਈ 'ਚ ਕਿਵੇਂ ਬਦਲੀ? ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਬਾਜ਼ ਦੀ ਲੜਾਈ ਸਮਾਂ ਪਾ ਕੇ ਤਾਜ ਦੀ ਲੜਾਈ ਦੇ ਵਿੱਚ ਬਦਲੀ ਹੈ। ਔਰ ਸੰਤ ਜਰਨੈਲ ਸਿੰਘ ਨੇ ਜਿਹੜੇ ਸ਼ਬਦ ਕਹੇ ਕਿ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਖਾਲਸਾ ਰਾਜ ਦੀ ਨਹੀਂ ਹੋਵੇਗੀ, ਇਹ 'ਚ ਕੋਈ ਸ਼ੱਕ ਨਹੀਂ। ਜਦੋਂ ਸਾਡੀ ਮਾਨਸਿਕਤਾ ਦੇ 'ਚ ਚੇਤਨਤਾ ਨੇ ਜਨਮ ਲਿਆ ਤਾਂ ਨੀਂਹ ਰੱਖੀ ਗਈ ਹੈ। ਹੁਣ ਸਮੱਸਿਆ ਇਹ ਹੈ ਕਿ ਨੀਂਹ ਰੱਖਣ ਤੋਂ ਬਾਅਦ ਮਕਾਨ ਦੀ ਉਸਾਰੀ ਅਤੇ ਮਕਾਨ ਦੀ ਤਮੀਰ ਤੱਕ ਬੜੀਆਂ ਸਟੇਜਸ ਆਉਂਦੀਆਂ ਨੇ ਅਤੇ ਉਹ ਸਟੇਜਸ ਆ ਰਹੀਆਂ ਨੇ। ਕਈ ਵਾਰੀ ਮਨੁੱਖ ਆਰਥਿਕ ਤੌਰ 'ਤੇ ਤੰਗ ਹੁੰਦਾ ਹੈ, ਕਈ ਵਾਰੀ ਵਕਤ ਵੱਧ ਲੱਗਦਾ ਹੈ, ਕਈ ਵਾਰੀ ਆਰਕੀਟੈਕਟ ਬਦਲਣਾ ਪੈਂਦਾ ਹੈ, ਕਈ ਵਾਰੀ ਲੀਡਰ ਬਦਲਣੇ ਪੈਂਦੇ ਨੇ, ਕਈ ਵਾਰੀ ਸਾਨੂੰ ਲਹਿਰ ਦੇ ਤੌਰ ਤਰੀਕੇ ਬਦਲਣੇ ਪੈਂਦੇ ਨੇ। ਗੱਲ ਨੀਂਹ ਦੀ ਸੀ, ਨੀਂਹ ਤੋਂ ਉਸਾਰੀ ਅਤੇ ਤਮੀਰ ਤੱਕ ਸਾਨੂੰ ਹੋ ਸਕਦਾ ਸਮੇਂ-ਸਮੇਂ ਵਿੱਚ ਆਪਣੀਆਂ ਨੀਤੀਆਂ ਦੇ ਵਿੱਚ ਤਬਦੀਲੀ ਲਿਆਉਣੀ ਪਵੇ, ਪਰ ਉਹ ਜਿਹੜੀ ਨੀਂਹ ਦੀ ਗੱਲ ਸੀ ਉਹ ਅੱਜ ਸਾਡੀ ਮਾਨਸਿਕਤਾ ਦੇ ਵਿੱਚ ਵਸੀ ਹੋਈ ਹੈ। ਦੂਸਰਾ ਸਵਾਲ ਸਾਡੀ ਮਾਨਸਿਕਤਾ 'ਚ ਆਉਂਦਾ ਹੈ, ਸੰਤ ਜਰਨੈਲ ਸਿੰਘ ਨੇ ਉਸ ਜਗ੍ਹਾ ਨੂੰ ਕਿਉਂ ਚੁਣਿਆ? ਅੱਜ ਕਈ ਵਾਰੀ ਸਾਡੇ ਬਾਬੇ ਜਿਹੜੇ ਨੇ ਨਾ ਸਟੇਜਾਂ 'ਤੇ ਚੁੰਮਤੇ ਖੜਕਾਉਣ ਵਾਲੇ ਧਾਰਨਾਵਾਂ ਪੜ੍ਹਦੇ ਨੇ, ਬਾਣੀ ਨਹੀਂ ਪੜ੍ਹਦੇ, ਉਹ ਧਾਰਨਾਵਾਂ ਪੜ੍ਹਦੇ ਨੇ। ਉਹ ਕਹਿੰਦੇ ਨੇ ਕਿ
ਲੰਘਣਾ ਜੇ ਯਾਰ ਦੀ ਗਲੀ ਸਿਰ ਧਰ ਕੇ ਤਲੀ ਦਿੱਤੇ ਆ ਜਾ। ਕਿਸੇ ਨੇ ਤਲੀ ਸਿਰ 'ਤੇ ਨਹੀਂ ਧਰਨਾ ਹੁੰਦਾ, ਨਾ ਆਪਣਾ ਸਿਰ ਤਲੀ 'ਤੇ ਲੈ ਕੇ ਤੁਰਦੇ ਨੇ, ਉਹ ਸਾਡੀਆਂ ਜੇਬਾਂ 'ਚੋਂ ਪੈਸੇ ਕਢਾਉਣੇ ਹੁੰਦੇ ਨੇ। ਪਰ ਜਦੋਂ ਉਹਨਾਂ ਨੂੰ ਕਹੀਏ ਨਾ ਬਾਬਾ ਜੀ ਸੱਚੀ ਬਾਣੀ ਪੜ੍ਹਿਆ ਕਰੋ, ਧਾਰਨਾਵਾਂ ਨਾ ਪੜ੍ਹਿਆ ਕਰੋ, ਤਾਂ ਕਹਿੰਦੇ ਸੰਤ ਜਰਨੈਲ ਸਿੰਘ ਵੀ ਤਾਂ ਪੜ੍ਹਦੇ ਹੁੰਦੇ ਸੀ ਨਾ, ਸੰਤ ਜਰਨੈਲ ਸਿੰਘ ਵੀ ਕਹਿੰਦੇ ਹੁੰਦੇ ਸੀ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਪਰ ਉਹ ਧਾਰਨਾ ਜਿਹੜੀ ਸੰਤ ਜਰਨੈਲ ਸਿੰਘ ਦੀ ਧਾਰਨਾ ਸੀ ਨਾ, ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਧਾਰਨਾ ਸੀ। ਉਹ ਧਾਰਨਾ ਸੀ ਕਿ ਸਗਲ ਤੁਮਾਰੀ ਧਾਰਨਾ, ਹਿਰਦੇ ਦੇ ਵਿੱਚ ਇਸ ਸੰਕਲਪ ਨੂੰ ਵਸਾ ਲਿਆ ਹੈ ਕਿ ਜਿਹੜਾ ਧਰਮ ਹੈ ਉਹਨੂੰ ਜਿਉਣ ਦੇ ਵਾਸਤੇ ਜਾਂ ਧਰਮ ਦੀ ਚੇਤਨਤਾ ਭਰਨ ਦੇ ਵਾਸਤੇ ਸਾਨੂੰ ਸੀਸ ਭੇਟ ਕਰਨਾ ਪਵੇਗਾ। ਹੁਣ ਸੀਸ ਭੇਟ ਕੀਤਾ ਕਿੱਥੇ ਜਾਵੇ? ਖਿਆਲ ਕਰੋ, ਜੇਕਰ ਤਾਂ ਸੰਤ ਜਰਨੈਲ ਸਿੰਘ ਹੁਣਾਂ ਨੇ ਅਕਾਲ ਤਖਤ ਸਾਹਿਬ ਦੀ ਚਾਰ ਦੀਵਾਰੀ ਨੂੰ ਆਪਣੇ ਬਚਾਅ ਲਈ ਵਰਤਿਆ, ਫਿਰ ਤਾਂ ਅਸੀਂ ਕਹੀਏ ਕਿ ਅਕਾਲ ਤਖਤ ਸਾਹਿਬ 'ਤੇ ਮੋਰਚਾਬੰਦੀ ਕਿਉਂ ਕੀਤੀ? ਜਦੋਂ ਧਾਰਨਾ ਇਹ ਧਾਰ ਲਈ ਹੈ ਕਿ ਸ਼ਹਾਦਤ ਕਿੱਥੇ ਦੇਣੀ ਹੈ, ਤਾਂ ਹਰ ਆਤਮਿਕ ਚੇਤਨਾ ਵਾਲਾ ਮਨੁੱਖ ਜਿਸਨੇ ਸੋਚ ਲਿਆ ਕਿ ਮੈਂ ਆਪਣੇ ਸਰੀਰ ਦਾ ਭਾਂਡਾ ਭੰਨਣਾ, ਉਸ ਅਸਥਾਨ ਨੂੰ ਚੁਣੇਗਾ ਜਿੱਥੋਂ ਕਿ ਧਰਮ ਦੀ ਚੇਤਨਤਾ ਨੂੰ ਲੰਮੇ ਸਮੇਂ ਲਈ ਪ੍ਰਵਾਹਿਤ ਕੀਤਾ ਜਾ ਸਕੇ। ਸੋ ਉਸ ਸਮੇਂ ਜੇਕਰ ਦਿੱਲੀ ਦੇ ਇਹਨਾਂ ਜ਼ੁਲਮਾਂ ਨੂੰ, ਇਸ ਜ਼ਬਰ ਨੂੰ, ਸਾਡੇ ਹੱਕਾਂ ਦੀ ਜਿਹੜੀ ਤਲਾਫੀ ਕੀਤੀ ਗਈ ਸੀ, ਜੇ ਇਹਨਾਂ ਨੂੰ ਵੰਗਾਰਨ ਦੇ ਵਾਸਤੇ ਕੋਈ ਤਖ਼ਤ ਚੁਣਿਆ ਜਾ ਸਕਦਾ ਸੀ ਤਾਂ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਸੀ। ਅੱਗੋਂ ਤੀਸਰੀ ਗੱਲ, ਕੀ ਸਾਡੀ ਇਸ ਲੜਾਈ 'ਚ ਹਾਰ ਹੋਈ? ਬਿਲਕੁਲ ਨਹੀਂ। ਨਿਸ਼ਾਨਾ ਕੀ ਸੀ ਲੜਾਈ ਦਾ? ਅੱਜ ਜਦੋਂ ਅਸੀਂ ਯਾਦਗਾਰ ਬਣਾਉਣ ਦੀ ਗੱਲ ਕਰਦੇ ਹਾਂ, ਇੱਕ ਬੰਨੇ ਤਾਂ ਕਹਿੰਦੇ ਨੇ ਕਿ ਅਸੀਂ ਸਿੱਖਾਂ ਦਾ ਅਕਾਲ ਤਖ਼ਤ ਸਾਹਿਬ ਢਾ ਦਿੱਤਾ, ਅਸੀਂ ਕਬਜ਼ਾ ਕਰ ਲਿਆ, ਅਸੀਂ ਅੱਤਵਾਦੀਆਂ ਨੂੰ ਕੱਢ ਦਿੱਤਾ, ਫਿਰ ਯਾਦਗਾਰ ਤੋਂ ਡਰ? ਸਾਡੀ ਮਾਨਸਿਕਤਾ ਵਿੱਚ ਇੱਕ ਸਵਾਲ ਪੈਦਾ ਹੋਵੇਗਾ, ਅਸੀਂ ਸਿੱਖਾਂ ਨੂੰ ਕੱਢ ਦਿੱਤਾ, ਅਕਾਲ ਤਖ਼ਤ ਸਾਹਿਬ ਨੂੰ ਢਾ ਦਿੱਤਾ, ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਦਿੱਤੀ, ਸਾਡੀਆਂ ਫੌਜਾਂ ਨੇ ਇਲਾਕਾ ਫਤਿਹ ਕਰ ਲਿਆ, ਅਤੇ ਫਿਰ ਯਾਦਗਾਰ ਤੋਂ ਕਿਉਂ ਡਰ ਆ ਰਿਹਾ ਮਾਨਸਿਕਤਾ ਦੇ ਵਿੱਚ? ਸਿੱਖਾਂ ਨੇ ਕਦੀ ਨਹੀਂ ਡਰੇ। ਵੇਖੋ, ਅਸੀਂ ਮੁਦਕੀ ਦੀ ਲੜਾਈ ਦੇ ਵਿੱਚ ਹਾਰੇ ਹਾਂ, ਸਾਨੂੰ ਡੋਗਰਿਆਂ ਨੇ ਹਰਾਇਆ, ਅੰਗਰੇਜ਼ਾਂ ਨੇ ਉੱਥੇ ਵਿਕਟਰੀ ਟਾਵਰ ਬਣਾਏ ਨੇ, ਜਿੱਥੇ ਸ਼ਾਮ ਸਿੰਘ ਅਟਾਰੀ ਸਭਰਾਵਾਂ ਦੀ ਜੰਗ 'ਚ ਸ਼ਹੀਦ ਹੁੰਦਾ ਹੈ, ਅੰਗਰੇਜ਼ਾਂ ਨੇ ਉੱਥੇ ਵਿਕਟਰੀ ਟਾਵਰ ਬਣਾਇਆ। ਸਿੱਖਾਂ ਨੇ ਕਦੀ ਢਾਉਣ ਦੀ ਨਹੀਂ ਸੋਚੀ, ਨਾ ਅਸੀਂ ਸੋਚ ਸਕਦੇ ਹਾਂ, ਕਿਉਂਕਿ ਅਸੀਂ ਇੱਕ ਫਰਾਕਤਿਲ ਕੌਮ ਆ। ਠੀਕ ਹੈ, ਅਸੀਂ ਗਦਾਰੀ ਕਰਕੇ ਉੱਥੇ ਹਾਰੇ, ਪਰ ਅਸੀਂ ਹਾਰ ਨੂੰ ਸਵੀਕਾਰ ਨਹੀਂ ਕੀਤਾ, ਅਸੀਂ ਰਾਜ ਦੀ ਲੜਾਈ ਅੱਜ ਵੀ ਲੜ ਰਹੇ ਹਾਂ। ਹੁਣ ਅਗਲੀ ਗੱਲ ਆ ਜਾਂਦੀ ਇਹਦੇ ਨਾਲ, ਉਹ ਗੱਲ ਇਹ ਹੈ ਕਿ ਜਦੋਂ ਉਸ ਤਖ਼ਤ ਦੇ ਉੱਪਰ ਇਹ ਲੜਾਈ ਲੜੀ ਗਈ, ਇਹ ਕਹਿੰਦੇ ਨੇ ਅਸੀਂ ਜੇਤੂ ਹਾਂ, ਅਤੇ ਫਿਰ ਜੇ ਅਸੀਂ ਉੱਥੇ ਆਪਣੀ ਯਾਦਗਾਰ ਬਣਾਉਂਦੇ ਹਾਂ ਤਾਂ ਉਸ ਮਾਨਸਿਕਤਾ ਵਿੱਚ ਇੱਕ ਡਰ ਕਿਉਂ ਹੈ, ਕਿਉਂ ਵਿਰੋਧਤਾ ਕੀਤੀ ਜਾਂਦੀ ਹੈ? ਦਰਅਸਲ ਜਦੋਂ ਵੀ ਅਸੀਂ ਇਤਿਹਾਸਿਕ ਪਰਿਪੇਖ ਦੇ ਵਿੱਚ ਵੇਖਾਂਗੇ ਤਾਂ ਜੰਗ ਦੇ ਨਿਸ਼ਾਨੇ ਵੇਖੇ ਜਾਣਗੇ। ਨਿਸ਼ਾਨਾ ਕੀ ਸੀ? ਤੁਸੀਂ ਦਰਿਆਵੀ ਨਜ਼ਰ 'ਤੇ ਵੇਖੋਗੇ, ਕਿਸੇ ਇਤਿਹਾਸਕਾਰ ਨੂੰ ਕਹੋ ਜਿਹਨੂੰ ਸਿੱਖ ਇਤਿਹਾਸ ਦਾ ਨਹੀਂ ਪਤਾ, ਜਿਹਨੇ ਸਿੱਖ ਸਰੋਤਾਂ ਨੂੰ ਨਹੀਂ ਪੜਿਆ, ਦਰਿਆਵੀ ਨਜ਼ਰ ਦੇ ਵਿੱਚ ਤਾਂ ਚਮਕੌਰ ਦੀ ਗੜੀ ਵੀ ਸਾਨੂੰ ਹਾਰ ਨਜ਼ਰ ਆਵੇਗੀ, ਗੁਰਦਾਸ ਨਗਰ ਦੀ ਗੜੀ ਵੀ ਹਾਰ ਨਜ਼ਰ ਆਵੇਗੀ, ਸਾਰਾ ਗੜੀ ਵੀ ਸਾਨੂੰ ਹਾਰ ਨਜ਼ਰ ਆਵੇਗੀ, ਇਸੇ ਤਰ੍ਹਾਂ ਅਕਾਲ ਤਖ਼ਤ ਸਾਹਿਬ ਵੀ ਸਾਨੂੰ ਹਾਰ ਨਜ਼ਰ ਆਵੇਗਾ। ਪਰ ਜੰਗ ਦਾ ਨਿਸ਼ਾਨਾ ਕੀ, ਇਹ ਵੇਖਣਾ ਪੈਂਦਾ। ਜੰਗ ਦਾ ਨਿਸ਼ਾਨਾ ਇਮਾਰਤਾਂ ਨੂੰ ਢਾਉਣ ਤੱਕ ਸੀਮਿਤ ਨਹੀਂ ਹੁੰਦਾ, ਜੰਗ ਦਾ ਨਿਸ਼ਾਨਾ ਕਿਸੇ ਜਰਨੈਲ ਨੂੰ ਖਤਮ ਕਰਨ ਤੱਕ ਸੀਮਿਤ ਨਹੀਂ ਹੁੰਦਾ, ਜੰਗ ਦਾ ਨਿਸ਼ਾਨਾ ਉਹ ਹੁੰਦਾ ਜੋ ਵਿਰੋਧੀ ਵੱਲੋਂ ਮਿਥਿਆ ਜਾਂਦਾ ਹੈ। ਚਮਕੌਰ ਦੀ ਜੰਗ, ਨਿਸ਼ਾਨਾ ਕੀ ਮਿਥਿਆ ਗਿਆ? ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਨੂੰ ਜ਼ਫਰਨਾਮੇ 'ਚ ਲਿਖਦੇ ਨੇ, ਕਸੇ ਹਰ ਕੇ ਕੌਲੇ ਕੁਰਾਂ ਬਾਇਦਸ਼। ਔਰੰਗਜ਼ੇਬ, ਤੂੰ ਕੁਰਾਨ ਦੇ ਉੱਪਰ ਲਿਖ ਕੇ ਭੇਜਿਆ ਸੀ, ਤੇਰੇ ਜਰਨੈਲਾਂ ਨੂੰ ਇਹ ਨਿਸ਼ਾਨਾ ਦਿੱਤਾ ਗਿਆ, ਨਾ ਕੁਸਤਨੋ ਬਸ਼ਤਨੋ ਬਾਇਦਸ਼, ਕਿ ਜਾਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਉਣਾ ਮੇਰੇ ਸਾਹਮਣੇ ਬਸ਼ਤਨੋ ਬੰਨ ਕੇ, ਅਤੇ ਜਾਂ ਉਹਦਾ ਸਿਰ ਵੱਢ ਕੇ ਕੁਸ਼ਤਨੋ ਮੇਰੇ ਪੈਰਾਂ 'ਤੇ ਰੱਖਣਾ, ਪਰ ਨਾ ਪੇਚਿਦ ਮੂਹੇ ਨਾ ਰੰਜੀਦਾ ਤਨ, ਨਾ ਮੈਂ ਤੇਰੇ ਕੋਲੋਂ ਫੜਿਆ ਗਿਆ, ਨਾ ਮੈਂ ਤੇਰੇ ਅੱਗੇ ਝੁਕਿਆ, ਨਾ ਮੇਰਾ ਸਿਰ ਵੱਢ ਕੇ ਤੇਰੇ ਪੈਰਾਂ 'ਤੇ ਰੱਖਿਆ ਗਿਆ, ਪੀਰੇ ਹਿੰਦ ਵਾਰ ਰਵਦ, ਮੈਂ ਜ਼ੁਰਤ ਦੇ ਨਾਲ ਚਮਕੌਰ ਦੀ ਗੜੀ 'ਚੋਂ ਨਿਕਲ ਕੇ ਗਿਆ, ਇਸ ਕਰਕੇ ਮੈਂ ਜੇਤੂ ਹਾਂ, ਮੈਂ ਤੈਨੂੰ ਜ਼ਫਰਨਾਮਾ ਲਿਖ ਰਿਹਾ। ਜੰਗ ਦਾ ਨਿਸ਼ਾਨਾ ਸੀ ਜਾਂ ਖਤਮ ਕਰਨਾ ਜਾਂ ਚੁਕਾਉਣਾ। ਦੂਸਰੇ ਬੰਨੇ ਗੁਰਦਾਸ ਨਗਰ ਦੀ ਖੜੀ, ਨਿਸ਼ਾਨਾ ਕੀ ਹੈ? ਬੰਦਾ ਸਿੰਘ ਬਹਾਦਰ ਨੂੰ ਚੁਕਾਉਣਾ। 15 ਦਸੰਬਰ 1715 ਨੂੰ ਗੁਰਦਾਸ ਨਗਰ ਦੀ ਗੜੀ 'ਚੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਇਸ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਲਾਹੌਰ ਲਿਆਂਦਾ ਜਾਂਦਾ, ਖਾਨ ਬਹਾਦਰ ਜ਼ਕਰੀਆ ਖਾਨ ਅਤੇ ਅਬਦੁਲ ਸਮਦ ਖਾਨ ਦੀ ਅਗਵਾਈ ਦੇ ਵਿੱਚ।
ਉੱਥੇ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ ਲਗਾਤਾਰ ਇੱਕ ਮਹੀਨਾ, ਡੇਢ ਮਹੀਨਾ। ਉਸ ਤੋਂ ਬਾਅਦ 29 ਫਰਵਰੀ 1716 ਨੂੰ ਦਿੱਲੀ ਭੇਜਿਆ ਜਾਂਦਾ, 1716 ਲੀਪ ਦਾ ਸਾਲ ਸੀ, ਲਾਹੌਰੀ ਦਰਵਾਜ਼ੇ ਦੇ ਰਾਹੀਂ 29 ਫਰਵਰੀ 1716 ਨੂੰ ਇਹਨਾਂ ਸਿੰਘਾਂ ਨੂੰ ਉੱਥੇ ਭੇਜਿਆ ਜਾਂਦਾ। ਉੱਥੇ ਵੀ ਨਾਲ ਦੇ ਸਿੰਘਾਂ ਨੂੰ 5 ਮਾਰਚ ਤੋਂ ਲੈ ਕੇ 11 ਮਾਰਚ ਤੱਕ ਕਤਲ ਕੀਤਾ ਜਾਂਦਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਇਸ ਦੇ 25 ਸਾਥੀਆਂ ਨੂੰ ਸਲੀਮਗੜ੍ਹ ਦੇ ਕਿਲ੍ਹੇ 'ਚ 9 ਜੂਨ 1716 ਤੱਕ ਲਗਾਤਾਰ 7.5 ਮਹੀਨੇ ਰੱਖਿਆ ਜਾਂਦਾ। ਕਿਉਂ? ਕਿਉਂਕਿ ਉੱਥੇ ਇਸਲਾਮ ਦਾ ਇੱਕ ਨਿਸ਼ਾਨਾ ਹੈ, ਜੰਗ ਦਾ ਨਿਸ਼ਾਨਾ ਕੀ ਹੈ ਉੱਥੇ? ਫਰਕਸੀਅਰ ਦਾ ਨਿਸ਼ਾਨਾ ਉੱਥੇ ਇੱਕੋ ਹੀ ਹੈ, ਤੁਸੀਂ ਹਾਦੀ ਕਾਮਵਾਰ ਨੂੰ ਪੜ੍ਹੋ, ਇਬਰਤਨਾਮੇ ਨੂੰ ਪੜ੍ਹੋ, ਸਿਆਰੁਲ ਮੁਤਾਖਰੀਨ ਨੂੰ ਪੜ੍ਹੋ, ਮੁੰਤਕੀਬੁਲ ਨਵਾਬ ਖਾਫੀ ਖਾਨ ਦੀ ਰਚਨਾ ਹੈ, ਜਾਂ ਫਿਰ ਇਹਨਾਂ ਸਾਰੇ ਸਰੋਤਾਂ ਦੇ ਆਧਾਰਤ ਡਾਕਟਰ ਵਿਰੀ ਇਰਵਨ ਇੱਕ ਕਿਤਾਬ ਲਿਖਦਾ ਦਾ ਲੇਟਰ ਮੁਗਲਸ, ਉਹਨੂੰ ਪੜ੍ਹੋ। ਉਹਦੇ 'ਚ ਨਿਸ਼ਾਨਾ ਕੀ ਹੈ? ਫਰਕਸੀਅਰ ਕਹਿੰਦਾ ਹੈ ਕਿ ਮੇਰੀ ਜੰਗ ਦਾ ਇੱਕੋ ਹੀ ਨਿਸ਼ਾਨਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਉਸ ਜਰਨੈਲ ਨੂੰ ਆਪਣੇ ਪੈਰਾਂ 'ਚ ਝੁਕਾਉਣਾ ਹੈ ਜਿਹਨੇ 8 ਸਾਲ ਪੰਜਾਬ ਦੀ ਧਰਤੀ ਦੇ ਉੱਪਰ ਆਪਣੇ ਘੋੜਾ ਦੇ ਪੈਰਾਂ ਦੇ ਨਿਸ਼ਾਨ ਛੱਡੇ ਨੇ ਅਤੇ ਜਿਹਨੇ ਖਾਲਸਾ ਰਾਜ ਦਾ ਝੰਡਾ ਚਲਾਇਆ। ਮੇਰਾ ਨਿਸ਼ਾਨਾ ਇਹ ਹੈ। ਹੁਣ ਦੂਸਰੇ ਪਾਸੇ ਬੰਦਾ ਸਿੰਘ ਬਹਾਦਰ ਹੈ, ਉਹ ਜੇਤੂ ਕਿਉਂ ਹੈ? ਉਹ ਜੇਤੂ ਇਸ ਕਰਕੇ ਹੈ ਕਿ ਉਹ ਕਹਿੰਦਾ ਹੈ ਕਿ ਮੈਂ ਆਪਣੇ ਸਿਰ ਨੂੰ ਫਰਕਸੀਅਰ ਦੇ ਪੈਰਾਂ 'ਤੇ ਨਹੀਂ ਝੁਕਾਉਣਾ, ਮੈਂ ਮੌਤ ਕਬੂਲ ਕਰਨੀ ਹੈ। ਉਹ ਜੰਗ ਦਾ ਜੇਤੂ ਜਰਨੈਲ ਹੈ। 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਉਸ ਦੇ 25 ਸਾਥੀਆਂ ਨੂੰ ਸਾਹਮਣੇ ਖੜਾ ਕਰ ਲਿਆ ਜਾਂਦਾ ਹੈ, ਖਵਾਜ਼ਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ। ਦਰਗਾਹ ਇਸ ਕਰਕੇ ਚੁਣੀ ਗਈ, ਬਾਕੀ ਜਿੰਨੇ ਵੀ ਸਿੱਖ 700 ਸਿੱਖ ਹੋਰ ਕਤਲ ਕੀਤੇ ਨੇ ਉਹਨਾਂ ਸਾਰਿਆਂ ਨੂੰ ਦਿੱਲੀ ਦੀ ਕੋਤਵਾਲੀ ਦੇ ਵਿੱਚ ਸਰਬਰਾ ਖਾਨ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਅਤੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਖਵਾਜ਼ਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ। ਕਿਉਂ? ਕਿਉਂਕਿ ਜਿਹੜਾ ਬਹਾਦਰ ਸ਼ਾਹ ਸੀ ਉਹ ਬੰਦਾ ਸਿੰਘ ਬਹਾਦਰ ਤੋਂ ਡਰਦਾ ਮਾਰਾ ਹੀ ਪਾਗਲ ਹੋ ਕੇ ਮਰ ਗਿਆ ਸੀ। ਜੇਕਰ ਤੁਸੀਂ ਉਹਦੇ 3 ਹੁਕਮਨਾਮੇ ਉਹਨੇ 10 ਫਰਵਰੀ 1713, 11 ਫਰਵਰੀ 1713 ਅਤੇ 12 ਫਰਵਰੀ 1713 ਨੂੰ ਉਹਦੀ ਮੌਤ ਹੋ ਜਾਂਦੀ ਹੈ। ਮਰਨ ਤੋਂ 3 ਦਿਨ ਪਹਿਲਾਂ ਲਾਹੌਰ ਦੇ ਵਿੱਚ ਉਹ 3 ਸਰਕਾਰੀ ਹੁਕਮ ਜਾਰੀ ਕਰਦਾ ਹੈ। ਪਹਿਲਾ ਹੁਕਮ ਕਹਿੰਦਾ ਸ਼ਹਿਰ ਦੇ ਸਾਰੇ ਕੁੱਤੇ ਕਤਲ ਕਰ ਦਿਓ, ਜਦੋਂ ਰਾਤ ਨੂੰ ਭੌਂਕਦੇ ਮੈਨੂੰ ਡਰ ਆਉਂਦਾ ਕਿਤੇ ਬੰਦਾ ਸਿੰਘ ਬਹਾਦਰ ਨਾ ਆ ਗਿਆ। ਦੂਸਰਾ ਹੁਕਮ ਕਹਿੰਦਾ ਕਿ ਸ਼ਹਿਰ ਦੇ ਜਿੰਨੇ ਵੀ ਦਾੜੀ ਵਾਲੇ ਫਕੀਰ ਨੇ ਇਹਨਾਂ ਨੂੰ ਸ਼ਹਿਰ ਚੋਂ ਕੱਢ ਦਿਓ, ਮੈਨੂੰ ਇਹਨਾਂ ਨੂੰ ਦਾੜੀਆਂ ਵੱਲ ਵੇਖ ਕੇ ਸਿੱਖ ਚੇਤੇ ਆ ਜਾਂਦੇ ਨੇ, ਲੋਹਗੜ੍ਹ ਦੇ ਮੈਦਾਨ 'ਚ ਮੇਰੇ ਨਾਲ ਲੜੇ ਸੀ। ਤੀਜਾ ਹੁਕਮ ਕਹਿੰਦਾ ਸ਼ਹਿਰ ਦੇ ਸਾਰੇ ਖੋਤੇ ਸ਼ਹਿਰ 'ਚੋਂ ਬਾਹਰ ਕੱਢ ਦਿਓ, ਜਦੋਂ ਰਾਤ ਨੂੰ ਗਲੀਆਂ 'ਚ ਹਿਣਕਦੇ ਅਤੇ ਭੱਜਦੇ ਨੇ ਮੈਨੂੰ ਲੱਗਦਾ ਕਿਤੇ ਸਿੰਘਾਂ ਦੇ ਘੋੜੇ ਨਾ ਆ ਗਏ ਹੋਣ। ਇਸਲਾਮੀ ਤਵਾਰੀ ਖੁਦ ਲਿਖਦੀ, ਹਾਜ਼ੀ ਕਾਮਵਾਰ ਖਾਨ ਲਿਖਦਾ, ਕਹਿੰਦਾ ਕਿ ਸੱਚਮੁੱਚ ਬਹਾਦਰ ਸ਼ਾਹ ਪਾਗਲ ਹੋ ਚੁੱਕਾ ਸੀ ਅਤੇ ਬਹਾਦਰ ਸ਼ਾਹ ਦੀ ਆਤਮਾ ਨੂੰ ਸੁੱਖ ਦੇਣ ਦੇ ਵਾਸਤੇ ਜਿੱਥੇ ਉਹਦੀ ਕਬਰ ਹੈ ਖਵਾਜ਼ਾ ਬਖਤਿਆਰ ਕਾਕੀ ਦੀ ਦਰਗਾਹ, ਉੱਥੇ ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਨੂੰ ਉਸ 'ਤੇ 25 ਸਿੱਖਾਂ ਦੇ ਨਾਲ ਲਿਆ ਕੇ ਖੜਾ ਕਰ ਲਿਆ ਜਾਂਦਾ। ਪੈਰਾਂ 'ਚ ਬੇਲੀਆਂ, ਹੱਥਾਂ 'ਚ ਹੱਥ ਕਰੀਆਂ, ਇਹ ਜੰਗ ਦਾ ਨਿਸ਼ਾਨਾ, ਇਹ ਜੰਗ ਦਾ ਜੇਤੂ ਜਰਨੈਲ। ਉਸ ਦੇ 25 ਸਿੱਖਾਂ ਦੇ ਭਾਈ ਬਾਜ ਸਿੰਘ, ਭਾਈ ਆਲੀ ਸਿੰਘ, ਮਾਲੀ ਸਿੰਘ ਸਲੌਦੀ ਵਾਲੇ, ਫਤਿਹ ਸਿੰਘ, ਰਣ ਸਿੰਘ, ਇਹਨਾਂ ਸਾਰੇ ਸਿੰਘਾਂ ਦੇ ਸਿਰ ਧੜ ਤੋਂ ਜੁਦਾ ਕੀਤੇ ਜਾਂਦੇ ਨੇ। ਨੇਜਿਆਂ 'ਤੇ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਦੁਆਲੇ ਕਬਾੜ ਕਰ ਦਿੱਤੀ ਜਾਂਦੀ ਹੈ। ਹੁਣ ਤੁਸੀਂ ਵੇਖੋ 25 ਸਿੰਘਾਂ ਦੇ ਧੜ ਧੜਫਰੇ ਉਹਦੇ ਮੈਦਾਨ ਦੇ ਵਿੱਚ ਉਹਦੇ ਸਾਹਮਣੇ ਪਏ ਹੋਣਗੇ, ਖੂਨ ਦੇ ਨਾਲ ਲੇਜੇ ਲਾਲ ਹੋਏ ਹੋਣਗੇ, ਧਰਤੀ ਖੂਨ ਦੇ ਗਲੀਚੇ ਦਾ ਰੂਪ ਲੈ ਗਈ ਹੋਵੇਗੀ ਅਤੇ ਉਦੋਂ ਕੌਮ ਦਾ ਜਰਨੈਲ ਵਿਚਕਾਰ ਅਡੋਲ ਚਿੱਤ ਬੈਠਾ ਹੈ ਨੇਤਰ ਬੰਦ ਕਰਕੇ। ਅਤੇ ਫਰਕਸੀਅਰ ਪਤਾ ਕੀ ਕਹਿੰਦਾ? ਕਹਿੰਦਾ ਬੰਦਾ ਸਿੰਘ ਬਹਾਦਰ ਜੰਗ ਦਾ ਨਿਸ਼ਾਨਾ ਤਾਂ ਅੱਜ ਹੈ, ਜੰਗ ਦਾ ਨਿਸ਼ਾਨਾ ਤਾਂ ਹੁਣ ਸਾਹਮਣੇ ਆਇਆ, ਇੱਕ ਤੂੰ ਹੈ ਇੱਕ ਮੈਂ ਹਾਂ, ਅੱਜ ਵੀ ਦੀਨੇ ਇਸਲਾਮ ਕਬੂਲ ਕਰਕੇ ਮੇਰੇ ਸਾਹਮਣੇ ਸਮਰਪਣ ਕਰਦੇ ਮੈਂ ਤੇਰੀ ਜਾਨ ਬਖਸ਼ ਦਿੰਦਾ। ਕੌਮ ਦਾ ਜਰਨੈਲ ਅਡੋਲ ਹੈ ਨੇਤਰ ਬੰਦ ਨੇ। ਫਰਕਸੀਅਰ ਫਿਰ ਕਹਿੰਦਾ ਬੰਦਾ ਸਿੰਘ ਬਹਾਦਰ ਆ ਤੇਰੇ 25 ਜਰਨੈਲਾਂ ਦੇ ਸਿਰ ਮੈਂ ਨੇਜਿਆਂ ਦੇ ਟੰਗੇ ਨੇ, ਇਹਨਾਂ ਨੂੰ ਵੇਖ ਕੇ ਤੈਨੂੰ ਡਰ ਨਹੀਂ ਆਉਂਦਾ ਨੇਤਰ ਬੰਦ ਕੀਤੇ ਨੇ? ਨਹੀਂ ਬਖਸ਼ਿਆ, ਮੈਨੂੰ ਡਰ ਨਹੀਂ ਆਉਂਦਾ। ਫਿਰ ਅੱਖਾਂ ਕਿਉਂ ਬੰਦ ਕੀਤੀਆਂ ਨੇ, ਖੋਲ੍ਹ ਕੇ ਵੇਖਦਾ ਕਿਉਂ ਨਹੀਂ?
ਫਰਕਸ਼ੀਅਰ ਮੈਂ ਅੱਖਾਂ ਇਸ ਕਰਕੇ ਨਹੀਂ ਬੰਦ ਕੀਤੀਆਂ ਕਿ ਮੈਨੂੰ ਜਰਨੈਲਾਂ ਦੇ ਸਿਰ ਵੇਖਣੇ ਔਖੇ ਲੱਗ ਰਹੇ ਨੇ, ਮੈਂ ਤਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰ ਰਿਹਾ ਸੀ, ਪਾਤਸ਼ਾਹ ਜਿਹੜੇ ਮੇਰੇ ਤੋਂ ਬਾਅਦ ਦੇ ਵਿੱਚ ਧਰਮ ਯੁੱਧ 'ਚ ਆਏ ਉਹ ਤੇਰੀ ਗੋਦ 'ਚ ਪਹਿਲਾਂ ਚਲੇ ਗਏ, ਮੈਨੂੰ ਕਿਉਂ ਦੇਰੀ ਕੀਤੀ ਜਾ ਰਹੀ, ਮੈਨੂੰ ਕਿਉਂ ਨਹੀਂ ਬੁਲਾਇਆ ਜਾ ਰਿਹਾ? ਫਰਕਸ਼ੀਅਰ ਹੈਰਾਨ ਹੈ, ਕਹਿੰਦਾ ਬੜੀ ਅਜੀਬ ਗੱਲ ਹੈ, ਕਹਿੰਦਾ ਬੰਦਾ ਸਿੰਘ ਬਹਾਦਰ ਨਹੀਂ, ਮੈਂ ਅਜੇ ਵੀ ਜੰਗ ਦਾ ਨਿਸ਼ਾਨਾ ਨਹੀਂ ਛੱਡਣਾ, ਮੈਂ ਤੈਨੂੰ ਖਤਮ ਨਹੀਂ ਕਰਨਾ, ਜੇ ਮੈਂ ਤੈਨੂੰ ਖਤਮ ਕਰ ਦਿੱਤਾ ਤੂੰ ਜੇਤੂ ਹੋਵੇਂਗਾ, ਮੇਰੀ ਹਾਰ ਹੋਵੇਗੀ, ਪਰ ਜੇ ਮੈਂ ਤੈਨੂੰ ਝੁਕਾ ਲਿਆ ਤਾਂ ਦੁਨੀਆਂ ਦੀਆਂ ਨਜ਼ਰਾਂ ਦੇ ਵਿੱਚ ਮੈਂ ਜੇਤੂ ਹੋਵਾਂਗਾ। ਉਹ ਤਾਂ 4.25 ਸਾਲ ਦਾ ਬੇਟਾ ਅਜੇ ਸਿੰਘ ਨਾਜ਼ਰ ਖਾਨੇ ਦੇ ਵਿੱਚੋਂ ਦਰਬਾਰੀ ਖਾਨ ਦੇ ਹਵਾਲਾਤ ਦੇ ਵਿੱਚੋਂ ਕੱਢ ਕੇ ਲਿਆਂਦਾ ਜਾਂਦਾ, ਮਾਂ ਦੀ ਗੋਦ ਦੇ ਵਿੱਚੋਂ ਖੋਹ ਕੇ, ਅੱਜ ਬੱਚੇ ਦਾ ਮਿਲਾਪ 15 ਦਸੰਬਰ 1715 ਤੋਂ ਬਾਅਦ 9 ਜੂਨ 1716 ਨੂੰ 7.5-8 ਮਹੀਨੇ ਬਾਅਦ ਪਿਤਾ ਤੇ ਪੁੱਤਰ ਦਾ ਮਿਲਾਪ ਹੋਇਆ। ਪਤਾ ਨਹੀਂ ਪੁੱਤਰ ਨੂੰ ਕੀ ਵਾਪਰਨਾ ਹੈ, 4.25 ਸਾਲ ਦਾ ਬੱਚਾ, ਉਹਨੂੰ ਨਹੀਂ ਪਤਾ, ਸੋਚ ਰਿਹਾ ਸ਼ਾਇਦ ਪਿਤਾ ਨੂੰ ਮਿਲਾਉਣ ਵਾਸਤੇ ਲਿਆਂਦਾ ਜਾਂਦਾ, ਗੋਦ ਦੇ ਵਿੱਚ ਪਾਇਆ, ਪਿਤਾ ਲਾਚਾਰ ਹੈ, ਹੱਥਾਂ ਦੇ ਵਿੱਚ ਹੱਥ ਕੜੀਆਂ ਨੇ, ਪੈਰਾਂ 'ਚ ਬੇੜੀਆਂ ਨੇ, ਪੁੱਤਰ ਨੂੰ ਪਿਆਰ ਵੀ ਨਹੀਂ ਕਰ ਸਕਦਾ, ਅਸੀਂ ਸਾਹਮਣੇ ਤਾਂ ਨਹੀਂ ਸੀ, ਹੋ ਸਕਦਾ ਪੁੱਤ ਨੇ ਪਿਤਾ ਜੀ ਕਹਿ ਕੇ ਕਲੇਜੇ ਦੇ ਨਾਲ ਜੱਫੀ ਵੀ ਪਾਈ ਹੋਵੇ, ਕਿਤੇ ਬੰਦਾ ਸਿੰਘ ਬਹਾਦਰ ਦਾ ਦਿਲ ਵੀ ਕੀਤਾ ਹੋਵੇ ਕਿ ਮੈਂ ਇਸ ਲਖਤੇ ਜ਼ਿਕਰ ਦਾ ਮੂੰਹ ਚੁੰਮ ਲਵਾਂ, ਕਿਤੇ ਉਹਦਾ ਵੀ ਜੀ ਕੀਤਾ ਹੋਵੇਗਾ ਕਿ ਮੈਂ ਵੀ ਇਹਨੂੰ ਘੁੱਟ ਕੇ ਛਾਤੀ ਦੇ ਨਾਲ ਲਾ ਲਵਾਂ, ਪਰ ਛਾਤੀ ਨਾਲ ਲਾਉਣ ਦੀ ਇਜਾਜ਼ਤ ਨਹੀਂ, ਕਮਰੂਦੀਨ ਮੀਰ ਆਦਸ਼ ਬੰਦਾ ਸਿੰਘ ਬਹਾਦਰ ਦੀ ਇੱਕ ਹੱਥ ਕੜੀ ਖੋਲ੍ਹਦਾ ਅਤੇ ਉਹਦੇ ਹੱਥ 'ਤੇ 'ਚ ਇੱਕ ਖੰਜਰ ਫੜਾ ਦਿੰਦਾ, ਬੰਦਾ ਸਿੰਘ ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰ, ਆਪ ਕਤਲ ਕਰ। ਇਸਲਾਮ ਦੇ ਵਿੱਚ ਖਤਮ ਕਰਨ ਦੇ 3 ਤਰੀਕੇ ਨੇ, ਜ਼ਿਬਾ ਕਰਨਾ, ਹਲਾਲ ਕਰਨਾ ਅਤੇ ਜ਼ਰਹਰਾ ਕਰਨਾ। ਜ਼ਿਬਾ ਛਾਤੀ ਤੋਂ ਕੱਟ ਕੇ ਕੀਤਾ ਜਾਂਦਾ, ਹਲਾਲ ਹਲਕੂਮ ਤੋਂ ਕੱਟ ਕੇ ਕੀਤਾ ਜਾਂਦਾ, ਜ਼ਰਹਰਾ ਸਿੱਧਾ ਛਾਤੀ ਦੇ ਵਿੱਚ ਬਰਸ਼ਾ ਮਾਰ ਕੇ ਕੀਤਾ ਜਾਂਦਾ। ਇੱਥੇ ਹੁਕਮ ਦਿੱਤਾ ਜਾ ਰਿਹਾ ਨੂੰ ਜ਼ਿਬਾ ਕਰਨਾ, ਛਾਤੀ ਨੂੰ ਚੀਰਨਾ, ਇਹਦਾ ਦਿਲ ਕੱਢ ਕੇ ਮੂੰਹ 'ਚ ਪਾਉਣਾ। ਬੰਦਾ ਸਿੰਘ ਬਹਾਦਰ ਨੇ ਜਿਹੜਾ ਜਵਾਬ ਦਿੱਤਾ ਸੁਣਿਓ, ਇਤਿਹਾਸ ਦੇ ਵਿਦਿਆਰਥੀ ਵੀ ਕੋਈ ਬੈਠੇ ਹੋਣਗੇ, ਦੁਨੀਆਂ ਦੇ ਇਤਿਹਾਸ ਦੇ ਵਿੱਚ ਜਵਾਬ ਨਹੀਂ ਜੇ ਮਿਲਦਾ। ਬੰਦਾ ਸਿੰਘ ਬਹਾਦਰ ਨੇ ਕਿਹਾ, ਫਰਕਸ਼ੀਅਰ ਮੇਰੀ ਗੋਦੀ 'ਚ ਮੇਰਾ ਪੁੱਤ ਪਿਆ, ਅਤੇ ਸੱਚ ਜਾਣੀ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ ਸੀ ਨਾ, ਉਹਨੇ ਕਿਹਾ ਸੀ ਮਜ਼ਲੂਮ ਅਤੇ ਮਾਸੂਮ 'ਤੇ ਵਾਰ ਨਹੀਂ ਕਰਨਾ, ਤੂੰ ਮੇਰਾ ਦੁਸ਼ਮਣ ਹੈ, ਤੂੰ ਮੇਰੇ 700 ਸਿੰਘਾਂ ਦਾ ਅਤੇ ਮੇਰੇ ਜਰਨੈਲਾਂ ਦਾ ਕਤਲ ਕੀਤਾ, ਮੇਰੀ ਗੋਦੀ 'ਚ ਤੇਰਾ ਪੁੱਤ ਪਿਆ ਹੁੰਦਾ ਮੈਂ ਤਾਂ ਵੀ ਕਤਲ ਨਾ ਕਰਦਾ, ਇਹ ਤਾਂ ਫਿਰ ਮੇਰਾ ਆਪਣਾ ਪੁੱਤ ਹੈ, ਮੇਰੀ ਗੋਦੀ 'ਚ ਮੇਰੇ ਦੁਸ਼ਮਣ ਦਾ ਪੁੱਤ ਪਿਆ ਹੁੰਦਾ ਮੈਂ ਤਾਂ ਵੀ ਕਤਲ ਨਾ ਕਰਦਾ। ਬੱਚੇ ਨੂੰ ਲੱਤੋਂ ਫੜ ਕੇ ਕਮਰੂਦੀਨ ਮੀਰ ਆਦਸ਼ ਨੇ ਧੋਇਆ। ਉਸ ਵੇਲੇ ਮੁਹੰਮਦ ਕਾਸਿਮ ਫਾਰਸੀ ਜਿਹੜਾ ਉੱਥੇ ਮੌਜੂਦ ਹੈ, ਇਬਰਤਨਾਮੇ ਦਾ ਲਿਖਾਰੀ, ਕਹਿੰਦਾ ਬੱਚੇ ਦੀ ਛਾਤੀ ਨੂੰ ਚੀਰਿਆ ਗਿਆ, ਉਹਦੀਆਂ ਚੀਕਾਂ ਦੇ ਨਾਲ ਅਸਮਾਨ ਗੂੰਜ ਉੱਠਿਆ, ਉਹਦੇ ਟੁਕੜੇ ਟੁਕੜੇ ਕਰਕੇ ਉਹਦੀਆਂ ਆਂਦਰਾਂ ਦਾ ਹਾਰ ਪਰੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਦੇ ਵਿੱਚ ਪਾ ਦਿੱਤਾ। ਅਤੇ ਫਿਰ ਹਾਰ ਪਾਉਣ ਤੋਂ ਬਾਅਦ, ਉਹਦੇ ਗਲ 'ਚ ਪਾਉਣ ਤੋਂ ਬਾਅਦ, ਫਰਕਸ਼ੀਅਰ ਕਿਸ਼ਤਾ, ਬੰਦਾ ਸਿੰਘ ਬਹਾਦਰ ਹੁਣ ਕਿਵੇਂ ਮਹਿਸੂਸ ਹੋ ਰਿਹਾ? ਕਹਿੰਦਾ ਫਰਕਸ਼ੀਅਰ ਬੜਾ ਆਨੰਦ ਹੈ। ਅਣਖ ਦੇ ਮੈਦਾਨ ਦੇ ਵਿੱਚ, ਕਹਿੰਦਾ, ਦੋ ਵਿਚਾਰਧਾਰਾਵਾਂ ਲੜੀਆਂ ਸੀ, ਇੱਕ ਵਿਚਾਰਧਾਰਾ ਮੈਨੂੰ ਹਰਾਉਣਾ ਚਾਹੁੰਦੀ ਸੀ, ਇੱਕ ਵਿਚਾਰਧਾਰਾ ਨੂੰ ਮੈਂ ਹਰਾਉਣਾ ਚਾਹੁੰਦਾ ਸੀ, ਅੱਜ ਜਿਹੜਾ ਵਿਚਾਰਧਾਰਾ ਦਾ ਜੇਤੂ ਜਰਨੈਲ ਉਹਦੇ ਗਲ ਦੇ ਵਿੱਚ ਉਹਦੇ ਪੁੱਤਰਾਂ ਦਾ ਹਾਰ ਪਿਆ, ਤੂੰ ਹਾਰ ਕੇ ਮੇਰੇ ਸਾਹਮਣੇ ਬੈਠਾ। ਪੁੱਤਰ ਦਾ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੁੰਨ ਦਿੱਤਾ, ਧੜਕਦਾ ਦਿਲ ਮੂੰਹ 'ਚ ਤੁੰਨ ਦਿੱਤਾ। ਫਰਕਸ਼ੀਅਰ ਕਹਿੰਦਾ, ਹੁਣ ਸੁਣਾ ਕਿਵੇਂ ਹੈ? ਕਹਿੰਦਾ, ਫਰਕਸ਼ੀਅਰ ਫਿਰ ਕੀ ਹੋਇਆ, ਹਮੇਸ਼ਾ ਸਾਡੀ ਮਰਿਆਦਾ ਹੈ ਕਿ ਜੇਤੂ ਸਰਨੈਲਾਂ ਦੇ ਮੂੰਹ 'ਚ ਠਾਲ ਲਿਆ ਕਰਦੇ ਨੇ ਲੋਕੀ, ਤੂੰ ਮੇਰੇ ਪੁੱਤਰ ਦੇ ਦਿਲ ਨਾਲ ਮੇਰਾ ਮੂੰਹ 'ਚ ਠਾਲ ਦਿੱਤਾ, ਫਿਰ ਕੀ ਹੋਇਆ, ਜੇਤੂ ਤਾਂ ਮੈਂ ਹੀ ਹਾਂ। ਸਿਰ ਕੱਟ ਕੇ ਬੱਚੇ ਦਾ ਗੋਦ ਦੇ ਵਿੱਚ ਰੱਖ ਦਿੱਤਾ, ਬੁੱਕ ਦੇ ਵਿੱਚ ਖੂਨ ਲੈ ਕੇ ਹਾਜ਼ੀ ਕਰਾਮਵਾਰ ਖਾਨ ਨੇ ਬੰਦਾ ਸਿੰਘ ਬਹਾਦਰ ਦੇ ਮੂੰਹ 'ਤੇ ਮਲ ਦਿੱਤਾ। ਫਰਕਸ਼ੀਅਰ ਕਹਿੰਦਾ, ਹੁਣ ਦੱਸ ਕਿਵੇਂ ਲੱਗ ਰਿਹਾ? ਕਹਿੰਦਾ ਬਖਸ਼ੀਅਰ ਬੰਦਾ ਸਿੰਘ ਬਹਾਦਰ ਫਰਕਸ਼ੀਅਰ ਨੂੰ, ਕਹਿੰਦਾ ਫਰਕਸ਼ੀਅਰ ਇੱਕ ਕਰਜ਼ਾ ਰਹਿ ਗਿਆ ਸੀ, ਤੂੰ ਉਹ ਵੀ ਲਾਹ ਦਿੱਤਾ ਹੈ, ਸੱਚ ਜਾਣੀ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ ਸੀ ਨਾ, ਉਹਨੇ ਮੇਰੀ ਗੋਦ ਦੇ ਵਿੱਚ 4 ਪੁੱਤਰਾਂ ਦੇ ਸਿਰ ਪਾਏ ਸੀ, ਅੱਜ ਮੈਂ ਆਪਣੇ ਮਾਸੂਮ ਪੁੱਤਰ ਦਾ ਸਿਰ ਆਪਣੀ ਗੋਦ 'ਚ ਲੈ ਕੇ ਗੁਰੂ ਦੀ ਗੋਦ 'ਚ ਜਾ ਰਿਹਾ। ਇਹ ਸੀ ਜੰਗ ਦਾ ਨਿਸ਼ਾਨਾ, ਸ਼ਹਾਦਤ ਪ੍ਰਾਪਤ ਕੀਤੀ, ਪਰ ਜੰਗ ਦੇ ਨਿਸ਼ਾਨੇ ਦੇ ਵਿੱਚ ਫਤਿਹ ਪ੍ਰਾਪਤ ਕੀਤੀ। ਉਸ ਤੋਂ ਬਾਅਦ ਆ ਜਾਂਦੀ ਸਾਰਾ ਗੜੀ, 21 ਸਿਪਾਹੀਆਂ ਨੂੰ ਲੋਕਹਾਰਟ ਦੀਆਂ ਪਹਾੜੀਆਂ ਦੇ ਵਿੱਚ ਅੰਗਰੇਜ਼ਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਪਹਾੜੀ ਖਾਲੀ ਕਰਕੇ ਆ ਜਾਵੋ,
ਪਰ ਹਵਾਲਦਾਰ ਈਸ਼ਰ ਸਿੰਘ ਅਤੇ ਦੇਵਾ ਸਿੰਘ ਦਾ ਜਵਾਬ ਹੈ ਆਪਣੇ ਅਫਸਰਾਂ ਨੂੰ ਕਿ ਨਹੀਂ, ਸਾਡੀ ਜਿਹੜੀ ਡਿਊਟੀ ਸੀ ਇਸ ਗੜੀ ਦੀ, ਸਾਰਾ ਗੜੀ ਦੀ ਰੱਖਿਆ ਦੀ ਸੀ, ਅਸੀਂ ਮਰਨ ਤੱਕ ਇਸ ਗੜੀ ਦੀ ਰੱਖਿਆ ਕਰਨੀ ਹੈ ਕਿਉਂਕਿ ਸਾਡਾ ਨਿਸ਼ਾਨਾ ਰੱਖਿਆ ਹੈ, ਜਿਉਂਦੇ ਜੀ ਅਸੀਂ ਇਸ ਗੜੀ ਦੇ ਉੱਪਰ ਇਹਨਾਂ ਕਬਾਇਲੀ ਲੋਕਾਂ ਨੂੰ ਪੈਰ ਨਹੀਂ ਧਰਨ ਦੇਵਾਂਗੇ, ਇਹ ਸਾਡਾ ਨਿਸ਼ਾਨਾ ਹੈ, ਅਸੀਂ ਮੌਤ ਤੱਕ ਲੜਾਂਗੇ। ਅਤੇ ਉਹ 21 ਸਿੱਖ ਮੌਤ ਤੱਕ ਲੜੇ, ਜਿਹੜੇ ਫਰਾਂਸ ਦੀ ਟੈਕਸਟ ਬੁੱਕ ਦੇ ਵਿੱਚ ਵੀ ਸਾਰਾ ਗੜੀ ਦਾ ਸਾਕਾ ਪੜ੍ਹਾਇਆ ਜਾਂਦਾ। ਉਸ ਤੋਂ ਬਾਅਦ ਚੌਥੀ ਘਟਨਾ ਇਤਿਹਾਸ ਦੇ ਵਿੱਚ ਵਾਪਰਦੀ ਹੈ, ਸ੍ਰੀ ਅਕਾਲ ਤਖਤ ਸਾਹਿਬ ਦੀ ਘਟਨਾ। ਇਹ 'ਚ ਨਿਸ਼ਾਨਾ ਕੀ ਹੈ? ਜੇਕਰ ਤੁਸੀਂ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਕਰੀਰਾਂ ਨੂੰ ਸੁਣਿਆ ਹੋਵੇ, ਉਹਨਾਂ ਤਕਰੀਰਾਂ ਦੇ ਵਿੱਚ ਇੱਕ ਤਕਰੀਰ ਹੈ ਕਿ ਖਾਲਸਾ ਜੀ, ਮੈਨੂੰ ਪਤਾ ਹੈ ਫੌਜ ਮੈਨੂੰ ਫੜਨ ਵਾਸਤੇ ਆਵੇਗੀ, ਪੁਲਿਸ ਮੈਨੂੰ ਗ੍ਰਿਫਤਾਰ ਕਰਨ ਲਈ ਆਵੇਗੀ, ਕਿ ਉਹ ਚਾਹੁੰਦੇ ਨੇ ਕਿ ਭਿੰਡਰਾਂ ਵਾਲੇ ਨੂੰ ਚੁੱਕ ਕੇ ਲਿਆਂਦਾ ਜਾਵੇ, ਪਰ ਖਾਲਸਾ ਜੀ ਉਹ ਮੈਂ ਤੁਹਾਡੇ ਨਾਲ ਪ੍ਰਣ ਕਰਦਾ ਹੈ, ਨਾ ਤਾਂ ਮੈਂ ਆਪ ਸਮਰਪਣ ਕਰਾਂਗਾ ਅਤੇ ਨਾ ਪੁਲਿਸ ਹੀ ਮੈਨੂੰ ਜਿਉਂਦੇ ਨੂੰ ਚੁੱਕ ਕੇ ਲਿਜਾ ਸਕੇਗੀ, ਮੈਂ ਜੇ ਕੌਮ ਦੇ ਵਾਸਤੇ ਸੰਘਰਸ਼ ਆਰੰਭਿਆ ਤਾਂ ਮੌਤ ਤੱਕ ਲੜਾਂਗਾ। ਸੰਤ ਜਰਨੈਲ ਸਿੰਘ ਖਾਲਸਾ ਮੌਤ ਤੱਕ ਲੜੇ ਨੇ, ਉਸ ਸ਼ਹਾਦਤ ਨੂੰ ਪ੍ਰਾਪਤ ਕੀਤਾ। ਇਸੇ ਕਰਕੇ ਇਹਨਾਂ ਚੌਹਾਂ ਹੀ ਗੜੀਆਂ ਦੇ ਵਿੱਚ, ਬੇਸ਼ੱਕ ਗੜੀ 'ਤੇ ਕਾਬਜ ਸਰਕਾਰ ਹੋਈ ਹੈ, ਬੇਸ਼ੱਕ ਗੜੀਆਂ ਦਾ ਨੁਕਸਾਨ ਹੋਇਆ, ਬੇਸ਼ੱਕ ਧਰਮ ਸਥਾਨ ਢਾਏ ਗਏ ਨੇ, ਪਰ ਜੰਗ ਦੇ ਸਿਧਾਂਤਕ ਤੌਰ 'ਤੇ ਜੇਤੂ ਅਸੀਂ ਨਿਕਲੇ ਹਾਂ, ਕਿਉਂਕਿ ਅਸੀਂ ਸਰਕਾਰੀ ਨਿਸ਼ਾਨੇ ਨੂੰ ਨਹੀਂ ਬਲਕਿ ਆਪਣੇ ਜਿਹੜੇ ਨਿਸ਼ਾਨੇ ਤੈਅ ਕੀਤੇ ਸੀ, ਗੁਰੂ ਗੋਬਿੰਦ ਸਿੰਘ ਦਾ ਨਿਸ਼ਾਨਾ ਗੜੀ ਦੇ ਵਿੱਚ ਮੁਗਲਾਂ ਦੇ ਹੱਥ ਨਾ ਆਉਣਾ, ਬੰਦਾ ਸਿੰਘ ਬਹਾਦਰ ਦਾ ਨਿਸ਼ਾਨਾ ਸ਼ਹਾਦਤ ਪ੍ਰਾਪਤ ਕਰਨੀ, ਸਾਰਾ ਗੜੀ ਦਾ ਨਿਸ਼ਾਨਾ ਅੰਤ ਤੀਕ ਲੜਨਾ, ਅਤੇ ਅਕਾਲ ਤਖਤ ਸਾਹਿਬ ਅਤੇ ਸੰਤ ਜਰਨੈਲ ਸਿੰਘ ਖਾਲਸਾ ਦਾ ਨਿਸ਼ਾਨਾ ਕਿ ਕੌਮ ਦੇ ਵਿੱਚ ਚੇਤਨਾ ਪ੍ਰਗਟ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼ਹਾਦਤ ਦੇਣੀ। ਅਸੀਂ ਇਹਨਾਂ ਚੌਵੇਂ ਨਿਸ਼ਾਨਿਆਂ ਦੀ ਪੂਰਤੀ ਕੀਤੀ ਹੈ, ਇਸ ਕਰਕੇ ਅਸੀਂ ਇਹਨਾਂ ਜੰਗਾਂ ਦੇ ਜੇਤੂ ਜਰਨੈਲ ਹੈ, ਕਿਉਂਕਿ ਅਸੀਂ ਇਹਨਾਂ ਸਾਰੀਆਂ ਲੜਾਈਆਂ ਨੂੰ ਆਪਣੇ ਇਤਿਹਾਸਿਕ ਪਰਿਪੇਖ ਦੇ ਵਿੱਚ ਵੇਖਣਾ। ਉਸ ਤੋਂ ਬਾਅਦ ਜਦੋਂ ਅਸੀਂ ਦੋਸ਼ੀਆਂ ਦੀ ਸਜ਼ਾ ਦੀ ਗੱਲ ਕਰਦੇ ਹਾਂ, ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ ਦਿੱਤੀ। ਬਿਲਕੁਲ, ਬਦਲਾ ਲੈਣਾ ਸਾਡੀ ਪ੍ਰਕਿਰਿਆ ਨਹੀਂ, ਕਿਤੇ ਵੀ ਸਾਡੇ ਧਰਮ 'ਚ ਇਹ ਗੱਲ ਨਹੀਂ ਆਉਂਦੀ। ਬਦਲਾ ਕੀ ਹੁੰਦਾ? ਸਾਨੂੰ ਬਦਲੇ ਨੂੰ ਅਤੇ ਕਰਨੀ ਦੇ ਫਲ ਨੂੰ ਵੇਖਣਾ ਪਏਗਾ, ਕਿਉਂਕਿ ਜੂਨ 84 ਤੋਂ ਬਾਅਦ ਅਸੀਂ ਅਕਸਰ ਸਟੇਜਾਂ 'ਤੇ ਕਹਿ ਦਿੰਦੇ ਹਾਂ ਕਿ ਅਸੀਂ ਹਰਿਮੰਦਰ ਸਾਹਿਬ ਦਾ ਬਦਲਾ ਇੰਦਰਾ ਗਾਂਧੀ ਨੂੰ ਕਤਲ ਕਰਕੇ ਲਿਆ। ਇਤਿਹਾਸਿਕ ਪਿਛੋਕੜ ਦੇ ਵਿੱਚ ਘਟਨਾਵਾਂ ਦਾ ਮੁਲਾਂਕਣ ਸਾਨੂੰ ਕਰਨਾ ਹੀ ਪਵੇਗਾ, ਕਿਉਂਕਿ ਸਾਡਾ ਵਿਰਸਾ ਇੰਨਾ ਅਮੀਰ ਹੈ ਕਿ ਅਸੀਂ ਉਹਨਾਂ ਘਟਨਾਵਾਂ ਦਾ ਜਿਹੜਾ ਮੁਲਾਂਕਣ ਹੈ ਉਹ ਕਰਨਾ ਹੈ, ਇਤਿਹਾਸ ਦੀ ਰੋਸ਼ਨੀ ਦੇ ਵਿੱਚ ਹੀ ਸਾਨੂੰ ਕਰਨਾ ਪਵੇਗਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬੰਦਾ ਸਿੰਘ ਬਹਾਦਰ ਨੂੰ ਤੋਰਦੇ ਨੇ, ਪੰਜਾਬ ਨਾਲ ਤਾਂ ਕੇਵਲ ਨਿਸ਼ਾਨਾ ਸਾਹਿਬਜ਼ਾਦਿਆਂ ਦਾ ਬਦਲਾ ਨਹੀਂ ਹੈ, ਨਿਸ਼ਾਨਾ ਹੈ ਜ਼ੁਲਮ ਦੇ ਰਾਜ ਨੂੰ ਖਤਮ ਕਰਕੇ ਹਲੇਮੀ ਰਾਜ ਦੀ ਸਥਾਪਨਾ, ਸਿੱਖ ਹੋਮਲੈਂਡ ਦੀ ਸਥਾਪਨਾ ਨਿਸ਼ਾਨਾ ਇਹ ਹੈ। ਜੇਕਰ ਕੇਵਲ ਅਤੇ ਕੇਵਲ ਸਾਹਿਬਜ਼ਾਦਿਆਂ ਦਾ ਬਦਲਾ ਹੀ ਸਥਾਪਨਾ ਹੁੰਦੀ ਤਾਂ 1710 ਦੇ ਵਿੱਚ ਸਰਹੰਦ ਵੀ ਫਤਿਹ ਕੀਤੀ ਜਾ ਸਕੀ ਸੀ, ਸਡੌਰਾ ਵੀ ਫਤਿਹ ਕੀਤਾ ਜਾ ਸਕਾ ਸੀ, ਸਮਾਣਾ ਵੀ ਫਤਿਹ ਕੀਤਾ ਜਾ ਸਕਾ ਸੀ, ਲੋਹਗੜ੍ਹ ਰਾਜਧਾਨੀ ਬਣਾਈ ਜਾ ਚੁੱਕੀ ਸੀ, ਇਸ ਤੋਂ ਇਲਾਵਾ ਹੋਰ ਵੀ ਜਿੱਥੇ ਜਿੱਥੇ ਸਿੰਘਾਂ ਦੇ ਉੱਪਰ ਜ਼ੁਲਮ ਕੀਤੇ ਸੀ ਲੋਕਾਂ ਨੇ ਉਹਨਾਂ ਨੂੰ ਸੋਧੇ ਲਾਏ ਜਾ ਚੁੱਕੇ ਸੀ। 1716 ਤੱਕ ਸੰਘਰਸ਼ ਕਰਨ ਦੀ ਕੋਈ ਲੋੜ ਨਹੀਂ ਸੀ, ਪਰ ਨਿਸ਼ਾਨਾ ਗੁਰੂ ਗੋਬਿੰਦ ਸਿੰਘ ਨੇ ਕੀ ਮਿਥਿਆ ਸੀ? ਬਦਲੇ ਦੀ ਡੈਫੀਨੇਸ਼ਨ ਸਾਡੇ ਧਰਮ 'ਚ ਕੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਬੰਦਾ ਸਿੰਘ ਬਹਾਦਰ ਨੂੰ ਇੰਸਟਰਕਸ਼ਨ ਦਿੱਤੀਆਂ ਨੇ, ਜਿਹੜੇ ਹੁਕਮਨਾਮੇ 3 ਉਹਦੇ 'ਚ ਲਿਖਿਆ, ਲੇਵਨ ਤੇ ਬਦਲਾ ਤੁਰਕਣ ਤੇ ਮੋਹੇ ਪਠਾਇਓ ਗੁਰੂ ਸਵੈ ਕਰ ਬੰਦਾ, ਮਾਰ ਤੁਕੇ ਕਰ ਖੁਆਰ ਵਜ਼ੀਦੇ ਦੇਹੋ ਉਜਾੜ ਲਟੇ ਹੋ ਸਰਹੰਦਾ। ਬਦਲਾ ਲੈਣਾ ਹੈ, ਪਰ ਬਦਲੇ ਲੈਣ ਦੇ ਵਿੱਚ ਸਿੱਖ ਸੰਕਲਪ ਨੂੰ ਇੰਨਾ ਸਹੀ ਰੱਖਣਾ ਕਿ ਮਾਰ ਤੁੱਕੇ ਕਰ ਖੁਆਰ ਵਜ਼ੀਦੇ, ਵਜ਼ੀਦ ਖਾਨ ਨੂੰ ਖਤਮ ਕਰਨਾ ਹੈ, ਕਿਉਂਕਿ ਸਾਹਿਬਜ਼ਾਦਿਆਂ ਦੇ ਵਾਸਤੇ ਦੋਸਤੀ ਹੈ, ਹੋਰ ਕਿਸੇ ਇਸਲਾਮ ਦੇ ਧਾਰਨੀ ਨੂੰ ਖਤਮ ਨਹੀਂ ਕਰਨਾ, ਕਿਸੇ ਦੇ ਧਰਮ ਸਥਾਨ ਨੂੰ ਨਹੀਂ ਢਾਉਣਾ। ਸਰਹੰਦ ਨੂੰ ਸਾਰੀ ਨੂੰ ਉਜਾੜ ਦਿੱਤਾ ਹੈ, ਪਰ ਖਿਆਲ ਕਰਿਓ ਜੇ ਉੱਥੇ ਜਿਹੜਾ ਮਕਬਰਾ ਸੀਗਾ ਸ਼ੇਖ ਅਹਿਮਦ ਸਰਹੰਦੀ ਦਾ, ਉਹਨੂੰ ਵੀ ਤੋੜਿਆ ਗਿਆ। ਸਮਾਣੇ ਦੇ ਵਿੱਚ ਕੋਈ ਮਕਬਰਾ ਨਹੀਂ ਤੋੜਿਆ ਗਿਆ, ਸਡੌਰੇ ਦੇ ਵਿੱਚ ਬੇਸ਼ੱਕ ਇੱਕ ਮਕਬਰਾ ਤੋੜਿਆ ਗਿਆ ਹੈ ਕੁਤਬੁਲ ਅਕਤਾਬ ਦਾ, ਪਰ ਉਹ ਵੀ ਸਿੱਖ ਫੌਜਾਂ ਨੇ ਨਹੀਂ ਤੋੜਿਆ, ਉੱਥੋਂ ਦੇ ਹਿੰਦੂ ਜਿਹੜੇ ਉਸ ਰਾਜੇ ਤੋਂ ਦੁਖੀ ਸੀ ਉਹਨਾਂ ਨੇ ਤੋੜਿਆ। ਇਤਿਹਾਸ ਇਸ ਗੱਲ ਦਾ ਗਵਾਹ ਹੈ, ਡਾਕਟਰ ਗੰਡਾ ਸਿੰਘ ਦੀ ਕਿਤਾਬ ਬੰਦਾ ਸਿੰਘ ਬਹਾਦਰ ਨੂੰ ਪੜ੍ਹ ਕੇ ਵੇਖਿਓ। ਸੋ
ਉੱਥੇ ਸਾਡੀ ਬਦਲਾ ਲੈਣ ਦਾ ਜਿਹੜਾ ਪ੍ਰਕਰਨ ਹੈ ਉਹ ਕਰਨੀ ਦਾ ਫਲ ਹੈ। ਅਸੀਂ ਬਦਲਾ ਲੈਣ ਦੇ ਵਾਸਤੇ, ਬਦਲਾ ਹੁੰਦਾ ਕਿ ਕਿਸੇ ਨੇ ਮੇਰਾ ਪਿਓ ਮਾਰਿਆ ਅਤੇ ਮੈਂ ਉਹਦਾ ਪਿਓ ਮਾਰ ਦੇਵਾਂ, ਇਹ ਬਦਲਾ ਹੈ। ਸਾਡੇ ਧਰਮ ਦੇ ਵਿੱਚ ਬਦਲੇ ਦਾ ਜਿਹੜੀ ਡੈਫੀਨੇਸ਼ਨ ਉਹ ਹੈ ਕਿ ਜਿਸ ਨੇ ਜ਼ੁਲਮ ਕੀਤਾ ਉਸ ਦੋਸ਼ੀ ਨੂੰ ਫਲ ਦਿੱਤਾ ਜਾਵੇ। ਸੋ ਜਿਸ ਵੇਲੇ ਇੰਦਰਾ ਗਾਂਧੀ ਨੂੰ ਕਰਨੀ ਦਾ ਫਲ ਦਿੱਤਾ ਗਿਆ ਅਤੇ ਇਹਦੇ ਵਿੱਚ ਭਾਈ ਬਿਆਨ ਸਿੰਘ ਅਤੇ ਸਤਵੰਤ ਸਿੰਘ ਦੀ ਜਿਹੜੀ ਸ਼ਹਾਦਤ ਹੈ ਉਹ ਕੌਮੀ ਵਿਚਾਰਧਾਰਾ ਵਿੱਚ ਸ਼ਹਾਦਤ ਦਾ ਸਿਖਰ ਕਿਉਂ ਹੈ? ਅਗਲੀ ਗੱਲ 'ਤੇ ਆ ਜਾਂਦੇ ਸੀ, ਉਹ ਸਿਖਰ ਕਿਉਂ ਹੈ? ਗੁਰਮਤਿ ਜੀਵਨ ਜਾਂਚ ਦੇ ਵਿੱਚ ਜਿਹੜਾ ਸ਼ਹਾਦਤ ਦਾ ਪ੍ਰਕਰਨ ਹੈ, ਜਿਹੜਾ ਸੰਕਲਪ ਹੈ, ਉਹ ਸੰਕਲਪ ਬੜਾ ਸਪਸ਼ਟ ਹੈ। ਉਸ ਸੰਕਲਪ ਦੇ ਵਿੱਚ ਹੈ ਕਿ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਜਿਉਣ ਦਾ ਦਰਵਾਜ਼ਾ ਬੰਦ ਕਰਕੇ ਧਰਮ ਦੇ ਵਾਸਤੇ ਮੌਤ ਦੇ ਦਰਵਾਜ਼ੇ ਨੂੰ ਕਬੂਲ ਕਰਦਾ ਉਹ ਸ਼ਹੀਦ ਹੈ। ਸ਼ਹੀਦ ਸ਼ਬਦ ਬੇਸ਼ੱਕ ਇਸਲਾਮੀ ਭਾਸ਼ਾ 'ਚੋਂ ਆਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਜਿੰਨੇ ਵੀ ਵੇਦ, ਕਤੇਬ, ਉਪਨਿਸ਼ਦ, ਪੁਰਾਣ, ਮਨੁਸਿਮਰਤੀ ਅਤੇ ਹੋਰ ਕਈ ਸਿਮਰਤੀਆਂ, ਜਿੰਨੇ ਵੀ ਗ੍ਰੰਥ ਰਚੇ ਗਏ ਨੇ, ਉਹਨਾਂ ਦੇ ਵਿੱਚ ਸ਼ਹੀਦ ਸ਼ਬਦ ਨੇ। ਕੁਰਾਨ ਦੇ ਵਿੱਚ ਵੀ ਸ਼ਹੀਦ ਸ਼ਬਦ ਨਹੀਂ ਹੈਗਾ, ਹਦੀਸ ਦੇ ਵਿੱਚ ਕਦੇ ਸ਼ਹੀਦ ਸ਼ਬਦ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੋ ਵਾਰ ਸ਼ਹੀਦ ਸ਼ਬਦ ਆਇਆ, ਆਸਾ ਰਾਗ ਦੇ ਵਿੱਚ ਪੀਰ ਪੈਕੰਬਰ ਸਾਲਕ ਸਾਦਕ ਸੌਦੇ ਔਰ ਸ਼ਹੀਦ, ਦੂਜੀ ਵਾਰੀ ਤਲੰਗ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਲਿਖਦੇ ਨੇ, ਈਤ ਬਕਰੀਤ ਜਾ ਕੇ ਕੁੱਲ ਵਿਖੇ ਗੌਰੇ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ, ਦੋ ਵਾਰੀ ਆਇਆ, ਦੋਵੇਂ ਵਾਰੀ ਇਸਲਾਮੀ ਪਰੰਪਰਾ ਦੇ ਰੂਪ ਦੇ ਵਿੱਚ। ਪਰ ਇਸਲਾਮ ਨੇ ਸ਼ਹੀਦ ਸ਼ਬਦ ਨੂੰ ਜਨਮ ਦਿੱਤਾ, ਪਰ ਸ਼ਹੀਦ ਸ਼ਬਦ ਦਾ ਪੈਰਾਮੀਟਰ ਬੜਾ ਛੋਟਾ ਰੱਖਿਆ। ਜੰਗੇ ਉਹਦ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦਾ ਦੰਦ ਟੁੱਟ ਗਿਆ। ਇਸਲਾਮ ਦੇ ਧਾਰ ਨੇ ਕਦੀ ਇਹ ਨਹੀਂ ਕਹਿੰਦੇ ਮੁਹੰਮਦ ਸਾਹਿਬ ਦਾ ਦੰਦ ਟੁੱਟਾ ਸੀ, ਉਹ ਕਹਿੰਦੇ ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ, ਉਹ ਟੁੱਟੇ ਦੰਦ ਨੂੰ ਸ਼ਹੀਦ ਲਿਖਦੇ ਨੇ। ਪਰ ਗੁਰਮਤਿ ਜੀਵਨ ਜਾਤ ਦੇ ਵਿੱਚ ਸ਼ਹੀਦੀ ਦੀ ਡੈਫੀਨੇਸ਼ਨ ਇੰਨੀ ਉੱਚੀ ਹੈ ਕਿ ਸਿੱਖ ਆਪਣੇ ਧਰਮ ਸਥਾਨਾਂ ਦੀ, ਆਪਣੇ ਅਕੀਦੇ ਦੀ, ਆਪਣੀ ਵਿਚਾਰਧਾਰਾ ਦੀ ਰੱਖਿਆ ਦੇ ਵਾਸਤੇ ਮੈਦਾਨੇ ਜੰਗ ਦੇ ਵਿੱਚ ਜਦੋਂ ਸਿਰ ਤਲੀ 'ਤੇ ਲੈ ਕੇ ਆਉਂਦਾ ਹੈ, ਉਹ ਮੈਦਾਨੇ ਜੰਗ ਦੇ ਵਿੱਚ ਜੂਝਦਾ ਹੈ, ਅਤੇ ਜੇ ਜੂਝਦਾ ਹੋਇਆ ਸ਼ਹੀਦ ਹੋ ਜਾਵੇ ਜਾਂ ਫਿਰ ਦੁਸ਼ਮਣ ਦੇ ਹੱਥ ਆ ਕੇ ਉਹ ਹੱਸ ਕੇ ਮੌਤ ਨੂੰ ਕਬੂਲ ਕਰੇ, ਇਹ ਸਾਡੀ ਸ਼ਹੀਦੀ ਦਾ ਪੈਰਾਮੀਟਰ ਹੈ। ਹੁਣ ਬਿਆਨ ਸਿੰਘ ਉਹਨਾਂ ਨੂੰ ਪਤਾ ਹੈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਖਤਮ ਕਰਨ ਤੋਂ ਬਾਅਦ ਸਾਨੂੰ ਸ਼ਹੀਦੀ ਦਾ ਜਾਮ ਪੀਣਾ ਪੈਣਾ। ਉਹਨਾਂ ਨੇ ਫਿਰ ਵੀ ਇਹ ਕਾਰਵਾਈ ਕੀਤੀ ਹੈ ਕਿਉਂਕਿ ਉਹ ਸ਼ਹਾਦਤ ਦੇ ਸੰਕਲਪ ਨੂੰ ਸਮਝਦੇ ਨੇ ਕਿ ਜੇਕਰ ਕੌਮ ਦੀ ਇਸ ਦਸਤਾਰ ਨੂੰ ਦੁਬਾਰਾ ਸਿਰ 'ਤੇ ਰੱਖਣਾ ਹੈ ਤਾਂ ਸਾਨੂੰ ਕੁਰਬਾਨੀ ਦੇਣੀ ਪਵੇਗੀ। ਉਹਨਾਂ ਦੇ ਸਾਹਮਣੇ ਕੌਮ ਦਾ ਅਤੀਤ ਵੀ ਹੈ, ਕੌਮ ਦਾ ਭਵਿੱਖ ਵੀ ਹੈ। ਹੁਣ ਤੁਸੀਂ ਵੇਖੋ ਕਿ ਉਸ ਸੂਰਮੇ ਨੂੰ ਕਿੰਨਾ ਚਿੰਤਨ ਕਰਨਾ ਪਿਆ ਹੋਵੇਗਾ ਜਿਹਦੇ ਸਾਹਮਣੇ ਕੌਮ ਦਾ ਪਿਛੋਕੜ ਪਿਆ ਹੈ ਕਿ ਮੇਰੇ ਤਖ਼ਤੇ ਅਕਾਲ ਨੂੰ, ਮੇਰੇ ਹਰਿਮੰਦਰ ਸਾਹਿਬ ਨੂੰ, ਗੁਰੂ ਘਰ ਆਏ ਸ਼ਰਧਾਲੂਆਂ ਨੂੰ ਇਸ ਤਰ੍ਹਾਂ ਕੋਹ ਕੋਹ ਕੇ ਮਾਰ ਦਿੱਤਾ ਗਿਆ। ਉਹਦੇ ਕੌਮ ਦਾ ਪਿਛੋਕੜ ਉਹਦੇ ਚਿੰਤਨ ਦੇ ਵਿੱਚ, ਉਹਦੇ ਸਾਹਮਣੇ ਕੌਮ ਦਾ ਭਵਿੱਖ ਵੀ ਪਿਆ ਹੈ ਕਿ ਜੇਕਰ ਮੈਂ ਇਹ ਕਾਰਵਾਈ ਨਾ ਕੀਤੀ ਗਈ ਤਾਂ ਜਿਹੜਾ ਪੰਜਾਬ ਦੇ ਵਿੱਚ ਬਚਪਨ ਬਚਿਆ ਇਹਨੂੰ ਵੀ ਕੁਝ ਦਿਨਾਂ ਬਾਅਦ ਖਤਮ ਕੀਤਾ ਜਾਵੇਗਾ। ਸੋ ਦੋ ਚੱਕੀ ਦੇ ਪੁੜਾਂ ਦੇ ਵਿੱਚ ਪੀਸ ਰਿਹਾ ਮਨੁੱਖ ਕਿਸ ਚਿੰਤਨ ਦੀ ਹਾਲਤ ਵਿੱਚ ਹੋਵੇਗਾ ਕਿ ਉਹ ਸੋਚਦਾ ਹੈ ਕਿ ਮੈਂ ਆਪਣੇ ਸਰੀਰ ਦਾ ਠੀਕਰਾ ਭੰਨ ਦੇਵਾਂ, ਮੇਰੀ ਕੌਮ ਦੇ ਪਿਛੋਕੜ ਦੀ ਡਿੱਗੀ ਪੱਗ ਮੇਰੀ ਕੌਮ ਦੇ ਸਿਰ 'ਤੇ ਹੋਵੇ ਅਤੇ ਮੈਂ ਆਪਣੀ ਕੌਮ ਦੇ ਭਵਿੱਖ ਨੂੰ ਜ਼ਿੰਦਗੀ ਦੇ ਸਕਾਂ। ਇਹ ਸ਼ਹਾਦਤ ਦਾ ਇੱਕ ਸਿਖਰ ਹੈ, ਇਸ ਗੱਲ ਨੂੰ ਸਾਨੂੰ ਸਮਝਣਾ ਪਵੇਗਾ। ਭਾਈ ਬਿਆਨ ਸਿੰਘ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜੋ ਕੁਛ ਵਾਪਰਦਾ ਹੈ ਜਿਸ ਨੂੰ ਅਸੀਂ ਨਸਲਕੁਸ਼ੀ ਦਾ ਨਾਮ ਦਿੰਦੇ ਹਾਂ, ਇਸ ਨਸਲਕੁਸ਼ੀ ਦੇ ਵਿੱਚ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਇੱਕ ਸਟੇਟ ਸਪੋਂਸਰਡ ਸਰਕਾਰ ਵੱਲੋਂ ਸਪੋਂਸਰ ਕੀਤੀ ਇੱਕ ਨਸਲਕੁਸ਼ੀ ਹੈ। ਕਿਉਂ? ਕਿਉਂਕਿ ਅਜੇ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਚਾਹੇ ਯਹੂਦੀਆਂ ਦਾ ਕਤਲੇਆਮ ਹੋਇਆ, ਇਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਘੱਲੂਘਾਰੇ ਵਾਪਰੇ ਨੇ, ਪਰ ਸੱਚ ਜਾਣਿਓ ਜਿਸ ਤਰ੍ਹਾਂ ਦੀ ਜਾਂਚ ਦੀ ਪ੍ਰਕਿਰਿਆ ਸਿੱਖਾਂ ਦੀ ਨਸਲਕੁਸ਼ੀ 'ਚ ਵਾਪਰੀ ਹੈ ਕਦੀ ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਵਾਪਰੀ। ਤੁਸੀਂ ਹੈਰਾਨ ਹੋਵੋਗੇ ਕਿ 86 ਤੋਂ ਲੈ ਕੇ ਹੁਣ ਤੱਕ 11 ਕਮਿਸ਼ਨ ਗਠਿਤ ਕੀਤੇ ਗਏ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਕਰਨ ਦੇ ਵਾਸਤੇ ਇੱਕ ਵੀ ਕਮਿਸ਼ਨ ਦੀ ਰਿਪੋਰਟ ਸਹੀ ਨਹੀਂ। ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆਈ, ਸਿੱਖਾਂ ਨੇ ਸੋਚਿਆ ਸ਼ਾਇਦ ਕੁਛ ਦੋਸ਼ੀਆਂ ਨੂੰ ਸਜ਼ਾ ਮਿਲੇਗੀ, ਅਜੇ ਤੱਕ ਕੋਈ ਸਜ਼ਾ ਨਹੀਂ ਮਿਲੀ। ਕੁਝ ਐਸੇ ਵੀ ਦੋਸ਼ੀ ਨੇ ਜਿਨ੍ਹਾਂ ਨੂੰ ਨਾ ਸਰਕਾਰ ਨੇ ਸਜ਼ਾ ਦਿੱਤੀ ਨਾ ਰਵਾਇਤਾਂ ਮੁਤਾਬਕ ਸਜ਼ਾ ਦਿੱਤੀ ਜਾ ਸਕੀ, ਉਹ ਆਪਣੀ ਉਮਰ ਭੋਗ ਕੇ ਵੈਸੇ ਹੀ ਮਰ ਗਏ ਨੇ, ਹਰਕਿਸ਼ਨ ਲਾਲ ਭਗਤ ਤੋਰ ਕੇ। ਕਿਉਂ?
ਕਿਉਂਕਿ ਜਸਟਿਸ ਜਿਹੜਾ ਸੀ ਉਹਨੂੰ ਇੰਨਾ ਡਿਲੇਅ ਕਰ ਦਿੱਤਾ ਗਿਆ ਕਿ ਉਸ ਇਨਸਾਫ਼ ਤੋਂ ਸਾਨੂੰ ਇਨਸਾਫ਼ ਦੀ ਆਸ ਖਤਮ ਹੋ ਗਈ ਨਿਆਂ ਪ੍ਰਣਾਲੀ ਤੋਂ, ਇੰਨਾ ਜ਼ਿਆਦਾ ਪ੍ਰਕਿਰਿਆ ਨੂੰ ਲੰਬਾ ਕਰ ਦਿੱਤਾ ਗਿਆ। ਪਰ ਅਸੀਂ ਆਪਣੇ ਦੁਸ਼ਮਣਾਂ ਅਤੇ ਦੋਸ਼ਾਂ ਦੀ ਸ਼ਨਾਖਤ ਭੁੱਲ ਗਏ, ਅਸੀਂ ਕੇਵਲ ਅਤੇ ਕੇਵਲ ਹੁਣ ਤੱਕ ਇੱਕ ਰਾਜਨੀਤਿਕ ਧਿਰ ਨੂੰ ਦੋਸ਼ੀ ਬਣਾ ਲਿਆ। ਪਰ ਅਸੀਂ ਇਹ ਨਹੀਂ ਵੇਖਿਆ ਕਿ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਇਹ ਲੜਾਈ ਕਿਸੇ ਰਾਜਨੀਤਿਕ ਧਿਰ ਦੀ ਨਹੀਂ, ਇਹ ਲੜਾਈ ਦੋ ਵਿਚਾਰਧਾਰਾਵਾਂ ਦੀ ਜੰਗ ਹੈ ਜਿਹੜੀ ਹਮੇਸ਼ਾ ਸੰਸਾਰ 'ਚ ਚੱਲਦੀ ਰਹਿਣੀ ਹੈ। ਅਸੀਂ ਇਸ ਜੰਗ ਦੇ ਵਿੱਚ ਜਿਹੜੇ ਫੇਜ਼ ਆਉਂਦੇ ਨੇ, ਜਿਹੜੇ ਪੜਾਅ ਆਉਂਦੇ ਨੇ, ਕਈ ਵਾਰੀ ਨਿਘਾਰ ਆਉਂਦਾ ਹੈ, ਕਈ ਵਾਰੀ ਸੁਧਾਰ ਆਉਂਦਾ ਹੈ, ਉਹਦੇ ਤੋਂ ਚਿੰਤਿਤ ਨਾ ਹੋਇਆ ਕਰੀਏ। ਕੌਮ ਦੀਆਂ ਜ਼ਿੰਦਗੀਆਂ ਦੇ ਵਿੱਚ ਜਦੋਂ ਲੜਾਈਆਂ ਵਿਚਾਰਧਾਰਕ ਤੌਰ 'ਤੇ ਚੱਲਦੀਆਂ ਨੇ ਤਾਂ ਬਹੁਤ ਲੰਬਾ ਹੁੰਦਾ ਉਹਨਾਂ ਦਾ ਸਮਾਂ। ਜਿਸ ਵੇਲੇ RSS ਹੋਂਦ ਦੇ ਵਿੱਚ ਆਈ ਸੀ 1921 ਦੇ ਵਿੱਚ, ਅਤੇ ਉਹਨਾਂ ਨੇ ਸੋਚਿਆ ਸੀ ਕਿ ਅਸੀਂ ਆਉਣ ਵਾਲੇ 100 ਸਾਲ ਬਾਅਦ ਹਿੰਦੁਸਤਾਨ ਦੀ ਰਾਜਨੀਤੀ 'ਤੇ ਕਾਬਜ਼ ਹੋਵਾਂਗੇ। ਉਹਨਾਂ ਸਾਡੇ ਨੂੰ ਛੋਟਾ ਨਿਸ਼ਾਨਾ ਨਹੀਂ ਮਿਥਿਆ, ਅਸੀਂ ਨਿਸ਼ਾਨੇ ਬੜੇ ਛੋਟੇ ਮਿਲਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਰਾਜ ਵੀ ਮੇਰੇ ਹੁੰਦਿਆਂ ਲਿਆ ਬਣ ਜਾਵੇ ਅਤੇ ਰਾਸ਼ਟਰਪਤੀ ਵੀ ਮੈਂ ਬਣ ਜਾਵਾਂ। ਰਾਜ ਨਾ ਵੀ ਮਿਲੇ, ਅਸੀਂ ਰਾਸ਼ਟਰਪਤੀ ਦੇ ਨਾਂ 'ਤੇ ਪਹਿਲਾਂ ਹੀ ਆਪਣੇ ਆਪ ਨੂੰ ਲਾ ਲੈਂਦੇ ਹਾਂ। ਇਹ ਸਾਰੇ ਨਿਸ਼ਾਨੇ ਬਹੁਤ ਛੋਟੇ ਮਿਲਦੇ ਹਾਂ। ਅਸੀਂ ਵੇਖੀ ਕਿ ਜਿਸ ਵਿਚਾਰਧਾਰਾ ਦੇ ਨਾਲ ਸਾਡੀ ਲੜਾਈ ਹੈ ਉਹਨੇ ਨਿਸ਼ਾਨਾ ਕਿੰਨਾ ਲੰਮਾ ਮਿਥਿਆ। ਸੋ ਪਹਿਲੀ ਗੱਲ ਹੈ ਕਿ ਕੌਮ ਦੇ ਵਾਸਤੇ ਸਥਿਰਤਾ ਦੇ ਨਾਲ ਸਾਨੂੰ ਇੱਕ ਨਿਸ਼ਾਨਾ ਜਿਹੜਾ ਉਹ ਮਿਥਣਾ ਪਵੇਗਾ। ਉਸ ਤੋਂ ਬਾਅਦ ਦੁਸ਼ਮਣਾਂ ਅਤੇ ਦੋਸਤਾਂ ਦੀ ਸ਼ਨਾਖਤ। ਵਿਚਾਰਧਾਰਾ ਜਦੋਂ ਜੰਗ ਚੱਲਦੀ ਹੈ ਤਾਂ ਸਾਨੂੰ ਲੜਾਈ ਦੇ ਆਪਣੇ ਬਣੇ ਸੰਘਰਸ਼ ਦੇ ਜਿਹੜੇ ਪੜਾਅ ਨੇ ਉਹ ਬਦਲਣੇ ਪੈਂਦੇ ਨੇ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ ਕਾਂਗਰਸ ਦੇ ਉਸ ਸਮੇਂ ਦੇ ਵਿਗਿਆਨ ਅਤੇ ਟੈਕਨੋਲੋਜੀ ਦੇ ਮੰਤਰੀ ਕਪਿਲ ਸਿੱਬਲ ਨੇ ਇੱਕ ਬਿਆਨ ਦਿੱਤਾ ਸੀ ਕਿ ਮੇਰੇ ਕੋਲ 14 ਇਹੋ ਜਿਹੀਆਂ FIRਾਂ ਦਾ ਰਿਕਾਰਡ ਪਿਆ ਜਿਹਦੇ ਵਿੱਚ 79 BJP ਅਤੇ RS ਅਤੇ ਸ਼ਿਵ ਸੈਨਾ ਦੇ ਲੀਡਰਾਂ ਦੇ ਐਡਰੈਸ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਕਤਲ ਕੀਤਾ। ਸਾਨੂੰ ਇੱਥੇ ਵੇਖਣਾ ਪਵੇਗਾ ਕਿ ਜਿਹੜਾ ਨਾਨਾਵਤੀ ਕਮਿਸ਼ਨ ਕਾਇਮ ਕੀਤਾ ਗਿਆ ਉਹ BJP ਦੇ ਸਮੇਂ ਕੀਤਾ ਗਿਆ। ਉਸਦੀ ਨਿਰਧਾਰਤ ਸੀਮਾ ਸੀ ਕਿ ਉਸਨੇ 12 ਮਹੀਨੇ ਤੋਂ ਲੈ ਕੇ 18 ਮਹੀਨੇ ਵਿੱਚ ਆਪਣੀ ਰਿਪੋਰਟ ਦੇਣੀ ਹੈ। ਸੁਸ਼ਮਾ ਸਵਰਾਜ ਨੇ ਉਹਦੀ ਮਿਆਦ ਨੂੰ ਹੌਲੀ ਹੌਲੀ 6-6 ਮਹੀਨੇ ਐਕਸਟੈਂਡ ਕਰਕੇ 5.5 ਸਾਲ ਕੀਤਾ। 5.5 ਸਾਲ ਬਾਅਦ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਉਸ ਰਿਪੋਰਟ ਦੇ ਵਿੱਚ ਕਿਸੇ ਇੱਕ ਵੀ BJP ਅਤੇ ਸ਼ਿਵ ਸੈਨਾ ਦੇ ਉਸ ਕਰਿੰਦੇ ਦਾ ਨਾਮ ਨਹੀਂ ਜਿਹੜਾ ਸਿੱਖਾਂ ਦੀ ਨਸਲ ਕੁਛ 'ਚ ਸ਼ਾਮਲ ਹੋਵੇ। ਸਗੋਂ BJP ਰਾਜ ਦੇ ਸਮੇਂ 4 ਐਸੇ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੇ ਸਿੱਖਾਂ ਦੀ ਨਸਲ ਕੁਛ ਦੇ ਵਿੱਚ ਭੂਮਿਕਾ ਨਿਭਾਈ ਸੀ। DSP ਤੋਂ SSP ਬਣਾਏ, SSP ਤੋਂ IG ਬਣਾਏ ਅਤੇ IG ਨੂੰ DGP ਬਣਾਇਆ ਗਿਆ BJP ਦੇ ਰਾਜ ਦੇ ਵਿੱਚ। ਸੋ ਅਸੀਂ ਫਿਰ ਵੀ ਰਾਜਨੀਤਿਕ ਤੌਰ 'ਤੇ ਉਹਨਾਂ ਦੇ ਨਾਲ ਭਾਈਵਾਲੀ ਕਰਦੇ ਰਹੇ। ਅਸੀਂ ਉਸ ਵਿਚਾਰਧਾਰਾ ਨੂੰ ਨਾ ਸਮਝਿਆ ਕਿ ਇਹ ਦੋ ਵਿਚਾਰਧਾਰਾ ਦੀ ਜੰਗ ਹੈ। ਇਸ ਜੰਗ ਦੇ ਵਿੱਚ ਸਾਨੂੰ ਆਪਣੀ ਵਿਚਾਰਧਾਰਾ ਦਾ ਜਿਹੜਾ ਨਿਸ਼ਾਨਾ ਹੈ ਉਹ ਤੈਅ ਕਰਨਾ ਪਵੇਗਾ। ਹੋਰ ਅੱਗੇ ਆ ਜਾਂਦੇ ਹਾਂ ਜਨਰਲ ਵੈਦਿਆ, ਕਿਉਂਕਿ ਅਸੀਂ ਸਾਰੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਅਤੇ ਸੀਮਿਤ ਸਮੇਂ ਦੇ ਵਿੱਚ ਵਕਤ ਹੋ ਜਾਵੇ ਤਾਂ ਮੈਨੂੰ ਦੱਸ ਦਿਓ ਜੀ। ਜਿਹੜਾ ਵੈਦਿਆ ਦਾ ਉਸ ਵੇਲੇ ਸਿੰਘਾਂ ਨੇ ਸੋਧਾ ਲਾਇਆ ਉਹ ਸਿੱਖ ਇਤਿਹਾਸ ਦੀਆਂ ਉਹਨਾਂ ਪਰੰਪਰਾਵਾਂ ਦੀ ਤਰਜਮਾਨੀ ਕਰਦਾ ਹੈ ਜਿਹੜੀਆਂ ਪਰੰਪਰਾਵਾਂ ਸਿੱਖਾਂ ਨੇ 18ਵੀਂ ਸਦੀ ਦੇ ਵਿੱਚ ਸਿਰਜੀਆਂ ਨੇ। ਮਹਿਜ਼ ਇਸ ਗੱਲ ਨੂੰ ਇੱਕ ਛੋਟੇ ਜਿਹੇ ਨਜ਼ਰੀਏ ਦੇ ਵਿੱਚ ਨਾ ਵੇਖੀਏ, ਕਿਉਂਕਿ ਜਿੱਥੇ ਕੁਛ ਹਰ ਧਰਮ ਦੇ ਵਿੱਚ ਜਿਹੜੀ ਸਾਡੀ ਜੰਗ ਹੈ ਨਾ ਉਹ ਜ਼ੁਰਮੀ ਵਿਚਾਰਧਾਰਾ ਦੇ ਨਾਲ ਹੈ, ਕਿਸੇ ਧਰਮ ਦੇ ਨਾਲ ਸਾਡੀ ਜੰਗ ਨਹੀਂ। ਮੈਂ ਸ਼ੁਰੂ ਤੋਂ ਇੱਕ ਗੱਲ ਕਹਿ ਰਿਹਾ ਕਿ ਸਾਡੀ ਜੰਗ ਉਸ ਵਿਚਾਰਧਾਰਾ ਦੇ ਨਾਲ ਹੈ ਜਿਹੜੀ ਦਲਿਤਾਂ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਸਾਡੀ ਉਹ ਵਿਚਾਰਧਾਰਾ ਹੈ ਜਿਹੜੀ ਦਲਿਤਾਂ ਨੂੰ ਤਾਜ ਦੇਣਾ ਚਾਹੁੰਦੀ ਹੈ। ਸੋ ਇਹ ਵਿਚਾਰਧਾਰਾ ਦੀ ਜੰਗ ਹੈ। ਉਸ ਵਿਚਾਰਧਾਰਾ ਦੀ ਜੰਗ ਦੇ ਵਿੱਚ ਹਰ ਧਰਮ ਦੇ ਵਿੱਚ ਕੁਛ ਚੰਗੇ ਲੋਕ ਵੀ ਹੁੰਦੇ ਨੇ। ਮਿਸਾਲ ਦੇ ਤੌਰ 'ਤੇ ਲੈਫਟੀਨੈਂਟ ਜਨਰਲ ਸਿਨਹਾ, ਇੰਦਰਾ ਗਾਂਧੀ ਵੱਲੋਂ ਜਦੋਂ ਚਕਰਾਤਾ ਦੇ ਸਥਾਨ 'ਤੇ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਅਕਾਲ ਤਖ਼ਤ ਸਾਹਿਬ ਨੂੰ ਢਾਉਣ ਦੀ ਪਲੈਨਿੰਗ ਕੀਤੀ ਗਈ ਅਤੇ ਸਪੈਸ਼ਲ ਫਰੰਟੀਅਰ ਸਕੁਐਡ, ਮਾਫ ਕਰਨਾ, ਅੱਜ ਕੱਲ੍ਹ ਕਈ ਕਿਤਾਬਾਂ ਇਵੇਂ ਦੀਆਂ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਮਿਸਇਨਫੋਰਮੇਸ਼ਨ ਹੈ। ਅਤੇ ਦੁੱਖ ਇਸ ਗੱਲ ਦਾ ਹੈ ਕਿ ਸਾਡੇ ਪ੍ਰਚਾਰਕ ਵੀਰ ਉਹਨਾਂ ਕਿਤਾਬਾਂ ਨੂੰ ਹੀ ਆਧਾਰ ਬਣਾ ਕੇ ਸਟੇਜ ਦੇ ਉੱਪਰ ਲੈਕਚਰ ਕਰੀ ਜਾ ਰਹੇ ਨੇ ਅਤੇ ਜਿਉਂ ਜਿਉਂ ਉਹ ਲੈਕਚਰ ਸਾਡੇ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਸਾਡੀ ਮਾਨਸਿਕਤਾ ਤੱਕ ਆ ਰਹੇ ਨੇ ਉਹ ਸਮੇਂ ਦਾ ਇਤਿਹਾਸ ਬਣਦੇ ਜਾ ਰਹੇ ਨੇ। ਮੈਂ FSS ਦੀ ਗੱਲ ਕੀਤੀ ਸੀ, ਸਪੈਸ਼ਲ ਫਰੰਟੀਅਰ ਸਕੁਐਡ, ਉਹ ਮੈਂ ਗੱਲ ਇਸ ਕਰਕੇ ਕੀਤੀ
ਕਿ ਆ ਜਨਰਲ ਬਰਾੜ ਜਿਸ 'ਤੇ ਹਮਲਾ ਹੋਇਆ ਇੰਗਲੈਂਡ ਦੇ ਵਿੱਚ ਨਾਟਕੀ ਜਿਹੇ ਢੰਗ ਦੇ ਨਾਲ, ਉਹਨੇ ਇੱਕ ਕਿਤਾਬ ਲਿਖੀ ਸਾਕਾ ਨੀਲਾ ਤਾਰਾ, 70 ਰੁਪਏ ਦੀ ਕਿਤਾਬ ਸੀ। ਉਹਨੂੰ ਇਸ ਤਰ੍ਹਾਂ ਦੇ ਨਾਲ ਪ੍ਰਜੈਂਟ ਕੀਤਾ ਗਿਆ ਕਿ ਸਾਡੇ ਨੌਜਵਾਨਾਂ ਨੇ 400-400 ਰੁਪਏ ਦੀ ਕਿਤਾਬ ਖਰੀਦੀ ਹੈ, ਔਰ ਬਿਲਕੁਲ ਮਿਸਇਨਫੋਰਮੇਸ਼ਨ। ਉਹ ਕਿਸੇ ਜਰਨੈਲ ਦੀ ਨਹੀਂ, ਕਿਸੇ ਸਿਪਾਹੀ ਦੀ ਲਿਖੀ ਕਿਤਾਬ ਵੀ ਨਹੀਂ ਹੈ। ਉਸ ਕਿਤਾਬ ਨੂੰ ਧਿਆਨ ਨਾਲ ਪੜ੍ਹੋ ਤਾਂ ਸਹੀ, ਅਸੀਂ ਉਸ ਕਿਤਾਬ ਦੇ ਹਵਾਲੇ ਦੇਣੇ ਸ਼ੁਰੂ ਕਰ ਦਿੱਤੇ ਹੈ। ਅਸੀਂ ਵੇਖਿਆ ਹੀ ਨਹੀਂ ਕਿ ਇਹ ਕਿਤਾਬ ਜਿਹੜੀ ਆ ਸਾਡੇ June 84 ਦੇ ਇਤਿਹਾਸ ਨੂੰ ਖਤਮ ਕਰ ਰਹੀ ਹੈ। ਉਹਦੇ ਵਿੱਚ ਲਿਖਦਾ ਹੈ ਕਿ ਜਦੋਂ ਫੌਜ ਅੰਦਰ ਜਾਣ ਦੇ ਵਿੱਚ ਅਸਮਰੱਥ ਰਹੀ ਤਾਂ ਉਸ ਵੇਲੇ ਅਸੀਂ NSG ਨੂੰ ਅੰਦਰ ਭੇਜਿਆ। ਜੇ ਸੱਚਮੁੱਚ ਕਿਸੇ ਜਰਨੈਲ ਦੀ ਲਿਖਤ ਹੋਵੇ ਤਾਂ ਉਹਨੂੰ ਪੁੱਛਿਆ ਜਾਵੇ ਕਿ June 84 ਦੇ ਵਿੱਚ ਤਾਂ ਨੈਸ਼ਨਲ ਸਿਕਿਉਰਿਟੀ ਗਾਰਡ ਬਣੀ ਨਹੀਂ ਸੀ ਅਤੇ 1986 'ਚ ਬਣਦੀ NSG, ਉਦੋਂ ਤਾਂ NSG ਹੈ ਹੀ ਨਹੀਂ ਸੀ, ਹਰਿਮੰਦਰ ਸਾਹਿਬ ਦੇ ਟੈਕਸ ਤੁਸੀਂ ਕਿਹੜੀ NSG ਵਰਤ ਲਈ। ਉਸ ਤੋਂ ਬਾਅਦ ਕਹਿੰਦਾ ਕਿ ਸਾਡੇ ਕੁਝ ਸਿਪਾਹੀ ਜਿਹੜੇ ਸੀ ਹੋਵਿਟਜ਼ਰ ਗਨ ਅੰਦਰ ਲੈ ਕੇ ਗਏ। ਦੂਜਾ ਸਵਾਲ ਪੈਦਾ ਹੁੰਦਾ ਹੈ ਕਿ ਹਾਲੈਂਡ ਦੀ ਬਣੀ 3.6 ਹੋਵਿਟਜ਼ਰ ਗਨ ਜਿਹੜੀ ਬੋਫਰਸ ਤੋਪ ਜਿੱਡੀ ਹੈ, ਜਿਹਨੂੰ 210 ਹਾਸ ਪਾਵਰ ਦੀ ਗੱਡੀ ਖਿੱਚਦੀ ਹੈ, ਉਹਨੂੰ ਬੰਦਾ ਚੁੱਕ ਕੇ ਅੰਦਰ ਕਿਵੇਂ ਲੱਗ ਗਿਆ। ਤੀਜੀ ਗੱਲ ਕਿ RDX ਦੇ ਨਾਲ ਖਾੜਕੂਆਂ ਨੇ ਸਾਡੀਆਂ 62 ਗੱਡੀਆਂ ਜਿਹੜੀਆਂ ਸੀ ਉਹ ਸਰੋਵਰ 'ਚ ਸੁੱਟ ਦਿੱਤੀਆਂ। June 84 ਦੇ ਵਿੱਚ ਤਾਂ RDX ਵਰਤਿਆ ਹੀ ਨਹੀਂ ਗਿਆ, ਅਤੇ 62 ਗੱਡੀਆਂ ਜੇਕਰ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਸੁੱਟੀਆਂ ਹੋਣ ਤਾਂ ਕਿਤੇ ਪਾਣੀ ਦੀ ਜਗ੍ਹਾ ਰਹਿ ਜਾਂਦੀ ਹੈ। ਸੋ ਇੰਨੀ ਮਿਸਇਨਫੋਰਮੇਸ਼ਨ ਜਿਹੜੀ ਅਸੀਂ ਬਿਆਨ ਕਰ ਦਿੱਤੀ ਉਹਨੇ ਸਾਡੇ ਇਤਿਹਾਸ ਨੂੰ ਧੁੰਦਲਾ ਕਰ ਦਿੱਤਾ। ਉਸ ਵੇਲੇ ਜਦੋਂ ਚਕਰਾਤਾਂ ਦੇ ਸਥਾਨ ਦੇ ਉੱਪਰ ਟ੍ਰੇਨਿੰਗ ਲਈ ਜਾ ਰਹੀ ਹੈ ਕਿ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਕੀਤਾ ਜਾਵੇ, ਉਸ ਹਮਲੇ ਦੇ ਦੌਰਾਨ ਲੈਫਟੀਨੈਂਟ ਸਿਨਹਾ ਨੂੰ ਚੁਣਿਆ ਜਾਂਦਾ। ਪਰ ਸਿਨਹਾ ਨੇ ਕਿਹਾ ਨਹੀਂ, ਆਪਣੇ ਦੇਸ਼ ਦੇ ਅੰਦਰ ਜੇ ਇਵੇਂ ਦੀ ਅਰਾਜਕਤਾ ਹੈ, ਕੋਈ ਆਪਣੇ ਹੱਕਾਂ ਤੋਂ ਦੁਖੀ ਹੈ, ਤਾਂ ਕਿਸੇ ਦੇ ਧਰਮ ਸਥਾਨ 'ਤੇ ਹਮਲਾ ਨਹੀਂ ਕੀਤਾ ਜਾ ਸਕਦਾ। ਪਰ ਤੁਸੀਂ ਵੇਖਿਆ ਹੋਵੇਗਾ ਬਾਅਦ ਦੇ ਵਾਪਰੇ ਇਤਿਹਾਸ ਦੇ ਵਿੱਚ ਮਾਓਵਾਦੀਆਂ ਦੇ ਉੱਪਰ ਫੌਜੀ ਕਾਰਵਾਈ ਦੀ ਗੱਲ ਹੋਈ ਤਾਂ ਫੌਜਾਂ ਨੇ ਇਨਕਾਰ ਕਰਤਾ, ਜਰਨੈਲਾਂ ਨੇ ਨਹੀਂ, ਆਪਣੇ ਦੇਸ਼ ਦੇ ਬਸ਼ਿੰਦਿਆਂ ਦੇ ਉੱਪਰ ਫੌਜੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਪਰ ਸਿੱਖਾਂ ਵਾਰੀ ਨਹੀਂ ਕਿਸੇ ਨੇ ਗੱਲ ਕਹੀ ਕਿ ਇਸ ਦੇਸ਼ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਵਾਸਤੇ 80% ਤੋਂ ਵੱਧ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ, ਉਹਨਾਂ ਦੇ ਧਰਮ ਸਥਾਨ ਦੇ ਉੱਪਰ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ। ਕੇਵਲ ਇੱਕ ਹਿੰਦੂ ਜਰਨੈਲ ਮਿਸਟਰ ਸਿਨਹਾ, ਜਿਹਨੇ ਕਿਹਾ ਨਹੀਂ, ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਨਹੀਂ ਕੀਤਾ ਜਾ ਸਕਦਾ, ਉਸਨੂੰ ਜਬਰੀ ਰਿਟਾਇਰ ਕਰ ਦਿੱਤਾ। ਜਦੋਂ ਜਬਰੀ ਰਿਟਾਇਰ ਹੋਣ ਤੋਂ ਬਾਅਦ ਉਸਨੇ ਭਾਰਤੀ ਫੌਜ ਦਾ ਨੁਕਸਾਨ ਹੋਇਆ ਵੇਖਿਆ ਨਾ, ਤਾਂ ਉਹਨੇ ਇੱਕ ਆਰਟੀਕਲ ਲਿਖਿਆ ਸੀ ਪਾਇਨਰ ਅਖਬਾਰ ਦੇ ਵਿੱਚ, ਕਹਿੰਦਾ ਸਿੱਖਾਂ ਨੇ ਜੋ ਕੀਤਾ ਠੀਕ ਕੀਤਾ, ਕਹਿੰਦਾ ਕੋਈ ਵੀ ਕਿਸੇ ਦੇ ਧਰਮ ਸਥਾਨ ਦੇ ਉੱਪਰ ਹਮਲਾਵਰ ਹੋ ਕੇ ਆਵੇਗਾ ਤਾਂ ਉਹਨਾਂ ਨੂੰ ਉਹੀ ਕੁਝ ਕਰਨਾ ਚਾਹੀਦਾ ਜੋ ਕੋਈ ਸਿੱਖ ਕੌਮ ਨੇ ਕੀਤਾ, ਇਹ ਮਿਸਟਰ ਸਿਨਹਾ ਨੇ ਲਿਖਿਆ। ਸੋ ਸਾਨੂੰ ਇਹੋ ਜਿਹੇ ਹਿੰਦੂ ਵੀਰਾਂ ਦਾ ਸਿਹਰਤਾ ਦੇ ਨਾਲ ਸਤਿਕਾਰ ਵੀ ਕਰਨਾ ਚਾਹੀਦਾ, ਜਿਨ੍ਹਾਂ ਨੇ ਉਸ ਸਮੇਂ ਸਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ, ਅਤੇ ਉਹ ਵੀ ਕਿਸੇ ਦਾ ਕਿਸੇ ਰੂਪ ਵਿੱਚ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋਏ, ਨਹੀਂ ਤਾਂ ਉਹ ਵੀ ਫੌਜ ਦਾ ਜਨਰਲ ਬਣ ਸਕਦਾ ਜੀ, ਜਿਸ ਤਰ੍ਹਾਂ ਵੈਦਿਆ। ਹੁਣ ਵੈਦਿਆ ਨੂੰ ਜਦੋਂ ਕਤਲ ਕੀਤਾ ਜਾਂਦਾ ਹੈ, ਉਸ ਸਮੇਂ ਸਿੱਖ ਕੌਮ ਦੀ ਕਿਹੜੀ ਭਾਵਨਾ ਵਾ ਜਿਹੜੀ ਉਜਾਗਰ ਹੋ ਰਹੀ ਹੈ? ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਬੇਅੰਤ ਸਿੰਘ ਸ਼ਹਾਦਤ ਪ੍ਰਾਪਤ ਕਰਦਾ ਹੈ, ਉਹਦੇ ਪਿੱਛੇ ਇੱਕ ਭਾਵਨਾ ਹੈ ਸਿੱਖ ਕੌਮ ਦੀ ਲੱਥੀ ਹੋਈ ਦਸਤਾਰ ਨੂੰ ਕੌਮ ਦੇ ਸਿਰ 'ਤੇ ਰੱਖਣਾ, ਕਿਉਂਕਿ ਇੱਕ ਵਿਲੱਖਣਤਾ ਹੈ ਨਾ ਸਾਡੀ ਅਤੇ ਬਾਕੀ ਕੌਮਤਾਂ ਦੀ ਦਸਤਾਰ ਦੇ ਵਿੱਚ, ਦਸਤਾਰ ਨੂੰ ਅਸੀਂ ਤਾਜ ਦੇ ਨਾਲ ਜੋੜ ਕੇ ਵੇਖਦੇ ਹਾਂ। ਜਦੋਂ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਤਖ਼ਤ ਸਾਹਿਬ ਦੇ ਉੱਪਰ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਦੇ ਨੇ ਨਾ, ਅਤੇ ਸੁਰਸਿੰਘ ਪਿੰਡ ਤੋਂ ਆਏ ਢਾਡੀ ਨਾਥਮਲ ਅਤੇ ਅਬਦੁੱਲਾ ਇੱਕ ਵਾਰ ਪੜ੍ਹਦੇ ਨੇ, ਉਹ ਕਹਿੰਦੇ ਨੇ ਕਿ ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾ ਕੋਟਗੜ ਦਰਵਾਜ਼ਾ ਬਲਖ ਬਕੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਕੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ, ਕਿ ਪਾਤਸ਼ਾਹ ਤੇਰੀ ਪੱਗ ਦੇ ਅੱਗੇ ਜਹਾਂਗੀਰ ਦੀ ਪੱਗ ਨੀਵੀਂ ਹੈ, ਤੇਰੀ ਦਸਤਾਰ ਦੇ ਅੱਗੇ ਜਹਾਂਗੀਰ ਦੀ ਦਸਤਾਰ ਦੀ ਕੋਈ ਅਹਿਮੀਅਤ ਨਹੀਂ। ਹੁਣ ਜੇ ਸੋਚੀਏ ਕਿ ਜਹਾਂਗੀਰ ਦੀ ਦਸਤਾਰ ਦਾ ਕੱਪੜਾ ਥੋੜ੍ਹਾ ਬੜਾ ਹੋਵੇਗਾ, ਜਾਂ ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ ਉਹਦੀ ਪੱਗ ਦੇ ਵਿੱਚ ਹੀਰੇ ਮੋਤੀ ਜਾਂ ਜੌਹਰ ਨਹੀਂ ਜੜੇ ਹੋਣਗੇ। ਗੱਲ ਇਹ ਹੈ ਕਿ ਗੁਰੂ ਦੀ ਦਸਤਾਰ ਦੇ ਪਿੱਛੇ ਕਿਰਦਾਰ ਖੜਾ ਹੈ ਅਤੇ ਜਹਾਂਗੀਰ ਦੀ ਦਸਤਾਰ ਦੇ ਪਿੱਛੇ ਕਿਰਦਾਰ ਕਸ਼ੀ ਖੜੀ ਹੈ। ਉੱਥੇ ਆਚਰਣ ਨਹੀਂ ਹੈ, ਇਸ ਦਸਤਾਰ ਦੇ ਪਿੱਛੇ ਆਚਰਣ ਹੈ। ਹੁਣ ਉਸ ਦਸਤਾਰ ਨੂੰ ਬੇਅੰਤ ਸਿੰਘ ਕੌਮ ਦੇ ਸਿਰ 'ਤੇ ਰੱਖਦੇ ਨੇ ਅਤੇ ਉਸ ਦਸਤਾਰ ਦੇ ਪਿੱਛੇ ਸਿੱਖ ਕੌਮ ਦਾ ਕਿਰਦਾਰ ਕਿਵੇਂ ਦਾ ਹੈ, ਉਹ ਜਨਰਲ ਵੈਦਿਆ ਨੂੰ ਸੋਧਾ ਲਾਉਣ ਸਮੇਂ ਭਾਈ ਸੁੱਖਾ ਅਤੇ ਭਾਈ ਜਿੰਦਾ ਦਰਸਾਉਂਦੇ ਨੇ, ਕਿਰਦਾਰ ਕਿਵੇਂ ਦਾ ਹੈ। ਜਨਰਲ ਵੈਦਿਆ ਨਿਸ਼ਾਨਾ ਹੈ,
ਬਦਲਾ ਨਹੀਂ ਲੈਣਾ, ਕਰਨੀ ਦਾ ਫਲ ਚੁਕਾਉਣਾ। ਜਦੋਂ ਉਸਨੂੰ ਸੋਧਾ ਲਾਉਣ ਲੱਗਦੇ ਨੇ, ਉਸ ਦੀ ਪਤਨੀ ਭਾਨੂਮਤੀ ਵੈਦਿਆ ਉਹਦੇ ਉੱਪਰ ਆ ਡਿੱਗਦੀ ਹੈ। ਹੁਣ ਇੱਕ ਸਮੱਸਿਆ ਹੈ ਸਾਹਮਣੇ, ਭਾਨੂਮਤੀ ਸਾਡੀ ਦੋਸ਼ੀ ਨੇ, ਉਹਦਾ ਕੋਈ ਦੋਸ਼ ਨਹੀਂ, ਜਰਨੈਲ ਦੀ ਪਤਨੀ ਜ਼ਰੂਰ ਹੈ, ਪਰ ਜੇਕਰ ਉਹਨੂੰ ਕਤਲ ਕਰ ਦਿੱਤਾ ਜਾਂਦਾ ਤੇ ਸਾਡੀ ਬਦਲਾ ਲੈਣ ਦੀ ਪ੍ਰਕਿਰਿਆ ਵਿੱਚ ਸਾਡੀ ਕੌਮੀਅਤ ਦੇ ਮੱਥੇ ਤੇ ਇੱਕ ਕਲੰਕ ਲੱਗ ਜਾਂਦਾ ਹੈ। ਉਹ ਕਲੰਕ ਜਿਹੜਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਨਾ ਕਿ ਜਿਸ ਗੁਰੂ ਕੋਲ ਖੰਡੇ ਬਾਟੇ ਦੀ ਪਾਹੁਲ ਲਈ ਹੈ, ਅਸੀਂ ਮਜ਼ਲੂਮ ਤੇ ਮਸਲੂਮ ਤੇ ਹੱਥੇ ਤੇ ਵਾਰ ਨਹੀਂ ਕਰਦੇ, ਬੀਬੀ ਤੇ ਵਾਰ ਨਹੀਂ ਕਰਨਾ ਸਾਡਾ ਧਾਰਮਿਕ ਇਤਲਾਕ। ਜੇਕਰ ਦੋਸ਼ੀ ਹੁੰਦੀ ਇੰਦਰਾ ਗਾਂਧੀ ਦੇ ਵਾਂਗੂ, ਫਿਰ ਕਰਨੀ ਦਾ ਫਲ ਦੇਣਾ ਸੀ, ਉਹਦਾ ਦੋਸ਼ ਕੋਈ ਨਹੀਂ। ਉਸ ਵੇਲੇ ਉਹਦੀ ਲੱਤ ਦੇ ਵਿੱਚ ਇੱਕ ਗੋਲੀ ਮਾਰੀ ਜਾਂਦੀ ਹੈ, ਉਹ ਲਾਂਭੇ ਡਿੱਗਦੀ ਹੈ ਤੇ ਵੈਦਿਆ ਨੂੰ ਕਤਲ ਕੀਤਾ ਜਾਂਦਾ। ਹੁਣ ਖਿਆਲ ਕਰੋ, ਇਹ ਸਾਡੀ ਉਸ ਪ੍ਰਕਿਰਿਆ ਦਾ ਹਿੱਸਾ ਹੈ ਜਿਹੜਾ ਜਿਹਦੇ ਪਿੱਛੇ ਸਾਡਾ ਕਿਰਦਾਰ ਖੜਾ ਹੈ। ਉਹਦੇ ਤੋਂ ਬਾਅਦ ਦੁਸ਼ਮਣ ਦੀ ਪਤਨੀ ਚਿੱਠੀ ਲਿਖੀ ਜਾ ਰਹੀ ਹੈ ਜੇਲ੍ਹ ਦੇ ਵਿੱਚੋਂ, ਭਾਈ ਸੁੱਖੇ ਤੇ ਭਾਈ ਜਿੰਦੇ ਵੱਲੋਂ ਵੈਦਿਆ ਦੀ ਪਤਨੀ ਨੂੰ, ਸਾਡੀ ਇਹ ਭੈਣੇ, ਸਾਡਾ ਤੇਰੇ ਨਾਲ ਕੋਈ ਮਜ਼ਹਬੀ ਵੈਰ ਨਹੀਂ, ਸਾਡਾ ਨਿਸ਼ਾਨਾ ਤੇਰਾ ਪਤੀ ਸੀ ਜਿਹਨੇ ਸਾਡੇ ਧਰਮ ਦੀ ਬੇਅਦਬੀ ਕੀਤੀ ਹੈ, ਜਿਹਨੇ ਸਾਡੇ ਤਖ਼ਤ ਨੂੰ ਢਾਇਆ, ਤੂੰ ਸਾਡੇ ਨਿਸ਼ਾਨੇ ਦੇ ਵਿੱਚ ਰਾਜ ਆ ਰਹੀ ਸੀ, ਇਸ ਕਰਕੇ ਤੈਨੂੰ ਜ਼ਖਮੀ ਕਰਕੇ ਲਾਂਭੇ ਕਰਨਾ ਪਿਆ, ਤੇਰੇ ਤੇ ਗੋਲੀ ਚਲਾਉਣਾ ਵੀ ਸਾਡਾ ਨਿਸ਼ਾਨਾ ਨਹੀਂ, ਅਸੀਂ ਖਿਮਾ ਦੇ ਜਾ ਚੁੱਕੇ। ਇਹ ਸਾਡਾ ਕਿਹੜਾ ਕਿਰਦਾਰ ਹੈ? ਇਹ ਸਾਡਾ ਉਹ ਕਿਰਦਾਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਿੰਗਲਾ ਦੀਪ ਵਿਖੇ ਸਿਰਜਿਆ ਸੀ। ਜਦੋਂ ਰਾਜੇ ਸ਼ਿਵਨਾਭ ਦੀਆਂ ਰਾਣੀਆਂ ਗੁਰੂ ਨਾਨਕ ਸਾਹਿਬ ਦੇ ਇਖਲਾਕ ਨੂੰ ਪਰਖਣ ਵਾਸਤੇ ਆਈਆਂ ਸੀ ਨਾ, ਤੇ ਉਦੋਂ ਗੁਰੂ ਪਾਤਸ਼ਾਹ ਨੇ ਪਤਾ ਕੀ ਕਿਹਾ ਸੀ? ਗਾਸ਼ੋ ਪੁੱਤਰੀ ਰਾਜਕੁਮਾਰ ਨਾਮ ਭਣੋ ਸੱਚ ਦੋਤ ਸਵਾਰ। ਇਹ ਰਾਜਕੁਮਾਰ ਪੁੱਤਰੀਓ ਆਓ, ਪਰ ਜਿੰਨੇ ਤੁਸੀਂ ਕੀਮਤੀ ਗਹਿਣਿਆਂ ਦਾ ਸ਼ਿੰਗਾਰ ਆਪਣੇ ਤਨ ਤੇ ਕਰਕੇ ਆਈਆਂ ਹੋ, ਜੇਕਰ ਇੰਨੇ ਕੀਮਤੀ ਪਰਮਾਤਮਾ ਦੇ ਨਾਮ ਦਾ ਸ਼ਿੰਗਾਰ ਮਨ ਤੇ ਕੀਤਾ ਹੁੰਦਾ, ਸ਼ਾਇਦ ਪਰਮਾਤਮਾ ਨੂੰ ਪਾ ਲੈਂਦੀ ਹੈ। ਇਹ ਘਟਨਾ ਫਿਰ ਇਤਿਹਾਸ 'ਚ ਵਾਪਰਦੀ ਹੈ 1627 ਦੇ ਵਿੱਚ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸ੍ਰੀਨਗਰ ਦੀ ਧਰਤੀ 'ਤੇ ਬੈਠੇ ਨੇ। ਇੱਕ ਨਿਸ਼ਾਤ ਬਾਗ ਹੈ, ਇੱਕ ਸ਼ਾਲੀਮਾਰ ਬਾਗ ਹੈ। ਸ਼ਾਲੀਮਾਰ ਬਾਗ ਵਿੱਚ ਔਰੰਗਜ਼ੇਬ ਜਹਾਂਗੀਰ ਬੈਠਾ ਹੈ, ਨਿਸ਼ਾਤ ਬਾਗ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ। ਜਹਾਂਗੀਰ ਦੀ ਬੇਗਮ ਨੂਰ ਜਹਾਂ, ਜਿਸ ਦੇ ਬਾਰੇ ਖੁਲਾਸਤ ਤਵਾਰੀਖ ਦਾ ਲਿਖਾਰੀ ਫਾਰਸੀ ਦੀ ਕਿਤਾਬ ਹੈ ਸੁਜਾਨ ਰਾਏ ਭੰਡਾਰੀ ਲਿਖਦਾ ਹੈ ਕਿ ਦੁਨੀਆਂ ਦੀ ਇੰਨੀ ਸੁੰਦਰ ਔਰਤ ਸੀ ਕਿ ਉਹਨੂੰ ਬਣਾਉਣ ਤੋਂ ਬਾਅਦ ਖੁਦਾ ਨੇ ਦੁਬਾਰਾ ਉਨੀ ਸੁੰਦਰ ਔਰਤ ਨਹੀਂ ਬਣਾਈ। ਉਹ ਆਪਣੇ ਪਤੀ ਨੂੰ ਪੁੱਛਦੀ, ਉਹਦਾ ਪਹਿਲਾ ਨਾਮ ਮੇਹਰ ਨਿਸਾ ਸੀ, ਦੂਸਰਾ ਨਾਮ ਨੂਰ ਜਹਾਂ ਸੀ। ਆਪਣੇ ਪਤੀ ਨੂੰ ਕਹਿੰਦੀ ਹੈ, ਬਾਦਸ਼ਾਹ ਸਲਾਮਤ, ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ, ਪਰ ਤੇਰੇ ਦਰਬਾਰ ਦੇ ਵਿੱਚ, ਤੇਰੇ ਸ਼ਮਿਆਨੇ ਦੇ ਵਿੱਚ, ਤੇਰੇ ਤੰਬੂ ਦੇ ਵਿੱਚ ਇੰਨੀ ਭੀੜ ਨਹੀਂ ਹੁੰਦੀ ਜਿੰਨੀ ਸਿੱਖਾਂ ਦੇ ਗੁਰੂ ਦੇ ਤੰਬੂ 'ਚ ਭੀੜ ਹੁੰਦੀ। ਕਾਰਨ ਕੀ ਹੈ? ਕਹਿੰਦਾ ਕਿ ਮੈਂ ਦੁਨੀਆਂ ਦਾ ਬਾਦਸ਼ਾਹ, ਉਹ ਦੀਨ ਦਾ ਬਾਦਸ਼ਾਹ ਮੇਰੇ ਤੋਂ ਉੱਚਾ। ਜਹਾਂਗੀਰ ਦਾ ਜਵਾਬ, ਕਹਿੰਦੀ ਫਿਰ ਮੈਂ ਵੀ ਉਸ ਬਾਦਸ਼ਾਹ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਜਹਾਂਗੀਰ ਤੋਂ ਇਜਾਜ਼ਤ ਲੈ ਕੇ ਨੂਰ ਜਹਾਂ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਗਈ ਹੈ। ਇਤਿਹਾਸਕਾਰ ਲਿਖਦੇ ਨੇ ਕਿ ਜਿਹੜਾ ਉਸਨੇ ਉਸ ਵੇਲੇ ਪਹਿਨਿਆ ਹੋਇਆ ਸੀ ਲਹਿੰਗਾ, ਉਹ ਇੰਨਾ ਕੀਮਤੀ ਸੀ ਕਿ ਉਸ ਲਹਿੰਗੇ ਨੂੰ ਚੁੱਕਣ ਦੇ ਵਾਸਤੇ 22 ਕਨੀਜ਼ ਔਰਤਾਂ, 22 ਨੌਕਰਾਣੀਆਂ ਨਾਲ ਤੁਰ ਰਹੀਆਂ ਸੀ, ਇੰਨਾ ਭਾਰਾ ਸੀ। ਗੁਰੂ ਪਾਤਸ਼ਾਹ ਦੇ ਦਰਬਾਰ 'ਤੇ ਗਈ, ਪਾਤਸ਼ਾਹ ਨੇ ਨੇਤਰ ਉਤਾਂਹ ਕਰਕੇ ਵੇਖਿਆ, ਉਸ ਵੇਲੇ ਨੂਰ ਜਹਾਂ ਦੀ ਉਮਰ 28.5 ਸਾਲ ਹੈ, ਗੁਰੂ ਸਾਹਿਬ ਦੀ ਉਮਰ 27 ਸਾਲ ਹੈ, ਅਤੇ ਪਾਤਸ਼ਾਹ ਨੇ ਜਵਾਬ ਪਤਾ ਕੀ ਦਿੱਤਾ? ਐਸਾ ਸਾਰ 'ਚ ਸ਼ਿੰਗਾਰ ਕਰ ਪੁੱਤਰੀ ਪਾਏ ਖੁਦਾਏ। ਬੇਟਾ, ਜਿੰਨੇ ਕੀਮਤੀ ਗਹਿਣਿਆਂ ਦਾ, ਅਸਾਫਾਂ ਦਾ ਸ਼ਿੰਗਾਰ ਕਰਕੇ ਤਨ ਤੇ ਮੇਰੇ ਦਰਬਾਰ ਦੇ ਵਿੱਚ ਆਈ ਹੈ, ਜੇ ਕਿਤੇ ਖੁਦਾ ਦੇ ਨਾਮ ਦਾ ਸ਼ਿੰਗਾਰ ਕਰਕੇ ਆਉਂਦੀ ਤੂੰ ਖੁਦਾ ਨੂੰ ਪਾ ਲੈਣਾ ਸੀ। ਚਰਨਾਂ 'ਤੇ ਡਿੱਗ ਪਈ, ਨੇਤਰਾਂ ਦੇ ਹੰਝੂਆਂ ਦੇ ਨਾਲ ਪਾਤਸ਼ਾਹ ਦੇ ਚਰਨ ਧੋ ਦਿੱਤੇ ਅਤੇ ਇੱਕ ਸਵਾਲ ਪੁੱਛਿਆ, ਪਾਤਸ਼ਾਹ ਇੰਨੀ ਛੋਟੀ ਉਮਰ ਇੰਨਾ ਉੱਚਾ ਇਖਲਾਕ ਕਿਵੇਂ? ਅਤੇ ਮੇਰੇ ਪਾਤਸ਼ਾਹ ਦਾ ਜਵਾਬ ਹੈ, ਮੇਰੀ ਬੇਟੀ, ਖੁਦਾ ਦੀ ਯਾਦ ਦੇ ਵਿੱਚ ਵਿਸਰਦਿਆਂ ਮੈਂ ਹਮੇਸ਼ਾ ਮੌਤ ਨੂੰ ਯਾਦ ਰੱਖਦਾ, ਜਿਸ ਕਰਕੇ ਮੇਰਾ ਕਿਰਦਾਰ ਉੱਚਾ ਹੈ। ਇਹ ਪਾਤਸ਼ਾਹ ਦਾ ਜਵਾਬ। ਔਰ ਇਹ ਗੱਲ ਕੇਵਲ ਗੁਰੂ ਪਾਤਸ਼ਾਹ ਤੱਕ ਸੀਮਤ ਨਹੀਂ, ਦਰਾਏ ਖੈਬਰ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸੀਮਾ ਦੇ ਵਿੱਚ 5 ਦਰੇ ਨੇ, ਦਰਾਏ ਦੂਰ, ਦਰਾਏ ਜ਼ਾਰ, ਦਰਾਏ ਵਾਲ, ਦਰਾ ਦਹੂਦ ਅਤੇ ਦਰਾਏ ਖੈਬਰ। ਇਹਨਾਂ 5 ਦਰਿਆਂ ਦੇ ਉੱਪਰ, ਸਭ ਤੋਂ ਵੱਧ ਉਹਨਾਂ ਦਰਿਆਂ ਦੇ ਉੱਪਰ ਜੇਕਰ ਦਰਾਏ ਖੈਬਰ ਸੀ ਤਾਂ ਅੱਜ ਤੱਕ ਇਹੋ ਜਿਹਾ ਦਰਾ ਜਿੱਥੇ ਅਮਰੀਕਾ ਨੂੰ ਵੀ ਕਬਜ਼ਾ ਕਰਨ ਦੇ ਵਾਸਤੇ ਡਰੋਨ ਹਮਲਿਆਂ ਦਾ ਜਿਹੜਾ ਹੈ ਉਹ ਆਸਰਾ ਲੈਣਾ ਪੈ ਰਿਹਾ। ਪਿੱਛੇ ਜੇ ਅਮਰੀਕਾ ਦੀ ਇੱਕ ਅਖਬਾਰ ਦੇ ਵਿੱਚ
ਟਿਟਬਿਟ ਸਰਕਾਰ ਦਾ ਨਾਂ ਹੈ, ਉਹਦੇ 'ਚ ਇੱਕ ਐਡੀਟੋਰੀਅਲ ਆਇਆ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਕਿਹੜਾ। ਕਿਸੇ ਨੇ ਚੰਗੇਜ਼ ਖਾਨ ਨੂੰ ਲਿਖਿਆ, ਕਿਸੇ ਨੇ ਨੈਪੋਲੀਅਨ ਨੂੰ ਲਿਖਿਆ, ਕਿਸੇ ਨੇ ਸਿਕੰਦਰ ਨੂੰ ਲਿਖਿਆ, ਕਿਸੇ ਨੇ ਕਿਸੇ ਦਾ ਨਾਂ ਲਿਆ। ਇਹਨਾਂ ਸਾਰੇ ਜਰਨੈਲਾਂ ਦਾ ਅਧਿਐਨ ਕਰਨ ਤੋਂ ਬਾਅਦ ਉਸ ਅਖ਼ਬਾਰ ਦਾ ਜਿਹੜਾ ਐਡੀਟਰ ਸੀ ਉਹਨੇ ਇੱਕ ਐਡੀਟੋਰੀਅਲ ਛਾਪਿਆ, ਕਹਿੰਦਾ ਬੇਸ਼ੱਕ ਕਿਸੇ ਨੇ ਚੰਗੇਜ਼ ਖਾਨ ਨੂੰ ਦੁਨੀਆ ਦਾ ਜਰਨੈਲ ਕਿਹਾ ਹੈ, ਕਿਸੇ ਨੇ ਨੈਪੋਲੀਅਨ ਨੂੰ ਕਿਹਾ ਹੈ, ਕਿਸੇ ਨੇ ਸਿਕੰਦਰ ਨੂੰ ਕਿਹਾ ਹੈ, ਪਰ ਕਹਿੰਦਾ ਜੇਕਰ ਨਿਰਪੱਖਤਾ ਦੇ ਨਾਲ ਅਧਿਐਨ ਕਰਾਂ ਤਾਂ ਮੈਂ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਹਰੀ ਸਿੰਘ ਨਰੂਏ ਨੂੰ ਮੰਨਦਾ। ਉਹਨੇ ਕਾਰਨ ਦੱਸਿਆ, ਕਹਿੰਦਾ ਕਿ ਇਹ ਦੁਨੀਆ ਦੇ ਜਿੰਨੇ ਵੀ ਜਰਨੈਲ ਨੇ, ਚਾਹੇ ਸਿਕੰਦਰ ਹੈ, ਚਾਹੇ ਚੰਗੇਜ਼ ਖਾਨ ਹੈ, ਚਾਹੇ ਨੈਪੋਲੀਅਨ ਹੈ, ਇਹ ਜਦੋਂ ਵੀ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ ਜਾਂਦੇ ਨੇ, ਦਰਾਏ ਖੈਬਰ 'ਤੇ ਜਾ ਕੇ ਪਠਾਣਾ ਤੋਂ ਹਾਰ ਖਾਂਦੇ ਰਹੇ ਨੇ, ਪਰ ਕਹਿੰਦਾ ਦੁਨੀਆ ਦਾ ਪਹਿਲਾ ਜਰਨੈਲ ਹੈ ਜਿਹਨੇ ਇੰਨੀ ਛੋਟੀ ਉਮਰ ਵਿੱਚ ਦਰਾਏ ਖੈਬਰ ਨੂੰ ਫਤਿਹ ਕੀਤਾ। ਦਰਾਏ ਖੈਬਰ ਨੂੰ ਜਦੋਂ ਤਾਂ ਫਤਿਹ ਕਰਤਾ ਹੈ, ਇਤਿਹਾਸ ਗਵਾਹ ਹੈ ਕਿ ਚੀਨ ਦੀ ਕੰਧ ਚੀਨ 'ਤੇ ਹੋਣ ਵਾਲੇ ਹਮਲਿਆਂ ਨੂੰ ਰੋਕ ਨਹੀਂ ਸਕੀ, ਪਰ ਜਦੋਂ ਤੋਂ ਦਰਾਏ ਖੈਬਰ 'ਤੇ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਹਰੀ ਸਿੰਘ ਨਰੂਏ ਨੇ ਚੜ੍ਹਾਤਾ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਇੱਕ ਵੀ ਹਮਲਾ ਉਸ ਰਸਤਿਓਂ ਨਹੀਂ ਹੋਇਆ। ਦਰਾਏ ਖੈਬਰ 'ਤੇ ਜਦੋਂ ਕਬਜ਼ਾ ਕੀਤਾ ਹਰੀ ਸਿੰਘ ਨਰੂਏ ਨੇ, ਅਤੇ ਉੱਥੋਂ ਦੇ ਪਠਾਣ ਦਾ ਬੇਟਾ ਨਾਸਰ ਖਾਨ, ਨਾਸਰ ਖਾਨ ਦਾ ਬੇਟਾ ਗੁਲਫਾਮ, ਗੁਲਫਾਮ ਜਦੋਂ ਪਤਾ ਲੱਗਾ ਕਿ ਹਰੀ ਸਿੰਘ ਨਰੂਆ ਚੜ੍ਹਾਈ ਕਰਦਾ ਆ ਰਿਹਾ ਹੈ, ਅਤੇ ਆਪਣੀ ਮੰਗੇਤਰ ਬਾਨੋ ਨੂੰ ਕਹਿੰਦਾ, ਬਾਨੋ ਛੇਤੀ ਘਰ ਛੱਡ ਅਸੀਂ ਚਲੇ ਚਲੀਏ। ਕਹਿੰਦੀ ਕਿਉਂ? ਕਹਿੰਦਾ ਸਿੱਖਾਂ ਦਾ ਜਰਨੈਲ ਹਰੀਆ ਆ ਰਿਹਾ। ਹਰੀ ਸਿੰਘ ਨਰੂਏ ਨੂੰ ਹਰੀਆ ਕਿਹਾ ਜਾਂਦਾ ਸੀ, ਸਿੱਖਾਂ ਦਾ ਜਰਨੈਲ ਹਰੀਆ ਆ ਰਿਹਾ ਹਮਲਾ ਕਰਨ ਵਾਸਤੇ। ਕਹਿੰਦੀ ਗੁਲਫਾਮ, ਤੂੰ ਤਾਂ ਮੈਨੂੰ ਕਹਿੰਦਾ ਸੀ ਮੈਂ ਬਹੁਤ ਬਹਾਦਰ ਹੈ, ਮੇਰੇ ਤੀਰ ਕਮਾਨ 'ਚੋਂ ਛੱਡਿਆ ਤੀਰ ਜਿਹੜਾ ਉਹ ਵੈਰੀ ਦਾ ਸਿਰ ਲਾ ਕੇ ਜ਼ਮੀਨ 'ਤੇ ਸੁੱਟ ਦਿੰਦਾ, ਅੱਜ ਉਹ ਕਿਹੜਾ ਜਰਨੈਲ ਆ ਗਿਆ, ਤੂੰ ਕਹਿ ਰਿਹਾ ਕਿ ਛੇਤੀ ਘਰ 'ਚੋਂ ਭੱਜ ਅਸੀਂ ਲੁੱਕ ਚੱਲੀਏ ਕਿਤੇ। ਕਹਿੰਦਾ ਨਹੀਂ, ਉਸ ਜਰਨੈਲ ਦੇ ਅੱਗੇ ਅਸੀਂ ਨਹੀਂ ਟਿਕ ਚੁੱਕ, ਅਸੀਂ ਉਹਦੇ ਸਾਹਮਣੇ ਨਹੀਂ ਟਿਕ ਸਕਾਂਗੇ, ਚੱਲ ਛੇਤੀ ਚੱਲ ਕਿਤੇ ਲੁੱਕ ਚੱਲੀਏ। ਇੱਕ ਪਹਾੜੀ ਕੰਧਰ 'ਚ ਜਾ ਕੇ ਲੁਕਦਾ। ਸਰਦਾਰ ਪੂਰਨ ਸਿੰਘ ਹੋਣਾ ਨੇ ਇਸ ਗਾਫਾ ਨੂੰ ਬੜਾ ਸੁੰਦਰ ਬਿਆਨ ਕੀਤਾ ਆਪਣੀ ਕਿਤਾਬ ਦੇ ਵਿੱਚ। ਪਹਾੜੀ ਕੰਧਰ ਦੇ ਵਿੱਚ ਲੁਕੀ ਹੋਈ ਉਸ ਜਰਨੈਲ ਦੀ ਮੰਗੇਤਰ ਬਾਨੋ ਅਤੇ ਜਰਨੈਲ ਗੁਲਫਾਮ ਖਾਨ ਆਪਸ 'ਚ ਗੱਲਾਂ ਕਰਦੇ ਨੇ। ਬਾਨੋ ਕਹਿੰਦੀ ਹੈ, ਕਹਿੰਦੀ ਗੁਲਫਾਮ ਮੈਂ ਤੈਨੂੰ ਇੱਕ ਗੱਲ ਦੱਸਾਂ, ਮੈਂ ਛੋਟੀ ਹੁੰਦੀ ਸੋਚਦੀ ਸੀ ਕਿ ਮੈਂ ਉਸ ਮਰਦ ਦੇ ਨਾਲ ਨਿਕਾਹ ਕਰਾਉਣਾ ਹੈ ਜਿਹੜਾ ਦੁਨੀਆ ਦਾ ਸਭ ਤੋਂ ਵੱਧ ਬਹਾਦਰ ਹੋਵੇ, ਕਿਉਂਕਿ ਪਠਾਣਾ ਦੀ ਬੜੀ ਸੋਹਣੀ ਬੱਚੀ ਸੀ, ਪਰ ਕਹਿੰਦੀ ਮੈਂ ਤੈਨੂੰ ਬੜਾ ਬਹਾਦਰ ਸਮਝਦੀ ਸੀ, ਪਰ ਕਹਿੰਦੀ ਮੈਨੂੰ ਸ਼ਰਮ ਆ ਰਹੀ ਹੈ ਕਿ ਤੂੰ ਵੀ ਇੱਕ ਜਰਨੈਲ ਤੋਂ ਡਰਦਾ ਹੋਇਆ ਪਹਾੜ ਦੀ ਕੰਧਰ 'ਚ ਰੁਕਿਆ ਬੈਠਾ। ਕਹਿੰਦਾ ਬਾਨੋ ਹੌਲੀ ਬੋਲ, ਹਰੀ ਸਿੰਘ ਨਲੂਆ ਨਾ ਸੁਣ ਲਵੇ, ਉਹ ਤੋਂ ਬਹੁਤ ਡਰ ਆਉਂਦਾ। ਕਹਿੰਦੀ ਫਿਰ ਮੈਂ ਤੇਰੇ ਨਾਲ ਨਿਕਾਹ ਨਹੀਂ ਕਰਨਾ, ਮੈਂ ਤਾਂ ਹਰੀ ਸਿੰਘ ਨਲੂਏ ਨੂੰ ਵੇਖਣਾ ਚਾਹੁੰਦੀ। ਉਹ ਕਹਿੰਦਾ ਪਰਾਈ ਕੌਮ ਦਾ ਸਰਦਾਰ ਹੈ, ਪਤਾ ਨਹੀਂ ਤੇਰਾ ਕੀ ਹਾਲ ਕਰੇਗਾ। ਕਹਿੰਦੀ ਜੋ ਮਰਜ਼ੀ ਕਰ ਦੇਵੇ, ਪਰ ਮੈਂ ਅੱਜ ਇਹ ਵੇਖਣਾ ਹੈ ਕਿ ਆਪਣੇ ਆਪ ਨੂੰ ਪਠਾਣਾ ਦਾ ਸਭ ਤੋਂ ਵੱਡਾ ਜਰਨੈਲ ਕਹਿਣ ਵਾਲਾ ਗੁਲਫਾਮ ਖਾਨ, ਜਿਸ ਪਠਾਣ ਹਰੀ ਸਿੰਘ ਨਲੂਏ ਤੋਂ ਡਰਦਾ, ਮੈਂ ਵੇਖਣਾ ਕਿ ਉਹ ਪਠਾਣ ਕਿਹੜਾ। ਆਪਣੇ ਮੰਗੇਤਰ ਦੀ ਬਾਂਹ ਛਡਾ ਕੇ ਉਹ ਸ਼ਮਿਆਨੇ ਦੇ ਵਿੱਚ ਗਈ ਜਿੱਥੇ ਕੌਮ ਦਾ ਜਰਨੈਲ ਹਰੀ ਸਿੰਘ ਨਲੂਆ ਬੈਠਾ ਸੀ। ਸਾਹਮਣੇ ਜਾ ਕੇ ਖੜ ਗਈ, ਕੌਮ ਦਾ ਜਰਨੈਲ ਨਿਤਨੇਮ ਕਰ ਰਿਹਾ ਸੀ, ਅੱਖਾਂ ਬੰਦ ਸੀ। ਨਿਤਨੇਮ ਕਰਨ ਤੋਂ ਬਾਅਦ ਨੇਤਰ ਖੋਲ੍ਹੇ, ਨੇਤਰ ਖੋਲ੍ਹਣ ਤੋਂ ਬਾਅਦ ਉਸਨੇ ਉਸ ਪਠਾਣ ਦੀ ਬੱਚੀ ਵੱਲ ਤੱਕਿਆ ਅਤੇ ਹਰੀ ਸਿੰਘ ਨਲੂਏ ਨੇ ਕਿਹਾ, ਆ ਬੇਟਾ ਕਿਸ ਕੰਮ ਵਾਸਤੇ ਆਈ? ਉਸ ਪਠਾਣ ਦੀ ਬੱਚੀ ਨੇ ਪਹਿਲਾ ਸਵਾਲ ਕੀਤਾ, ਤੁਸੀਂ ਕੌਣ ਹੋ? ਹਰੀ ਸਿੰਘ ਨਲੂਏ ਨੇ ਜਵਾਬ ਦਿੱਤਾ, ਬੇਟਾ ਅਸੀਂ ਗੁਰੂ ਨਾਨਕ ਨੂੰ ਮੰਨਣ ਵਾਲੇ ਸਿੱਖ ਹਾਂ। ਉਸਨੇ ਦੂਜਾ ਸਵਾਲ ਕੀਤਾ, ਤੁਸੀਂ ਸਾਡੇ ਘਰ 'ਤੇ ਕਬਜ਼ਾ ਕਿਉਂ ਕੀਤਾ? ਕੌਮ ਦੇ ਜਰਨੈਲ ਨੇ ਜਵਾਬ ਦਿੱਤਾ, ਬੇਟਾ ਅਸੀਂ ਕਿਸੇ ਦੇ ਘਰ 'ਤੇ ਕਬਜ਼ਾ ਨਹੀਂ ਕੀਤਾ, ਨਾ ਹੀ ਸਾਡੇ ਮਨ ਦੇ ਵਿੱਚ ਕਿਸੇ ਕੌਮੀਅਤ ਨੂੰ ਤਬਾਹ ਕਰਕੇ ਕਬਜ਼ਾ ਕਰਨ ਦੀ ਭਾਵਨਾ ਹੈ, ਅਸੀਂ ਤਾਂ ਆਪਣੇ ਘਰ ਦੀ ਰਾਖੀ ਕਰਦੀ ਹੈ। ਤੀਸਰਾ ਸਵਾਲ, ਕਹਿੰਦੀ ਕਿ ਤੂੰ ਇੰਨਾ ਬਹਾਦਰ, ਇੰਨਾ ਸੋਹਣਾ, ਇੰਨਾ ਦਲੇਰ ਹੈ, ਮੈਂ ਚਾਹੁੰਦੀ ਹਾਂ ਮੇਰੀ ਕੁੱਖ 'ਚੋਂ ਤੇਰੇ ਵਰਗਾ ਪੁੱਤਰ ਜਨਮ ਲਵੇ। ਕੌਮ ਦੇ ਜਰਨੈਲ ਦਾ ਜਵਾਬ ਹੈ, ਹੈ ਬੇਟਾ ਆਪਣੇ ਖੁਦਾਵੰਦ ਕਰੀਮ ਦੇ ਅੱਗੇ ਅਰਦਾਸ ਕਰਿਆ ਕਰ, ਦੁਆ ਕਰਿਆ ਕਰ ਕਿ ਪੁੱਤਰ ਜਿਹੋ ਜਿਹਾ ਮਰਜ਼ੀ ਹੋਵੇ ਚੰਗੇ ਇਖਲਾਕ ਦਾ ਮਾਲਕ ਹੋਵੇ। ਕਹਿੰਦੀ ਸਿੱਖਾਂ ਦੇ ਜਰਨੈਲਾ, ਤੂੰ ਸਮਝਿਆ ਨਹੀਂ, ਮੈਂ ਚਾਹੁੰਦੀ ਹਾਂ ਤੂੰ ਮੇਰੇ ਨਾਲ ਨਿਕਾਹ ਕਰ ਲਵੇ ਅਤੇ ਮੇਰੀ ਕੁੱਖ 'ਚੋਂ ਤੇਰਾ ਪੁੱਤਰ ਜਨਮ ਲਵੇ। ਹਰੀ ਸਿੰਘ ਨਲੂਏ ਨੇ ਸ਼ਮਸ਼ੀਰ ਨੂੰ ਬੇਮਿਆਨ ਕੀਤਾ, ਥੋੜ੍ਹਾ ਗੁੱਸੇ 'ਚ ਆ ਗਿਆ,
ਕਹਿੰਦਾ ਇੱਥੋਂ ਬਾਹਰ ਨਿਕਲ ਜਾ ਪਠਾਣ ਦੀ ਬੱਚੀ, ਤੂੰ ਇੱਕ ਸਿੱਖ ਕੌਮ ਦੇ ਜਰਨੈਲ ਦੇ ਇਖਲਾਕ ਨੂੰ ਪਰਖਣ ਵਾਸਤੇ ਆਈ ਹੈ, ਬਾਹਰ ਨਿਕਲ ਜਾ। ਬਾਹਰ ਜਾਂਦੀ ਹੈ ਪਠਾਣ ਦੀ ਬੱਚੀ ਪਠਾਣ ਬਾਨੋ, ਅੱਖਾਂ ਦੇ ਵਿੱਚ ਹੰਝੂ ਨੇ ਇੱਕ ਵਾਰੀ ਪਿੱਛੇ ਮੁੜ ਕੇ ਵੇਖਦੀ ਹੈ, ਕਹਿੰਦੀ ਉਹ ਸਿੱਖਾਂ ਦਾ ਜਰਨੈਲਾ, ਮੈਂ ਸੁਣਿਆ ਸੀ ਆਪਣੇ ਵਡੇਰਿਆਂ ਦੇ ਕੋਲੋਂ ਕਿ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਝੋਲੀ ਲੈ ਕੇ ਨਹੀਂ ਮੁੜਦਾ, ਪਰ ਇਹ ਵੀ ਇਤਿਹਾਸ ਦੇ ਵਿੱਚ ਇੱਕ ਵੱਖਰੀ ਘਟਨਾ ਹੋਵੇਗੀ ਕਿ ਇੱਕ ਪਠਾਣ ਦੀ ਬੱਚੀ ਗੁਰੂ ਨਾਨਕ ਦੇ ਦਰ ਦੇ ਜਰਨੈਲ ਦੇ ਕੋਲੋਂ ਖਾਲੀ ਝੋਲੀ ਮੁੜ ਰਹੀ ਹੈ। ਕਹਿੰਦਾ ਬੇਟਾ ਠਹਿਰ ਜਾ। ਰੁਕ ਗਈ, ਨੇੜੇ ਪਈ ਇੱਕ ਚਾਦਰ ਨੂੰ ਉਹਦੇ ਸਿਰ 'ਤੇ ਰੱਖ ਕੇ, ਕਹਿੰਦਾ ਬਾਨੋ ਤੂੰ ਚਾਹੁੰਦੀ ਸੀ ਨਾ ਤੇਰੀ ਕੁੱਖ ਦੇ ਵਿੱਚੋਂ ਹਰੀ ਸਿੰਘ ਨਲੂਏ ਵਰਗਾ ਜਰਨੈਲ ਜਨਮ ਲਵੇ, ਅੱਜ ਤੋਂ ਤੂੰ ਮੇਰੀ ਧਰਮ ਦੀ ਮਾਤਾ ਹਰੀ ਸਿੰਘ ਨਲੂਆ ਹੀ ਤੇਰਾ ਪੁੱਤਰ। ਇੰਨਾ ਵੱਡਾ ਇਖਲਾਕ ਜਿਹੜਾ ਅਸੀਂ ਯੁੱਧ ਦੇ ਦੌਰਾਨ ਵੀ ਸਿਰਜਿਆ, ਇਸੇ ਇਤਿਹਾਸਕ ਮੁਲੰਘਣ ਦੇ ਵਿੱਚ ਇਹ ਵੀ ਭਾਨੂਮਤੀ ਵੈਦਿਆ ਨੂੰ ਚਿੱਠੀ ਲਿਖਣੀ ਵੀ ਸਾਡੇ ਉਸ ਕਿਰਦਾਰ ਦਾ ਸਿਖਰ ਸੀ ਕਿ ਅਸੀਂ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੀ ਔਰਤ ਦਾ ਸਤਿਕਾਰ ਵੀ ਕਰਦੇ ਹਾਂ। ਸਾਡੀਆਂ ਚਾਰ ਲੜਾਈਆਂ ਨੂੰ ਨਾਸਰ ਖਾਨ ਦੇ ਇੱਕ ਉਸਤਾਦ ਕਲਾਤ ਸ਼ਹਿਰ ਦੇ ਰਹਿਣ ਵਾਲੇ ਕਾਜ਼ੀ ਨੂਰ ਮੁਹੰਮਦ ਨੇ ਲਿਖਿਆ। ਉਹ ਕਹਿੰਦਾ ਹੈ ਕਿ ਸਿੱਖ ਜਿਹੜੇ ਨੇ ਉਹ ਆਪਣੀ ਸਾਰੀ ਰਚਨਾ 'ਚ ਸਾਨੂੰ ਕੁੱਤੇ ਲਿਖਦਾ, ਪਰ ਅਖੀਰ 'ਤੇ ਜਾ ਕੇ ਜਦੋਂ ਉਹ ਬੱਚਿਆਂ ਨੂੰ ਪੜ੍ਹਾ ਰਿਹਾ ਹੁੰਦਾ, ਉਹ ਇੱਕ ਗੱਲ ਲਿਖਦਾ, ਕਹਿੰਦਾ ਸਗਾ ਰਾ ਮਗੋ ਸਾਕੇ ਹਸਤੰਦ ਸ਼ੇਰ ਬਾ ਮਾਦਾਨੇ ਮਰਦਾਂ 'ਚੋਂ ਸ਼ੇਰਾਂ ਦਲੇਰ। ਕਹਿੰਦਾ ਬੇਸ਼ੱਕ ਮੈਂ ਸਿੱਖਾਂ ਨਾਲ ਨਫ਼ਰਤ ਕਰਦਾ, ਮੈਂ ਆਪਣੀ ਸਾਰੀ ਰਚਨਾ 'ਚ ਇਹਨਾਂ ਨੂੰ ਕੁੱਤੇ ਲਿਖਿਆ ਕਿਉਂਕਿ ਮੈਂ ਧਾਰਮਿਕ ਤੌਰ 'ਤੇ ਇਹਨਾਂ ਨੂੰ ਨਫ਼ਰਤ ਕਰਦਾ, ਪਰ ਕਹਿੰਦਾ ਜੇ ਮੈਂ ਇਨਸਾਫ਼ ਨਾਲ ਇਮਾਨਦਾਰੀ ਦੇ ਨਾਲ ਇਹਨਾਂ ਦੀਆਂ ਲੜਾਈਆਂ ਦਾ ਅਧਿਐਨ ਕਰਾਂ ਨਾ, ਸਗਾ ਰਾ ਮਗੋ ਸਾਕੇ ਹਸਤੰਦ ਸ਼ੇਰ ਬਾ ਮਾਦਾਨੇ ਮਰਦਾਂ ਚੂ ਸ਼ੇਰਾਂ ਦਲੇਰ, ਕਹਿੰਦਾ ਮੈਦਾਨੇ ਜੰਗ ਦੇ ਵਿੱਚ ਇਹ ਸ਼ੇਰਾਂ ਤੋਂ ਕਿਤੇ ਵੱਧ ਦਲੇਰ ਨੇ, ਅਤੇ ਕਹਿੰਦਾ ਇਹਨਾਂ ਦੀ ਦਲੇਰੀ ਦਾ ਰਾਜ ਪਤਾ ਕੀ ਹੈ ਕਿ ਜਨ ਕਰ ਜਵਾ ਅਸਤ ਵਾਹ ਅਸਤ ਪੀਰ ਬਗੋ ਜੰਗ ਬੁੜੀਆ ਬਰੋ ਗੋਸ਼ਾਗੀਰ। ਜਦੋਂ ਇਹ ਮੈਦਾਨੇ ਜੰਗ ਦੇ ਵਿੱਚ ਘੋੜੇ 'ਤੇ ਸਵਾਰ ਹੋ ਕੇ ਨਿਕਲਦੇ ਨੇ ਨਾ, ਇਹਨਾਂ ਦੇ ਸਾਹਮਣੇ ਦੁਸ਼ਮਣ ਦੀ ਔਰਤ ਵੀ ਆ ਜਾਵੇ ਉਹਨੂੰ ਬੀਬੀ ਜੀ ਕਹਿ ਕੇ ਸਤਿਕਾਰ ਕਰਦੇ ਨੇ, ਉਹਦੇ 'ਤੇ ਵਾਰ ਨਹੀਂ ਕਰਦੇ, ਅਤੇ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਸਾਡੇ ਉਸ ਇਤਿਹਾਸਕ ਮੁਲੰਕਣ ਦੇ ਵਿੱਚ ਸਿੱਖ ਕਿਰਦਾਰ ਨੂੰ ਵੀ ਸਿਰਜਿਆ, ਅਤੇ ਸਾਡਾ ਵੀ ਫਰਜ਼ ਬਣਦਾ ਕਿ ਉਸ ਕਿਰਦਾਰ ਨੂੰ ਉਹਨਾਂ ਸ਼ਹੀਦਾਂ ਦੀਆਂ ਇਸ ਕਿਰਦਾਰ ਲਈ ਸ਼ਹੀਦੀਆਂ ਅਤੇ ਉਹਨਾਂ ਦੇ ਸਤਿਕਾਰ ਨੂੰ ਬਹਾਲ ਕਰੀਏ, ਕਿਉਂਕਿ ਸੱਭਿਆਚਾਰ ਦੇ ਨਾਮ ਦੇ ਹੇਠ ਨਾ ਅੱਜ ਸਾਡਾ ਵਿਰਸਾ ਬਰਬਾਦ ਹੋ ਰਿਹਾ ਹੈ। ਇਹ ਠੀਕ ਹੈ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਇਸ ਸੱਭਿਆਚਾਰ ਦੇ ਨਾਲ ਜੁੜੇ ਹੋਏ ਹਾਂ, ਜਾਂ ਸਾਡੇ ਮਨ ਅੰਦਰ ਧਰਮ ਦੀ ਚੇਤਨਤਾ ਵੀ ਹੈ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਉਹ ਤਾਂ ਨੁਕਸਾਨ ਹੋ ਰਿਹਾ, ਉਹ ਗਰਕ ਹੋ ਰਹੀ ਹੈ, ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਦੀ ਅਮਰੀਕਾ ਦੇ ਵਿੱਚ ਰੈੱਡ ਇੰਡੀਅਨਸ ਜਾਂ ਆਸਟ੍ਰੇਲੀਆ ਦੇ ਵਿੱਚ ਅਬਰੇਜ਼ਨ ਜਾਂ ਨਿਊਜ਼ੀਲੈਂਡ ਦੇ ਵਿੱਚ ਮੌਰੀਅਨ ਜਿਸ ਤਰ੍ਹਾਂ ਕਬੀਲੇ ਖਤਮ ਕੀਤੇ ਗਏ, ਅੱਜ ਸਿੱਖ ਕੌਮ ਨੂੰ ਵੀ ਉਹੋ ਜਿਹੀਆਂ ਸਮੱਸਿਆਵਾਂ ਦਰਪੇਸ਼ ਨੇ, ਪਰ ਉਹਨਾਂ ਸਮੱਸਿਆਵਾਂ ਦੇ ਸਾਹਮਣੇ ਸਾਨੂੰ ਆਪਣੇ ਇਖਲਾਕ ਨੂੰ ਵੀ ਬਾਚਣਾ ਪਵੇਗਾ ਕਿ ਕਦੀ ਕਾਜ਼ੀ ਨੂਰ ਮੁਹੰਮਦ ਵਰਗਾ ਸਿੱਖਾਂ ਦਾ ਵਿਰੋਧੀ ਇਹ ਗੱਲ ਕਹਿ ਰਿਹਾ ਹੈ ਕਿ ਇਹ ਕੌਮ ਮੈਦਾਨੇ ਜੰਗ ਦੇ ਵਿੱਚ ਵੀ ਦੁਸ਼ਮਣ ਦੀ ਮਾਂ ਬੇਟੀ ਨੂੰ ਆਪਣੀ ਮਾਂ ਬੇਟੀ ਸਮਝਦੀ ਹੈ, ਪਰ ਅੱਜ ਦਾ ਜਿਹੜਾ ਸਾਡਾ ਕਿਰਦਾਰ ਹੈ 80 ਸਾਲ ਦੀ ਬਜ਼ੁਰਗ ਵੀ ਸੜਕ 'ਤੇ ਤੁਰੀ ਜਾਂਦੀ ਹੋਵੇ ਅਤੇ ਸਾਡੇ ਵੀਰਾਂ ਨੇ ਟਰੈਕਟਰ 'ਤੇ ਗਾਣੇ ਲਾਏ ਹੁੰਦੇ ਡੈਕ ਲਾ ਕੇ, ਉਹ ਵੇਖੋ ਸੜਕਾਂ 'ਤੇ ਅੱਗ ਤੁਰੀ ਜਾਂਦੀ ਹੈ, ਇਹ ਸਾਡਾ ਅੱਜ ਦਾ ਕਿਰਦਾਰ ਹੈ, ਸਾਨੂੰ ਸਾਂਭਣਾ ਪਵੇਗਾ ਇਸ ਕਿਰਦਾਰ ਨੂੰ। ਸੋ ਵਕਤ ਮੈਂ ਕਾਫੀ ਜ਼ਿਆਦਾ ਲੈ ਗਿਆ, ਸੋ ਮੇਰਾ ਇਹੀ ਤੁਹਾਡੇ ਸਾਹਮਣੇ ਬੇਨਤੀ ਸੀ ਕਿ ਅਸੀਂ ਆਪਣੇ ਇਤਿਹਾਸ ਦਾ ਮੁਲੰਘਣ ਇਤਿਹਾਸ ਦੀ ਰੌਸ਼ਨੀ ਦੇ ਵਿੱਚ ਕਰੀਏ ਕਿ ਸਾਡੇ ਇਹਨਾਂ ਸ਼ਹੀਦਾਂ ਨੇ ਬਦਲੇ ਨੂੰ ਕਰਨੀ ਦੇ ਫਲ ਦੇ ਵਿੱਚ ਕਿਵੇਂ ਬਦਲਿਆ, ਅਤੇ ਬਦਲਾ ਲੈਂਦਿਆਂ ਆਪਣੇ ਕਿਰਦਾਰ ਨੂੰ ਕਿਵੇਂ ਸਾਬਤ ਸੂਰਤ ਔਰ ਇੱਕ ਵਿਲੱਖਣਤਾ ਦੇ ਜਲਾਲਮਈ ਸੂਰਮੇ ਦੇ ਵਿੱਚ ਰੱਖਿਆ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਕੋਈ ਰਸਨਾ ਵਾਂਝੀ ਨਾ ਰਹੇ, ਫਤਿਹ ਦੀ ਸਾਂਝ ਪਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।